ਉਜ ਜਪਜੀ ਸਾਹਿਬ ਦੇ ਉੱਪਰ ਹੈ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਜਪਜੀ ਸਾਹਿਬ ਤੋਂ ਹੈ ਜਿਸ ਵਿੱਚ ਪਰਮਾਤਮਾ ਦੇ ਸਰੂਪ ਦਾ ਵਰਣਨ ਹੈ ਔਰ ਮਨੁੱਖੀ ਵਿਕਾਸ ਦੀ ਗੱਲ ਹੈ ਜੋ ਪੰਜ ਖੰਡਾਂ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਹੈ ਬਹੁਤ ਸਾਰੇ ਵਿਦਵਾਨਾਂ ਦਾ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਜੋ ਸਾਰ ਹੈ ਉਹ ਜਪਜੀ ਸਾਹਿਬ ਦੇ ਵਿੱਚ ਹੈ ਇਸ ਟੌਪਿਕ ਦੇ ਉੱਤੇ ਚੇਅਰਮੈਨ ਸਰਜ ਲੈਕਚਰ ਕਰਨਗੇ ਜੋ ਕਿ ਅਨਦੀ ਪੀ ਐਚ ਡੀ ਦਾ ਵੀ ਟੌਪਿਕ ਹੈ ਕਿਊ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲਗਭਗ 3 ਮਹੀਨੇ ਤੋਂ ਅਸੀਂ ਇਹ ਸ਼ਾਰਟ ਟਰਮ ਗੁਰਗਨ ਸਾਹਿਬ ਕੋਰਸ ਦੇ ਵਿੱਚ ਆਪ ਸਾਰੇ ਹਰ ਹਫਤੇ ਸੈਚਰਡੇ ਸੰਡੇ ਮਿਲਦੇ ਆਂ ਮੁੱਖ ਸੇਵਾਦਾਰ ਹੁੰਦੇ ਨਾਤੇ ਇੱਕ ਤਿੰਨ ਮਹੀਨੇ ਵਿੱਚ ਮੈਂ ਕਦੀ ਆਪਜੀ ਕੋਲੋਂ ਕੋਈ ਮੰਗ ਨਹੀਂ ਕੀਤੀ ਅੱਜ ਇੱਕ ਮੰਗ ਜ਼ਰੂਰ ਕਰਾਂਗਾ ਕਿ ਇਹ ਕਿਉਂਕਿ ਮੇਰੀ ਪੀ ਐਚ ਡੀ ਦਾ ਵੀ ਵਿਸ਼ਾ ਹੈ ਬਹੁਤ ਵਿਚਾਰ ਵਾਲੀ ਬਾਣੀ ਹੈ ਅਗਰ 15 20 ਮਿੰਟ 25 ਮਿੰਟ ਹੋ ਸਕਦਾ ਹੈ ਕਿ ਟਾਈਮ ਅਗਰ ਫਾਲਤੂ ਹੀ ਲੱਗ ਜਾਏ ਤਾਂ ਮੇਰੇ ਨਾਲ ਜ਼ਰੂਰ ਤੁਸੀਂ ਕੋਆਪਰੇਟ ਕਰਨਾ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਗੁਰਗੰਸਾਹਿਬ ਜਪਜੀ ਦੇ ਨਾਲ ਆਰੰਭ ਹੁੰਦਾ ਹੈ ਔਰ ਜਿਸ ਨੂੰ ਗੁਰੂ ਨਾਨਕ ਜੀ ਨੇ ਉਚਾਰਿਆ ਜਪਜੀ ਸਾਹਿਬ ਵਿੱਚ ਆਰੰਭ ਤੋਂ ਮੂਲ ਮੰਤਰ ਫਿਰ ਉਸ ਤੋਂ ਬਾਅਦ ਇੱਕ ਸ਼ਲੋਕ 38 ਪੌੜੀਆਂ ਔਰ ਅੰਤ ਵਿੱਚ ਇੱਕ ਹੋਰ ਸ਼ਲੋਕ ਥੋੜੇ ਵਿੱਚ ਜਿਹੜਾ ਧਰਮ ਦਾ ਸਾਰਾ ਸਾਰ ਗੁਰੂ ਨਾਨਕ ਸਾਹਿਬ ਨੇ ਰੱਖ ਦਿੱਤਾ ਹੈ ਜੇ ਮੈਂ ਕਿਹਾ ਗਿਆ ਕਿ ਕੁਝ ਵਿਦਵਾਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਾਰ ਜਪਜੀ ਵਿੱਚ ਹੈ ਜਪਜੀ ਵਿਚਾਰਾਂ ਦੀ ਬਾਣੀ ਹੈ ਸਮਝਣ ਵਾਲੀ ਬਾਣੀ ਹੈ ਗਾਉਣ ਵਾਲੀ ਨਹੀਂ ਹੈ ਇਸੇ ਲਈ ਕੋਈ ਰਾਗ ਮੈਂਸ਼ਨ ਨਹੀਂ ਹੈ ਜਪਜੀ ਸਾਹਿਬ ਤੇ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਬਾਣੀ ਦੇ ਉੱਪਰ ਜਪਜੀ ਨਹੀਂ ਲਿਖਿਆ ਪਰ ਗੁਰ ਪ੍ਰਸਾਦ ਮਗਰੋਂ ਜਪ ਲਿਖਿਆ ਹੈ ਔਰ ਜਪ ਨਾਲ ਜੀ ਅਦਬ ਸਤਕਾਰ ਵਾਸਤੇ ਲਿਖਿਆ ਹੈ ਇਹ ਬਾਣੀ ਨਿਤਨੇਮ ਦੀ ਬਾਣੀ ਹੈ ਤਿੰਨ ਸਵਾਲ ਜਿਹੜੇ ਆਮ ਤੌਰ ਤੇ ਕੋਈ ਵੀ ਸਾਧਕ ਜਾਂ ਧਰਮ ਦੀ ਦੁਨੀਆ ਚ ਪ੍ਰਵੇਸ਼ ਕਰਦਾ ਹੈ ਤਿੰਨ ਸਵਾਲ ਉਸ ਨੂੰ ਅਕਸਰ ਮਨ ਦੇ ਵਿੱਚ ਆਉਂਦੇ ਨੇ ਪਹਿਲਾ ਸਵਾਲ ਕਿ ਵਟ ਇਜ਼ ਗੋਡ ਦੂਸਰਾ ਹਾਊ ਕੈਨ ਵੀ ਸੀ ਐਂਡ ਮੀਟ ਹਿ ਮੈਂ ਦੇਖੇ ਸਕਕੇ ਮੈਂ ਸਕਦਾ ਪਰਮਾਤਮਾ ਨੂੰ ਮਿਲ ਕਿਵੇਂ ਸਕਦਾ ਔਰ ਤੀਸਰਾ ਸਵਾਲ ਜਿਹੜਾ ਹੈ ਹਾਊ ਕੈਨ ਵੀ ਗੈਟ ਸਾਲਵੇਸ਼ਨ অর ਮਰਜ ਵਿਦ ਹਿਮ ਕਿ ਮੈਂ ਪਰਮਾਤਮਾ ਨਾਲ ਇਕਮਿਕਵੇਂ ਹੋ ਸਕਦਿਆਂ ਜਾਂ ਮੁਕਤੀ ਕਿਵੇਂ ਮਿਲ ਸਕਦੀ ਹੈ ਮੋਕਸ ਕਿਵੇਂ ਮਿਲ ਸਕਦਾ ਤਾਂ ਇਹ ਤਿੰਨਾਂ ਦੇ ਜਿਹੜੇ ਜਵਾਬ ਨੇ ਜਪਜੀ ਸਾਹਿਬ ਦੇ ਵਿੱਚ ਮਿਲ ਜਾਣਗੇ ਵਾਟ ਇਜ਼ ਗੋਡ ਜਿਹੜੀ ਮੂਲ ਮੰਤਰ ਦੀ ਜਿਹੜੀ ਹੈ ਰੱਬ ਦੀ ਪਰਮਾਤਮਾ ਦੀ ਵਾਹਿਗੁਰੂ ਦੀ ਪਰਿਭਾਸ਼ਾ ਹਾਊ ਕੈਨ ਵੀ ਸੀ ਐਂਡ ਮੀਟ ਹਿਮ ਪਹਿਲੀਆਂ ਪੰਜ ਪੋੜੀਆਂ ਵਿੱਚ ਅਗਰ ਤੁਸੀਂ ਧਿਆਨ ਨਾਲ ਉਸ ਨੂੰ ਪੜੋ ਸਮਝੋ ਤਾਂ ਉਹਦਾ ਜਵਾਬ ਮਿਲ ਜਾਏਗਾ ਔਰ ਹਾਊ ਕੈਨ ਵੀ ਗੈਟ ਸਾਲਵੇਸ਼ਨ অর ਮਰਜ ਵਿਦ ਹਿਮ ਜਿਹੜਾ ਰਿਮੇਨਿੰਗ ਟੈਕਸਟ ਹੈ ਜਪਜੀ ਸਾਹਿਬ ਦਾ ਉਹਦੇ ਵਿੱਚ ਇਹਦਾ ਜਵਾਬ ਮਿਲ ਜਾਣਗੇ ਹਰ ਉਪਾਸਨਾ ਵਿੱਚ ਮੂਲ ਮੰਤਰ ਹੁੰਦੇ ਹਨ ਜੋ ਚਿੰਤਨ ਲਈ ਹੁੰਦੇ ਨੇ ਔਰ ਮੂਲ ਮੰਤਰ ਵਿੱਚ ਪਰਮਾਤਮਾ ਦੇ ਸਰੂਪ ਦਾ ਵਰਣਨ ਹੈ ਜਪਜੀ ਸਾਹਿਬ ਵਿੱਚ ਔਰ ਇਸ ਦਾ ਆਰੰਭ ਏਕ ਓਮਕਾਰ ਇਸ ਦਾ ਏਕ ਓਮਕਾਰ ਤੋਂ ਹੈ ਔਰ ਇਸ ਦੇ ਅੱਗੇ ਇੱਕ ਹਿੰਸਾ ਹੈ ਮੈਥਮੈਟਿਕਲ ਇਹ ਇਸ ਦਾ ਜਿਹੜਾ ਸਿੱਧਾ ਮਤਲਬ ਹੈ ਕਿ ਅਕਾਲ ਪੁਰਖ ਇੱਕ ਹੈ ਇਹਦੇ ਚ ਵਨੈਸ ਦਾ ਜਿਹੜਾ ਕਨਸੈਪਟ ਹੈ ਉਹ ਦੁਨੀਆ ਨੂੰ ਦੱਸਿਆ ਗਿਆ ਹੈ ਆਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇੱਕ ਹੈ ਗੁਰੂ ਨਾਨਕ ਜਪਜੀ ਦਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਕੀਤਾ ਕਿ ਆਰੰਭ ਜਿਹੜਾ ਹੈ ਇਹ ਸਾਰੀ ਸ੍ਰਿਸ਼ਟੀ ਦੇ ਦਾ ਮੂਲ ਜਿਹੜਾ ਪਰਮਾਤਮਾ ਹੈ ਇਹ ਉਸ ਤੋਂ ਕਰਦੇ ਨੇ ਔਰ ਉਸ ਦੀ ਜਦੋਂ ਡੈਫੀਨੇਸ਼ਨ ਚ ਆਂਦੀ ਹੈ ਉਸ ਦਾ ਨਾਮ ਸਤ ਹੈ ਹੁਣ ਸੰਸਕ੍ਰਿਤ ਦੇ ਵਿੱਚ ਸਤ ਸ਼ਬਦ ਜਿਹੜੇ ਨੇ ਦੋ ਟਾਈਪ ਦੇ ਨੇ ਇੱਕ ਸਤ ਇੱਕ ਸਤਿਆ ਸਤ ਜਿਹੜਾ ਇਹ ਆ ਐਗਜ਼ਿਸਟੈਂਸ ਇਹਦਾ ਮਤਲਬ ਹੁੰਦਾ ਔਰ ਸਤਿਆ ਦਾ ਮਤਲਬ ਹੁੰਦਾ ਟਰੂਥ ਤਾਂ ਪਰਮਾਤਮਾ ਲਈ ਜਿਹੜੀ ਗੁਰੂ ਸਾਹਿਬ ਸਤ ਕਹਿ ਰਹੇ ਨੇ ਇਹ ਐਗਜ਼ਿਸਟੈਂਸ ਐਂਡ ਟਰੂਥ ਦੋਨੋ ਵਰਡ ਸਤਵੀਂ ਔਰ ਸੱਤੇਵੀ ਇਹਦੇ ਵਿੱਚ ਲੱਗ ਸਕਦੇ ਨੇ ਔਰ ਇਹ ਸ਼ੁੱਧ ਹੋਣ ਵਾਲਾ ਜਿਹੜਾ ਇੱਕ ਓਮਕਾਰ ਦੀ ਗੱਲ ਕੀਤੀ ਹੈ ਜਾਂ ਪ੍ਰਮਾਤਮਾ ਦੀ ਗੱਲ ਗੁਰੂ ਨਾਨਕ ਸਾਹਿਬ ਕਰ ਰਹੇ ਨੇ ਉਹ ਰਚਨਾ ਰਸਤੀ ਹੈ ਬੈਰਤ ਹੈ ਨਿਰਵੈਰ ਹੈ ਨਿਡਰ ਹੈ ਉਸ ਦਾ ਸਰੂਪ ਨਾਮ ਰਹਿਤ ਹੈ ਸਮੇਂ ਦੀ ਹੋਣ ਤੋਂ ਪਰਿਆ ਜੂਨਾ ਦੇ ਗੇੜ ਵਿੱਚ ਨਹੀਂ ਹੈ ਸਵੇ ਪ੍ਰਕਾਸ਼ਮਾਨ ਹੈ ਔਰ ਗੁਰਪ੍ਰਸਾਦ ਨਾਲ ਉਸ ਦੀ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਇਹ ਮੂਲ ਮੰਤਰ ਦੀ ਗੱਲ ਹੈ ਉਸ ਤੋਂ ਬਾਅਦ ਫਿਰ ਜਪ ਜਿਹਦੀ ਮੈਂ ਪਹਿਲੇ ਗੱਲ ਕੀਤੀ ਹੈ ਜਪ ਜਿਹੜਾ ਜਪ ਦੇ ਅੱਗੇ ਵੀ ਦੋ ਡੰਡੇ ਨੇ ਪਿੱਛੇ ਵੀ ਦੋ ਡੰਡੇ ਨੇ ਇਸ ਬਾਣੀ ਦਾ ਨਾਮ ਵੀ ਹੈ ਤੇ ਨਾਮ ਜਪਣ ਦਾ ਜਿਹੜਾ ਆਦੇਸ਼ ਵੀ ਹੈ ਜਾਂ ਸੰਦੇਸ਼ ਜਿਹੜਾ ਹੈ ਉਹ ਹੈ ਹੁਣ ਇੱਥੇ ਗੁਰੂ ਨਾਨਕ ਸਾਹਿਬ ਨੇ ਇੱਕ ਬੜਾ ਰੈਵੋਲੂਸ਼ਨ ਲਿਆਂਦਾ ਹੈ ਜਪ ਵਰਡ ਨੂੰ ਅਸੀਂ ਥੋੜਾ ਜਆ ਸਮਝੀਏ ਗੁਰੂ ਨਾਨਕ ਜੀ ਨੇ ਜਪ ਨੂੰ ਚਿੰਤਨ ਕਿਹਾ ਕਿਸੇ ਟਾਈਮ ਇਹ ਜਪ ਜਿਹੜਾ ਹੁੰਦਾ ਸੀ ਇਹ ਮੰਤਰਾਂ ਲਈ ਯੂਜ਼ ਹੁੰਦਾ ਸੀ ਮੰਤਰਾਂ ਨੂੰ ਜਪਣਾ ਔਰ yogi ਜਿਹੜੇ ਨੇ ਇਹਨਾਂ ਵਿੱਚ ਖਾਸ ਕਰਕੇ ਜਿਹੜੀ ਇਹ ਜਪ ਵਰਡ ਜਿਹੜਾ ਬੜਾ ਪ੍ਰਸਿੱਧ ਸੀ ਯੋਗੀ ਕੀ ਕਰਦੇ ਸੀ ਕਿ ਜਿਹੜਾ ਜਪ ਦਾ ਮਤਲਬ ਜਪ ਦਾ ਜਿਹੜਾ ਸਬੰਧ ਹੈ ਉਹ ਚਿੱਤ ਨਾਲ ਸੀ ਤੇ ਯੋਗਿਕ ਸੰਪਰਦਾਵਾਂ ਦੇ ਵਿੱਚ ਜਿਹੜੇ ਨੇ ਯੋਗੀ ਚਿੱਤ ਨੂੰ ਵਿਚਾਰ ਸ਼ੂਨੇ ਕਰਕੇ ਨਿਰਵਿਚਾਰ ਹੋ ਕੇ ਨਿਰਸੰਕਲਪ ਹੋ ਕੇ ਨਿਰਬੀਜ ਹੋ ਕੇ ਸਮਾਧੀ ਪ੍ਰਾਪਤ ਕਰਦੇ ਸਨ ਔਰ ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਗੁਰੂ ਮੰਤਰ ਦਾ ਜਪ ਜਿਹੜਾ ਹੈ ਉਹ ਉਦੀ ਵਿਧੀ ਦਾ ਵਿਧਾਨ ਸੀ ਯੋਗੀ ਆਮ ਕਰਕੇ ਇਹ ਮੰਤਰ ਨੂੰ ਜਪ ਕੇ ਆ ਕਰਦੇ ਸੀਗੇ ਔਰ ਮੰਤਰਾਂ ਨੂੰ ਵਾਰ-ਵਾਰ ਰਿਪੀਟ ਕਰਨਾ ਉਸ ਨੂੰ ਹੀ ਜਪ ਕੇ ਆ ਗਿਆ ਪਰ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਜਪ ਨੂੰ ਮੰਤਰ ਰਟਣ ਦੀ ਪਰੰਪਰਾ ਤੋਂ ਤੋੜ ਕੇ ਜਪ ਨੂੰ ਚਿੰਤਨ ਤੇ ਵਿਚਾਰ ਦੇ ਨਾਲ ਜੋੜਿਆ ਇਹ ਇੱਕ ਨਵੀਂ ਜਿਹੜੀ ਸੋਚ ਨਵੀਂ ਸਮਝ ਗੁਰੂ ਨਾਨਕ ਸਾਹਿਬ ਜਿਹਨੇ ਜਿਹੜੀ ਸਾਨੂੰ ਦਿੱਤੀ ਕਿ ਜਿਹੜਾ 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 ਚਿੰਤਨ ਹੈ ਤੇ ਵਿਚਾਰ ਦੇ ਨਾਲ ਸੰਬੰਧਿਤ ਕਰ ਦਿੱਤਾ ਤੇ ਚਿੱਤ ਦਾ ਬਦਲ ਸੁਰਤ ਦੇ ਦਿੱਤਾ ਚਿੱਤ ਨੂੰ ਜਿਹੜਾ ਬਿਲਕੁਲ ਮੋਡੀਫਾਈ ਕਰਕੇ ਉਹਨੂੰ ਸੁਰਤ ਬਣਾ ਦਿੱਤਾ ਗੁਰ ਇਸ ਤਰ੍ਹਾਂ ਸੁਰਤ ਦੀ ਜਾਗਰਤੀ ਵਾਸਤੇ ਗਿਆਨ ਤੇ ਵਿਵੇਕ ਦਾ ਚਿੰਤਨ ਦਾ ਵਾਰ-ਵਾਰ ਅਭਿਆਸ ਜਿਹੜਾ ਉਹ ਜਪ ਹੈ ਇਹ ਇੱਕ ਬੜਾ ਵੱਡਾ ਰੈਵੋਲੂਸ਼ਨ ਸੀ ਧਰਮ ਦੀ ਦੁਨੀਆ ਦੇ ਵਿੱਚ ਜਪ ਤੋਂ ਬਾਅਦ ਫਿਰ ਸ਼ਲੋਕ ਹੈ ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਦੇਖੋ ਆਮ ਤੌਰ ਤੇ ਸਮੇਂ ਨੂੰ ਤਿੰਨ ਟੈਂਸਸ ਦੇ ਵਿੱਚ ਲੈਂਦੇ ਨੇ ਇੱਕ ਪਾਸਟ ਹੈ ਇਕ ਪ੍ਰੈਜ਼ੈਂਟ ਐਕ ਫਿਊਚਰ ਹੈ ਇੱਥੇ ਚਾਰ ਦੱਤੇ ਗਏ ਨੇ ਆਜ ਜੁਗਾਦ ਹੈ ਵੀ ਤੇ ਹੋਸੀ ਇਹ ਜਿਹੜਾ ਗੱਲ ਹੈ ਕਿ ਜਦ ਕੁਝ ਵੀ ਨਹੀਂ ਸੀ ਤਦ ਵੀ ਪਰਮਾਤਮਾ ਸੀ ਜਦ ਪਹਿਲਾਂ ਵੀ ਸੀ ਹੁਣ ਵੀ ਹੈ ਕੱਲ ਵੀ ਸੱਚ ਹੋਵੇਗਾ ਇਹ ਹਮੇਸ਼ਾ ਸੱਚ ਰਹੇਗਾ ਟਰੂ ਬਿਫੋਰ ਦਾ ਕ੍ਰੀਏਸ਼ਨ ਟਰੂ ਥਰੂ ਆਲ ਐਜਸ ਟਰੂ ਆਲਸੋ ਟੂਡੇ ਟਰੂ ਹੀ ਸ਼ਲ ਐਟਰਨਿਟੀ ਬੀ ਇਹ ਸਤ ਜਿਹੜਾ ਸੱਤੇ ਹੁੰਦਾ ਜੀ ਮੈਂ ਤੁਹਾਡੇ ਸਾਹਮਣੇ ਹੁਣ ਬੋਲ ਰਿਹਾ ਇਹ ਸਤ ਹੈ ਘੰਟੇ ਬਾਅਦ ਮੈਂ ਨਹੀਂ ਹੋਵਾਂਗਾ ਇਹ ਅਸੱਤੇ ਹੋ ਜਾਏਗਾ ਲੇਕਿਨ ਸਤ ਤੇ ਅਸਤੇ ਚ ਇਹੀ ਫਰਕ ਹੈ ਕਿ ਸਤ ਜਿਹੜਾ ਇਹ ਐਗਜ਼ਿਸਟ ਐਗਜ਼ਿਸਟੈਂਸ ਨਾਲ ਜੁੜਿਆ ਇਸਬੀ ਵੀ ਹੈ ਹੁਣ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੀ ਖੋਜ ਤੇ ਸੱਚ ਦੀ ਪ੍ਰਾਪਤੀ ਵਾਸਤੇ ਧਾਰਮਿਕ ਰੂੜੀਵਾਦ ਤੇ ਕਰਮ ਕਾਂਡਾ ਦੀ ਨਿਖੇਦੀ ਕੀਤੀ ਹੈ ਸ਼ੁਰੂਆਤ ਇੱਥੋਂ ਕਰਦੇ ਨੇ ਉਹ ਤੀਰਥ ਯਾਤਰਾਵਾਂ ਜਿਹੜੀਆਂ ਨੇ ਧੀਰਜ ਤੀਰਥ ਇਸ਼ਨਾਨ ਅੰਨ ਦਾ ਤਿਆਗ ਮੋਨ ਵਰਤ ਆਦੀ ਚੰਗਾ ਜਿਹੜਾ ਮਨੁੱਖ ਸਿਰਜਣ ਲਈ ਰਤਾ ਵੀ ਲਾਭਕਾਰੀ ਨਹੀਂ ਇਹ ਗੁਰੂ ਨਾਨਕ ਸਾਹਿਬ ਨਾਲ ਸਭ ਤੋਂ ਪਹਿਲੇ ਉਹਨਾਂ ਦੀ ਫਿਲਾਸਫੀ ਦੇ ਵਿੱਚ ਇਹ ਗੱਲ ਆਈ ਹੁਣ ਪਹਿਲੇ ਉਹਨਾਂ ਨੇ ਕਿਹਾ ਸੋਚੇ ਸੋਚਣਾ ਹੋਵੇ ਇਸ ਵਿੱਚ ਵੀ ਹੁਣ ਦੋ ਪ੍ਰਚਲ ਦੋ ਵਿਚਾਰ ਜਿਹੜੇ ਪਿਲਚਰਤ ਨੇ ਵਿਦਵਾਨ ਨੇ ਕੋਈ ਸੋਚ ਨੂੰ ਸੋਚਣਾ ਲੈਂਦਾ ਔਰ ਕੋਈ ਸੋਚ ਨੂੰ ਥਿੰਕਿੰਗ ਨਾਲ ਲੈਂਦਾ ਪਰ ਮੇਰਾ ਜਿਹੜਾ ਆਪਣਾ ਪਰਸਨਲ ਮੈਂ ਸੋਚਦਾ ਕਿ ਇਹ ਸੁਚਨਾਲ ਹੈ ਮੇਰਾ ਵਿਚਾਰ ਵੀ ਸੁਚਤਾ ਤੋਂ ਹੈ ਔਰ ਸੁਚਤਾ ਸਰੀਰ ਦੀ ਨਹੀਂ ਹੈ ਹੁਣ ਇੱਥੇ ਸਮਝਣ ਵਾਲੀ ਗੱਲ ਹੈ ਸੁਚਤਾ ਇੰਦਰੀਆਂ ਦੀ ਫਾਈਵ ਸੈਂਸਸ ਦੀ ਮਨ ਦੀ ਬੁੱਧੀ ਦੀ ਇਨਰ ਦੀ ਅੰਦਰ ਦੀ ਸੁਚਤਾ ਦੀ ਗੱਲ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਫਿਰ ਅੱਗੇ ਕਹਿ ਰਹੇ ਨੇ ਚੁੱਪੇ ਚੁੱਪ ਨਾ ਹੋਵੇ ਹੁਣ ਇੱਥੇ ਮੋਨ ਵਰਤ ਦੀ ਗੱਲ ਹੈ ਇੱਥੇ ਵੀ ਗੁਰੂ ਨਾਨਕ ਸਾਹਿਬ ਮਨ ਦੇ ਮੋਨ ਵਰਤ ਦੀ ਮਨ ਨੂੰ ਚੁੱਪ ਕਰਨ ਲਈ ਗੱਲ ਕਰ ਰਹੇ ਨੇ ਇਹ ਜ਼ਬਾਨੀ ਚੁੱਪ ਨਹੀਂ ਹੈ ਉਸ ਤੋਂ ਬਾਅਦ ਭੁੱਖਿਆ ਭੁੱਖ ਨਾ ਉਤਰੇ ਇੱਥੇ ਵੀ ਅਨ ਤਿਆਗਨ ਦੀ ਗੱਲ ਨਹੀਂ ਹੈ ਏ ਮੈਂ ਬਿਹਾਈਂਡ ਦੀ ਲਾਈਨ ਕੋਸ਼ਿਸ਼ ਇਹ ਕੀਤੀ ਕਿ ਪੂਰਾ ਜਪਜੀ ਸਾਹਿਬ ਦੇ ਵਿੱਚ ਭੁਖ ਨਾਮ ਹੈ ਤ੍ਰਿਸ਼ਨਾ ਦਾ ਡਿਜ਼ਾਇਰ ਔਰ ਗੁਰੂ ਨਾਨਕ ਇੱਥੇ ਅਨ ਤਿਆਗਨ ਲਈ ਨਹੀਂ ਤ੍ਰਿਸ਼ਨਾ ਤਿਆਗਨ ਦੀ ਗੱਲ ਕਰ ਰਹੇ ਨੇ ਗੁਰੂ ਨਾਨਕ ਦਾ ਮੰਨਣਾ ਹੈ ਕਿ ਇਹ ਤ੍ਰਿਸ਼ਨਾ ਡਾਇਨ ਹੈ ਇਹ ਬਿਮਾਰੀ ਹੈ ਔਰ ਇਸ ਤ੍ਰਿਸ਼ਨਾ ਰੂਪੀ ਮਾਂ ਭੁਖ ਕਰਕੇ ਅਨੰਤ ਜਨਮਾਂ ਤੋਂ ਮਨੁੱਖ ਨੂੰ ਮਨੁੱਖਤਾ ਤੋਂ ਸੱਚ ਤੋਂ ਸੱਚ ਨੂੰ ਪਰਮਾਤਮਾ ਤੋਂ ਦੂਰ ਕੀਤਾ ਹੋਇਆ ਔਰ ਅੱਗੇ ਇਹ ਵੀ ਚਿਤਾਵ ਦਿੱਤਾ ਕਿ ਸਹਿ ਸਿਆਨਪਾ ਨਹੀਂ ਚਲਨੀ ਆ ਸਿਆਨਪ ਗਿਆਨ ਦੀ ਨਪੂਨਤਾ ਕਰਕੇ ਹੁੰਦੀ ਹੈ ਔਰ ਇਹ ਸਭ ਕਰਮ ਜੀਵਨ ਦਾ ਕੀਮਤੀ ਸਮਾਂ ਨਸ਼ਟ ਕਰਨ ਵਾਲੇ ਕਰਮ ਹਨ ਫਿਰ ਸਚਾਰ ਬਣਨ ਦਾ ਫਾਰਮੂਲਾ ਸਮਝਾਉਣ ਲਈ ਫਿਰ ਇੱਕ ਸਵਾਲ ਜਿਹੜਾ ਜਪਜੀ ਸਾਹਿਬ ਵਿੱਚ ਆ ਗਿਆ ਕਿਵ ਸਚਾਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਬਈ ਇੱਕ ਕੂੜ ਦੀ ਕੰਦ ਜਿਹੜੀ ਹੈ ਕਿਵੇਂ ਟੁੱਟੇਗੀ ਜਿਹਦਾ ਹੁਣ ਜ਼ਿਕਰ ਵੀ ਹੋਇਆ ਇੱਥੇ ਮੇਰਾ ਜਿਹੜਾ ਵਿਚਾਰ ਹੈ ਕਿ ਅਨੰਤ ਅਨੰਤ ਜਨਮਾਂ ਦੇ ਸੰਸਕਾਰ ਕਰਕੇ ਜਨੀ ਜੀਵ ਜਿਹੜਾ ਹੈ ਇਹ ਡਿਜ਼ਾਇਰ ਦੇ ਅਧੀਨ ਹੈ ਔਰ ਜੋ ਕੰਮ ਕਰਦੇ ਹਨ ਦੇਖਦੇ ਹਨ ਸੁਣਦੇ ਹਨ ਆਪਣੇ ਅੰਦਰ ਰੱਖਦੇ ਹਨ ਇਹ ਸਭ ਕੂੜੀ-ਕੂੜ ਹੈ ਜੀਨਸ ਵਿੱਚ ਹੀ ਸਾਡੇ ਕੂੜ ਭਰਿਆ ਹੋਇਆ ਜਿਹੜਾ ਅਨੰਤਾਂ ਟਾਈਮਾਂ ਤੋਂ ਅਨੰਤਾਂ ਜਨਮਾਂ ਤੋਂ ਸਾਡੇ ਅੰਦਰ ਆ ਗਿਆ ਹੈ ਕੂੜ ਦਾ ਸੁਭਾਅ ਇੱਲਤ ਵਾਲਾ ਹੁੰਦਾ ਹੈ ਕਾਮ ਕੂੜ ਹੈ, ਕ੍ਰੋਧ ਕੂੜ ਹੈ, ਲੋਭ ਕੂੜ ਹੈ, ਮੋਹ ਕੂੜ ਹੈ, ਹੰਕਾਰ ਕੂੜ ਹੈ। ਸਭ ਕੂੜੀ-ਕੂੜ ਜੋ ਹੈ ਅੱਜ ਪੂਰੇ ਸਿਸਟਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਵੀ ਉਦੋਂ-ਉਦੋਂ ਦੇ ਟਾਈਮ ਦੇ ਵਿੱਚ ਇਹ ਗੱਲ ਕਰ ਰਹੇ ਨੇ ਤਾਂ ਇਸ ਕੂੜ ਦੀ ਦੀਵਾਰ ਕਿਵੇਂ ਟੁੱਟੇ ਇਹ ਗੁਰੂ ਨਾਨਕ ਸਾਹਿਬ ਪਹਿਲੇ ਪ੍ਰਸ਼ਨ ਜਿਹੜਾ ਆਪਣੇ ਅੱਗੇ ਲਿਆਉਂਦੇ ਨੇ ਔਰ ਫਿਰ ਕਿਵ ਸਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ ਕਹਿਣ ਨੂੰ ਤਾਂ ਇਹ ਦੋ ਸਵਾਲ ਲੱਗਦੇ ਨੇ ਪਰ ਇਹਦੇ ਵਿੱਚ ਤਿੰਨ ਸਵਾਲ ਨੇ ਇਸ ਵਿੱਚ ਤਿੰਨ ਸਵਾਲੇ ਨੇ ਕਿ ਪਹਿਲਾ ਹੈ ਕਿ ਹਾਊ ਟੂ ਐਕਵਾਇਰ ਨੋਲੇਜ ਆਫ ਟਰਥ ਕਿ ਸਚਾਈ ਦੀ ਜਿਹੜੀ ਜਾਣਕਾਰੀ ਹੈ ਜਾਂ ਗਿਆਨ ਹੈ ਇਹ ਕਿਸ ਤਰ੍ਹਾਂ ਲੈਣਾ ਹੈ ਦੂਸਰਾ ਹੈ ਹਾਊ ਟੂ ਬ੍ਰੇਕ ਦਾ ਫਿਕੈਡ ਆਫ ਫਾਲਸ ਥੀਰੀਜ਼ ਰਿਚੂਅਲਸ ਜਿਹੜੇ ਕਰਮकांड ਨੇ ਇਹ ਜਿਹੜੀ ਕੂੜ ਹੈ ਸਭ ਕੁਝ ਚੱਲ ਰਿਹਾ ਇਸ ਨੂੰ ਕਿਵੇਂ ਦੂਰ ਕੀਤਾ ਜਾਏ ਔਰ ਤੀਸਰਾ ਸਵਾਲ ਜਿਹੜਾ ਇਹਦੇ ਵਿੱਚੋਂ ਪਿਆ ਉਹ ਹੈ ਹਾਊ ਟੂ ਮੋਲ ਲਾਈਫ ਅਕੋਰਡਿੰਗ ਟੂ ਦਾ ਲਾ ਆਫ ਟਰੁਥ ਸੱਚ ਨਾਲ ਜੀਵਨ ਕਿਵੇਂ ਆਪਣਾ ਬਦਲਣਾ ਹੈ ਤੀਜਾ ਸਵਾਲ ਇਹ ਕੀਤਾ ਗਿਆ ਔਰ ਆਪਣਾ ਜੀਵਨ ਸਤ ਅਨੁਸਾਰ ਕਿਵੇਂ ਢਾਲਣਾ ਹੈ ਇਸ ਸਵਾਲ ਦਾ ਸਬੰਧ ਸੋਸ਼ਲ ਇੰਜੀਨੀਅਰਿੰਗ ਨਾਲ ਐ ਸੁਸਾਇਟੀ ਦੇ ਨਾਲ ਹੈ ਔਰ ਸਮਾਜ ਨੂੰ ਆਈਡੀਅਲ ਬਣਾਉਣ ਦੀ ਚਾਹਤ ਨਾਲ ਇਹ ਸਵਾਲ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੇ ਕੀਤਾ ਫਿਰ ਨਾਲ ਦੇ ਨਾਲ ਫਿਰ ਉਸ ਦਾ ਜਵਾਬ ਜਿਹੜਾ ਹੈ ਉਹ ਇਹ ਕਹਿੰਦੇ ਨੇ ਦਾ ਕੋਸਮਿਕ ਲਾ ਪਰਮਾਤਮਾ ਦਾ ਹੁਕਮ ਹੁਣ ਹੁਕਮ ਜਿਸ ਨੂੰ ਪਰਮਾਤਮਾ ਦੀ ਰਜ਼ਾ ਵੀ ਕਿਹਾ ਗਿਆ ਹੈ ਇਹਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਹੈ ਫਿਲਾਸਫੀ ਹੈ ਹੁਕਮ ਪਰਮਾਤਮਾ ਦੀ ਰਜ਼ਾ ਦਾ ਸੂਚਕ ਹੈ ਅਤੇ ਉਸ ਜੁਗਤੀ ਦਾ ਜੁਗਤੀ ਜਾਂ ਵਿਧੀ ਦਾ ਵਿਧਾਨ ਵੀ ਹੈ ਇਸ ਕਰਕੇ ਪਰਮਾਤਮਾ ਦੀ ਇੱਛਾ ਦਾ ਜੋ ਮਰਜ਼ੀ ਜੋ ਕਾਰਜ ਹੋ ਰਿਹਾ ਹੈ ਉਸ ਨੂੰ ਅਸੀਂ ਹੁਕਮ ਕਹਿੰਦੇ ਆ ਹੁਕਮ ਜਾਂ ਰਜ਼ਾ ਫਾਰਸੀ ਭਾਸ਼ਾ ਦੇ ਸ਼ਬਦ ਨੇ ਔਰ ਇਸ ਦਾ ਅਰਥ ਹੈ ਰੱਬੀ ਅਨੁਸ਼ਾਸਨ ਇਹਨੂੰ ਡਿਵਾਈਨ ਡਿਸਪਲਨ ਵੀ ਕਹਿੰਦੇ ਨੇ ਇੰਗਲਿਸ਼ ਵਿੱਚ ਅਤੇ ਇਹ ਅਨੁਸ਼ਾਸਨ ਇਹ ਡਿਸਪਲਨ ਸਾਰੀ ਸ੍ਰਿਸ਼ਟੀ ਉੱਪਰ ਅਤੇ ਸਾਰੇ ਬ੍ਰਹਮੰਡ ਦੇ ਵਿੱਚ ਲਾਗੂ ਹੈ ਇਸ ਦੀ ਉਲੰਘਣਾ ਕੋਈ ਨਹੀਂ ਕਰ ਸਕਦਾ ਔਰ ਇਸ ਨੂੰ ਰੱਬੀ ਕਾਨੂੰਨ ਵੀ ਅਸੀਂ ਕਹਿ ਸਕਦੇ ਹਾਂ ਡਿਵਾਈਨ ਲਾ ਵੀ ਕਹਿ ਸਕਦੇ ਹਾਂ ਔਰ ਇਹ ਇੱਕ ਐਸਾ ਕਾਨੂੰਨ ਹੈ ਜਿਸ ਤਹਿਸ ਪੂਰੀ ਯੂਨੀਵਰਸ ਪੂਰਾ ਬ੍ਰਹਮੰਡ ਜੋ ਹੈ ਉਹ ਚੱਲ ਰਿਹਾ ਇਸ ਡਿਵਾਈਨ ਲਾ ਅਨੁਸਾਰੀ ਜੀਵਨ ਜੀਨ ਵਿੱਚ ਸਾਡਾ ਭਲਾ ਹੈ ਗੁਰੂ ਨਾਨਕ ਸਾਹਿਬ ਜਪਜੀ ਦੀ ਦੂਸਰੀ ਪੌੜੀ ਦੇ ਵਿੱਚ ਸਮਝਾ ਦਿੱਤਾ ਕਿ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਢਾਈ ਫਿਰ ਅੱਗੇ ਹੋਰ ਸਪਸ਼ਟ ਕਰ ਦਿੱਤਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੁਣ ਮੈਂ ਇੱਥੇ ਹੁਕਮੀ ਹੋਵਨ ਜੀ ਹੁਕਮ ਮਿਲੇ ਵਢਾਈ ਤੇ ਥੋੜੀ ਗੱਲ ਆਪ ਜੀ ਨਾਲ ਕਰਾਂਗੇ ਔਰ ਇਹ ਬੜੀ ਸੁਖਮ ਦ੍ਰਿਸ਼ਟੀਕੋਣ ਹੈ ਇਸ ਵਰਡ ਦੇ ਵਿੱਚ ਸਭ ਜੀ ਜਿੰਨੇ ਵੀ ਲਿਵਿੰਗ ਬੀਇੰਗ ਨੇ ਉਸ ਦੇ ਹੁਕਮ ਵਿੱਚ ਹੀ ਪੈਦਾ ਹੋਏ ਨੇ ਔਰ ਉਹ ਜਿਹੜੇ ਲਿਵਿੰਗ ਬੀਇੰਗ ਨੇ ਸਮ ਆਰ ਬੋਰਨ ਫ্রম ਸੀਡ ਕੋਈ ਕੋਈ ਉਤਪਜਤੋਂ ਹੋਇਆ ਕੋਈ ਅੰਟਜ ਤੋਂ ਹੋਇਆ ਕੋਈ ਜੇਰਜ ਤੋਂ ਹੋਇਆ ਕੋਈ ਸੇਤਜ ਤੋਂ ਕਿ ਹੋਇਆ ਇਹ ਸਭ ਆਪਣੇ ਆਪਣੇ ਜਿਹੜੀਆਂ ਜਿਹਨੀਆਂ ਇਹ ਲਿਵਿੰਗ ਬੀਇੰਗਸ ਨੇ ਇਹਨਾਂ ਦੇ ਪੈਦਾ ਹੋਣ ਦੇ ਜਿਹੜੇ ਤਰੀਕੇ ਨੇ ਉਹ ਅੰਟਜ ਜੇਰਜ ਸੇਤਜ ਤੇ ਉਤਪਜ ਦੀ ਗੱਲ ਵਾਰ-ਵਾਰ ਬਾਣੀ ਦੇ ਵਿੱਚ ਕਈ ਥਾਵਾਂ ਤੇ ਆਈ ਵੀ ਹੈ ਔਰ ਡਿਫਰੈਂਟ ਕੈਟੇਗਰੀਜ਼ ਆਫ ਲਿਵਿੰਗ ਬੀਇੰਗਸ ਆਰ ਬੋਰਨ ਇਨ ਡਿਫਰੈਂਟ ਵੇ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੈ ਹਰ ਚੀਜ਼ ਆਪਣੇ ਤਰੀਕੇ ਨਾਲ ਪੈਦਾ ਹੋ ਰਹੀ ਹੈ ਔਰ ਹੁਕਮ ਮਿਲੇ ਵਡਿਆਈ ਇੱਥੇ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਕਹਿਣਾ ਚਾ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਐਵਰੀ ਕਲਾਸ ਆਫ ਲਿਵਿੰਗ ਬੀਇੰਗ ਹੈਜ਼ ਇਟਸ ਓਨ ਸਟੇजेस ਆਫ ਗ੍ਰੋਥ ਹਰ ਜੀ ਦਾ ਆਪਣਾ ਵਿਕਾਸ ਦਾ ਤਰੀਕਾ ਹੈ ਹਰ ਜੀ ਦੀ ਆਪਣੀ ਵਿਸ਼ੇਸ਼ਤਾ ਹੈ ਆਪਣੇ ਗੁਣ ਜਿਵੇਂ ਜਾਨਵਰਾਂ ਵਿੱਚ ਲਈਏ ਤਾਂ ਕੁੱਤੇ ਦੀ ਵਫਾਦਾਰੀ ਸੱਪ ਦਾ ਜ਼ਹਿਰ ਲੂੰਬੜੀ ਦੀ ਚਲਾਕੀ ਜਾਂ ਗਾਂ ਦਾ ਬੋਲਾਪਨ ਔਰ ਇਸੇ ਤਰ੍ਹਾਂ ਬਨਸਪਤੀ ਵਿੱਚ ਕੋਈ ਮਿੱਠਾ ਫਲ ਕੋਈ ਕੋੜਾ ਇਹ ਆਪਣੇ ਆਪਣੇ ਸੁਭਾਅ ਨੇ ਇਹ ਜਾਨਵਰਾਂ ਵਿੱਚ ਵੀ ਬਨਸਪਤੀ ਵਿੱਚ ਵੀ ਇਸ ਤਰ੍ਹਾਂ ਮਨੁੱਖਾਂ ਵਿੱਚ ਤੇ ਇੱਥੇ ਗੁਰੂ ਨਾਨਕ ਸਾਹਿਬ ਸਾਨੂੰ ਕਹਿ ਰਹੇ ਨੇ ਕਿ ਜਿੰਨੀ ਵੀ ਲਿਵਿੰਗ ਬੀਇੰਗ ਹੈ ਜਿਤਨੀ ਵੀ ਸ੍ਰਸ਼ਟੀ ਯੂਨੀਵਰਸ ਦੇ ਵਿੱਚ ਜਿਹੜੀ ਹੈ ਲਿਵਿੰਗ ਬੀਇੰਗ ਹੈ ਸਭ ਤੋਂ ਸਿਰਮੋਰ ਅਗਰ ਉਹਨਾਂ ਵਿੱਚ ਆਏ ਤੇ ਉਹ ਮਨੁੱਖ ਹੈ ਕਰਾਊਨਿੰਗ ਪੋਜੀਸ਼ਨ ਜਿੰਨੂੰ ਕਹਿੰਦੇ ਨੇ ਉਹ ਬੁੱਧੀ ਕਰਕੇ ਸਿਰਮੋਰ ਹੈ ਉਹ ਗੁਨਾ ਕਰਕੇ ਸਿਰਮੋਰ ਹੈ ਔਰ ਸ੍ਰਿਸ਼ਟੀ ਦੀ ਵਿਸ਼ੇਸ਼ਤਾ ਵੀ ਐਸੇ ਲਈ ਹੈ ਮਨੁੱਖ ਦੀ ਇਸ ਸ੍ਰਿਸ਼ਟੀ ਚ ਵਿਸ਼ੇਸ਼ਤਾ ਹੀ ਹੈ ਕਿ ਉਸ ਨੂੰ ਇਹ ਵਡਿਆਈ ਮਿਲੀ ਹੋਈ ਹੈ ਕਿ ਉਹਦੇ ਵਿੱਚ ਬੁੱਧੀ ਹੈ ਉਹਦੇ ਵਿੱਚ ਦਿਮਾਗ ਹੈ ਉਹਦੇ ਵਿੱਚ ਮਤ ਹੈ ਉਹਦੇ ਵਿੱਚ ਸਿਆਣਪ ਹੈ ਇਹ ਵਡਿਆਈ ਇੱਥੇ ਗੁਰੂ ਅਰਜਨ ਸਾਹਿਬ ਇਸ ਕੰਟੈਸਟ ਦੇ ਵਿੱਚ ਗੱਲ ਕਰ ਰਹੇ ਨੇ ਔਰ ਗੁਰੂ ਅਰਜਨ ਸਾਹਿਬ ਜੀ ਨੇ ਬਾਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਨੂੰ ਹੋਰ ਸਪਸ਼ਟ ਵੀ ਕਰ ਦਿੱਤਾ ਉਹ ਹੈ 184 ਜੋਨ ਸਭਾਈ मानस कोप्रब दिए बडाई जरूरत है हुक्म दे ज्ञान प्राप्त ਕਰਨ ਦੀ ਜਿਸ ਨੂੰ ਗਿਆਨ ਹੋ ਗਿਆ ਤੇ ਫਿਰ ਉਹਦੇ ਲਈ ਫਿਰ ਕਹਤਾ ਹੁਕਮੇ ਹੁਕਮੇ ਕਹੇ ਨਾ ਕੋਏ ਹੁਕਮੇ ਦੇ ਰੋਕ ਤੋਂ ਉਹ ਮੁਕਤ ਹੋ ਜਾਂਦਾ ਫਿਰ ਜਿਸ ਨੂੰ ਇਹ ਗਿਆਨ ਹੋ ਜਾਏ ਕਿ ਜੋ ਕੁਝ ਵਟ ਇਜ਼ ਹੈਪਨਿੰਗ ਇਨ ਦਿਸ ਯੂਨੀਵਰਸ ਇਹ ਉਸ ਪਰਮਾਤਮਾ ਦੇ ਹੁਕਮ ਨਾਲ ਹੋ ਰਿਹਾ ਹੋ ਗਿਆ ਜਾਂ ਹੋ ਰਿਹਾ ਹੈ ਉੱਥੇ ਫਿਰ ਜਿਹੜੀ ਗੱਲ ਜਿਹੜੀ ਹੰਕਾਰ ਦੀ ਗੱਲ ਇਨਸਾਨ ਦੀ ਹੈ ਉੱਥੇ ਉਹ ਖਤਮ ਹੁੰਦੀ ਹੈ ਹੁਣ ਸਵਾਲ ਇਹ ਹੈ ਕਿ ਆਮ ਜ਼ਿੰਦਗੀ ਵਿੱਚ ਹੁਕਮ ਦੀ ਮਹੱਤਤਾ ਕੀ ਹੈ ਜਦੋਂ ਇਨਸਾਨ ਆਮ ਜ਼ਿੰਦਗੀ ਵਿੱਚ ਵਿਚਰ ਰਿਹਾ ਹੈ ਉੱਥੇ ਹੁਣ ਸਵਾਲ ਹੈ ਬੱਚੇ ਜਾਂ ਨੌਜਵਾਨ ਸੰਸ ਪੁੱਛਦੇ ਨੇ ਤਾਂ ਉਸ ਵਿੱਚ ਉਹਦਾ ਜਵਾਬ ਇਹ ਕਹਿ ਸਕਦੇ ਆ ਕਿ ਗੈਰ ਕੁਦਰਤੀ ਨੀਮਾਂ ਨੂੰ ਅਪਣਾਨ ਕਾਰਨ ਸਾਡਾ ਜੀਵਨ ਜਿਹੜਾ ਹੈ ਗੁੰਝਲਦਾਰ ਬਣ ਗਿਆ ਹੈ ਇਸੇ ਕਾਰਨ ਪੂਰੀ ਮਨੁੱਖਤਾ ਜਿਹੜੀ ਹੈ ਖਤਰਨਾਕ ਅਤੇ ਮਾਰੂ ਬਿਮਾਰੀਆਂ ਦੀ ਸ਼ਿਕਾਰ ਹੋ ਰਹੀ ਹੈ ਜਿੰਨੀ ਵਾਇਲੇਸ਼ਨ ਅਸੀਂ ਕੁਦਰਤ ਦੇ ਨਾਲ ਕਰ ਰਹੇ ਆਂ ਜਦ ਕਿ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਬਲਿਹਾਰੀ ਕੁਦਰਤ ਵਸਿਆ ਕਿ ਉਹ ਪਰਮਾਤਮਾ ਕੁਦਰਤ ਦੇ ਵਿੱਚ ਸਮਾਇਆ ਹੋਇਆ ਔਰ ਪਰ ਜਦੋਂ ਅਸੀਂ ਕੁਦਰਤ ਨੂੰ ਵਾਇਲੇਟ ਕਰਦੇ ਆਂ ਤਾਂ ਕਿੱਥੇ ਨਾ ਕਿੱਥੇ ਉਹਦੇ ਹੁਕਮ ਨੂੰ ਉਸ ਪਰਮਾਤਮਾ ਨੂੰ ਅਸੀਂ ਵਾਇਲੇਟ ਕਰਦੇ ਆਂ ਤਾਂ ਇਹਦਾ ਮੂਲ ਕਾਰਨ ਜਿਹੜਾ ਹੈ ਇਹ ਡਿਵਾਈਨ ਡਿਵਾਈਨ ਲਾ ਦੀ ਉਲੰਘਣਾ ਹੈ ਜਿਹਦੇ ਜਿਹੜੀ ਕਿ ਹੁਕਮ ਦੇ ਵਿੱਚ ਅੱਗੇ ਪਹਿਲੇ ਕਲੀਅਰ ਹੋ ਚੁੱਕੀ ਆ ਸਰਲਾ ਸਰਲਤਾ ਤੇ ਸਹਜਤਾ ਕੁਦਰਤੀ ਨਿਯਮ ਹਨ ਪਰ ਹਰ ਚੀਜ਼ ਹੱਥ ਤੇ ਤੇਜ਼ੀ ਨਾਲ ਪ੍ਰਾਪਤ ਕਰਨ ਦੀ ਚਾਹ ਅੱਜ ਹਰ ਅੱਜ ਹਰ ਮਨੁੱਖ ਵਿੱਚ ਪ੍ਰਬਲ ਹੋ ਰਹੀ ਹੈ ਜਿਸ ਕਾਰਨ ਇਹਦੀ ਇਤਨੀ ਬਦਬਨੀ ਇਤਨੀ ਬਦ ਇੰਤਜ਼ਾਮੀ ਫੈਲ ਗਈ ਹੈ ਕਿ ਹੁਕਮ ਜਾਂ ਰਜ਼ਾ ਨੂੰ ਸਮਝੇ ਸਮਝਿਏ ਤਾਂ ਇਹ ਸੰਕਲਪ ਸਾਨੂੰ ਸਰੀਰਕ ਸਤੈ ਤੋ ਆਤਮਾ ਸਤੈ ਤੱਕ ਪਹੁੰਚ ਪਹੁੰਚਾ ਦੇਗਾ ਜੇ ਅਸੀਂ ਹੁਕਮ ਨੂੰ ਸਮਝ ਲਈਏ ਤਾਂ ਫਿਰ ਜਿਹੜੀ ਉਹ ਗੱਲ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਅਸੀਂ ਆਤਮਾ ਦੀ ਸਤੈ ਤੱਕ ਜਿਹੜੀ ਹੈ ਉਹ ਪਹੁੰਚ ਜਾਵਾਂਗੇ ਔਰ ਗੁਰੂ ਅੰਗਦ ਸਾਹਿਬ ਜੀ ਨੇ ਇਸ ਹੁਕਮ ਦੇ ਕੰਟੈਸਟ ਦੇ ਵਿੱਚ ਬੜੀ ਖੂਬਸੂਰਤ ਲਾਈਨ ਗੁਰਬਾਣੀ ਦੀ ਕਿ ਸੋ ਕਿਉਂ ਅੰਦਾ ਆਖੀਏ ਜੇ ਹੁਕਮੇ ਅੰਦਾ ਹੋਏ ਨਾਨਕ ਹੁਕਮ ਨਾ ਬੁਝੇ ਅੰਦਾ ਕਹਈਏ ਸੋਏ ਜਿਹੜਾ ਉਸ ਦੇ ਹੁਕਮ ਨੂੰ ਨਹੀਂ ਬੁਝਦਾ ਅੰਦਾ ਹੋਇਆ ਜਿਹੜਾ ਫਿਜ਼ੀਕਲੀ ਅੰਦਾ ਉਹਨੂੰ ਅੰਦਾ ਹੀ ਨਾ ਕਹੋ ਇਹ ਗੁਰੂ ਅੰਗਦ ਸਾਹਿਬ ਨੇ ਇੱਥੇ ਕਲੀਅਰ ਕੀਤਾ ਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਫਿਰ ਗੁਰਬਾਣੀ ਚ ਇਸ ਸ਼ਬਦ ਨੂੰ ਦੇ ਵਿੱਚ ਮੈਂ ਕਹਿੰਦਾ ਜਿਹੜੀ ਹੁਕਮ ਦਾ ਕੰਟੈਸਟ ਦੇ ਵਿੱਚ ਗੱਲ ਹੀ ਮੁਕਾ ਦਿੱਤੀ ਕੋ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਮਿੱਠਾ ਜੀਓ ਜਿਹਨੇ ਉਸਨੇ ਹੁਕਮ ਨੂੰ ਮਿੱਠਾ ਕਰਕੇ ਕਰ ਲਿਆ ਉਹਦੇ ਬਾਰੇ ਇਹ ਗੱਲ ਹੈ ਕਿ ਹੁਕਮ ਭਾਵੇਂ ਕਿ ਉਹ ਜਾਵੀ ਹੋਵੇ ਇਹ ਗੱਲ ਹਮੇਸ਼ਾ ਯਾਦ ਰੱਖਣਾ ਹੈ ਕਿ ਉਸ ਪਰਮਾਤਮਾ ਦੀ ਹੁਕਮ ਦੀ ਜਿਹੜੀ ਹੈ ਬੇਉਦੂਲੀ ਨਹੀਂ ਕਰਨੀ ਔਰ ਭਗਤ ਨਾਮਦੇਵ ਜੀ ਨੇ ਵੀ ਬੜੀ ਖੂਬਸੂਰਤੀ ਨਾਲ ਇਸ ਹੁਕਮ ਬਾਰੇ ਇੱਕ ਗੱਲ ਕਹਿਤੀ ਕਿ ਸਭੋ ਹੁਕਮ ਹੁਕਮ ਹੈ ਆਪੇ ਨਿਰਗੁਣ ਸਰਗੁਣ ਵੀ ਜਿਹੜਾ ਹੈ ਉਹ ਵੀ ਹੁਕਮ ਦੇ ਨਾਲ ਹੀ ਹੋਇਆ ਹੈ ਪਰਮਾਤਮਾ ਹੁਕਮ ਦਾ ਰੂਪ ਹੈ ਅਤੇ ਜੋ ਕੁਝ ਹੋ ਰਿਹਾ ਉਸਦੇ ਹੁਕਮ ਮੁਤਾਬਕ ਹੀ ਹੋ ਰਿਹਾ ਹੈ ਜਪਜੀ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋਂ ਸਤਿਕਾਰ ਬਣਨ ਦੀ ਗੱਲ ਕੀਤੀ ਹੈ ਤਾਂ ਪੂਰੀ ਖਲਤਕਤ ਨੂੰ ਸਮਝਾ ਦਿੰਦਾ ਹੈ ਕਿ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਸਭ ਦੁੱਖ ਸੁੱਖ ਉਸ ਦੇ ਹੁਕਮ ਨਾਲ ਰਜ਼ਾ ਨਾਲ ਸਬੰਧਤ ਨੇ ਇਹ ਗੱਲ ਜਿਹੜੀ ਹੈ ਇੱਥੇ ਸਾਨੂੰ ਹੁਕਮ ਦੀ ਗੱਲ ਸਮਝਾ ਦਿੰਦੀ ਹੈ ਹੁਕਮ ਜਿਹੜੀ ਹੈ ਪ੍ਰਮਾਤਮਾ ਦੇ ਹੁਕਮ ਦੇ ਤਿੰਨ ਜਿਹੜੇ ਨੇ ਉਸਪੈਕਟ ਦੱਸੇ ਨੇ ਇੱਕ ਹੁਕਮ ਕਹਿੰਦੇ ਨੇ ਰਚਨਾਤਮਕ ਹੁਕਮ ਹੁੰਦਾ ਹੈ ਰਚਨਾਤਮਕ ਹੁਕਮ ਨਾਲੋ ਜਿੰਨੀ ਯੂਨੀਵਰਸ ਦੀ ਯੂਨੀਵਰਸ ਜਿਹੜੀ ਹੈ ਇਹ ਬਣੀ ਹੈ ਇਹ ਰਚਨਾਤਮਕ ਹੁਕਮ ਹੈ ਦੂਸਰਾ ਵਿਧਾਨਕ ਹੁਕਮ ਇਹ ਚੰਦ ਇਹ ਤਾਰੇ ਹਵਾ ਇਹ ਸੂਰਜ ਇਹ ਦਿਨ ਇਹ ਰਾਤ ਇਹ ਸਾਰੇ ਵਿਧਾਨਕ ਹੁਕਮ ਨੇ ਔਰ ਇੱਕ ਤੀਸਰਾ ਆਚਾਰਵਾਦ ਹੁਕਮ ਜਿਹੜਾ ਐਥੀਕਲ ਕਹਿੰਦੇ ਨੇ ਜਿਹੜੀ ਜਿਹੜੀ ਮੋਰੈਲਿਟੀ ਕਹਿੰਦੇ ਨੇ ਇਹ ਗੁਰੂ ਨਾਨਕ ਸਾਹਿਬ ਨੇ ਇਸ ਹੁਕਮ ਨੂੰ ਤਿੰਨ ਹਿੱਸਿਆਂ ਦੇ ਵਿੱਚ ਗੱਲ ਕਰਕੇ ਕੀਤੀ ਹੈ ਤਾਂ ਜੀਵਨ ਜੀਣ ਦੇ ਦੋ ਢੰਗ ਹਨ ਇੱਕ ਢੰਗ ਹੈ ਸੰਘਰਸ਼ ਕਰਨਾ ਆਪਾ ਧਾਪੀ ਕਰਨੀ ਔਰ ਇੱਕ ਢਾਂਗਾ ਸਮਰਪਣ ਹੁਣ ਇੱਥੇ ਜਿਹੜਾ ਹੁਕਮ ਦਾ ਸਮਰਪਣ ਕਰ ਦੇਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸੰਘਰਸ਼ ਮੀਨ ਕੀ ਹੋ ਗਿਆ ਆਈ ਮੀ ਐਂਡ ਮਾਈ ਕਲਚਰ ਔਰ ਸਮਰਪਣ ਮੀਨ ਆਈ ਮੀ ਮਾਈ ਦਾ ਸਵਾਲ ਹੀ ਨਹੀਂ ਹੈ ਜੋ ਸੰਘਰਸ਼ੀ ਹੈ ਉਹ ਸੰਸਾਰੀ ਹੈ ਜੋ ਸਮਰਪਣ ਕਰਨ ਵਾਲਾ ਹੈ ਉਹ ਧਾਰਮਿਕ ਹੈ ਇੱਥੇ ਆ ਕੇ ਇਹਨਾਂ ਨੇ ਇੱਥੇ ਡਿਸੀਜਨ ਦਿੱਤਾ ਕਿ ਸੰਘਰਸ਼ ਔਰ ਸਮਰਪਣ ਦੇ ਵਿੱਚ ਇਹ ਫਰਕ ਹੈ ਸਮਰਪਣ ਵਿੱਚ ਹੀ ਧਰਮ ਹੈ ਸਮਰਪਣ ਦੇ ਵਿੱਚ ਹੀ ਤੁਸੀਂ ਕੁਝ ਪਾ ਸਕੋਗੇ ਤੋਂ ਸਮਰਕਮ ਸਮਰਪਣ ਜਿਹੜਾ ਹੈ ਇਹ ਹੁਕਮ ਨਾਲ ਸੰਬੰਧਿਤ ਹੈ ਔਰ ਇਸੇ ਇਸ ਤਰ੍ਹਾਂ ਸਚਾਰਾ ਉਹੀ ਬਣ ਸਕਦਾ ਹੈ ਜੋ ਉਸ ਦੇ ਹੁਕਮ ਅੱਗੇ ਸਮਰਪਣ ਕਰ ਦੇਵੇਗਾ ਇੱਥੇ ਇੱਕ ਪਾਸੇ ਤਾਂ ਸਭ ਕੁਝ ਉਹ ਅੰਤਰੀਆਤਮੀ ਅੰਤਰੀਆਮੀ ਪਰਮਾਤਮਾ ਤੇ ਛੱਡ ਦੇਣ ਦੀ ਗੱਲ ਹੈ ਔਰ ਦੂਸਰੇ ਪਾਸੇ ਉਸ ਦੇ ਹੁਕਮ ਮੇਨ ਕੁਦਰਤ ਦੇ ਕਾਨੂੰਨ ਅਨੁਸਾਰ ਆਪਣਾ ਜੀਵਨ ਬਿਤਾਉਣ ਦੀ ਗੱਲ ਹੈ ਇਹ ਦੋਨੋਂ ਗੱਲਾਂ ਸਮਰਪਣ ਵਿੱਚ ਆ ਜਾਂਦੀਆਂ ਹਨ ਔਰ ਅਗਲੀ ਪੌੜੀ ਵਿੱਚ ਇਸ ਹੁਕਮ ਵਾਲੇ ਪ੍ਰਮਾਤਮਾ ਨਾਲ ਪ੍ਰੇਮ ਦਾ ਸਬੰਧ ਜੋੜਨਾ ਜੋੜਨ ਲਈ ਪ੍ਰਮਾਤਮਾ ਨੇ ਪ੍ਰਮਾਤਮਾ ਨੇ ਸਾਨੂੰ ਜਿੰਨਾ ਵੀ ਬਲ ਦਿੱਤਾ ਹੈ ਕੁਦਰਤੀ ਸ਼ਕਤੀ ਦਿੱਤੀ ਹੈ ਜਿਹੜੀ ਕੁਦਰਤੀ ਸ਼ਕਤੀ ਪ੍ਰਮਾਤਮਾ ਵੱਲੋਂ ਮਨੁੱਖ ਨੂੰ ਦਿੱਤੀ ਗਈ ਹੈ ਉਹ ਅਸੀਂ ਬੇਫਜ਼ੂਲ ਦੀਆਂ ਗੱਲਾਂ ਵਿੱਚ ਜਿਹੜੀ ਹੈ ਉਹਦੂ ਵੇਸਟ ਕਰ ਦਿੰਨੇ ਆ ਇੱਥੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਜਿੰਨਾ ਵੀ ਬਲ ਦਿੱਤਾ ਜਿੰਨੀ ਐਨਰਜੀ ਦਿੱਤੀ ਹੈ ਉਸ ਅਨੁਸਾਰ ਉਸ ਦੇ ਗੁਣ ਗਾਉਣ ਦੀ ਗੱਲ ਜਿਹੜੀ ਹੈ ਜਿਹੜੀ ਗਾਵੇ ਕੋ ਗਾਵੇ ਵੱਲੀ ਪੋੜੀ ਹੈ ਕਰੋੜਾਂ ਕਰੋੜਾਂ ਵਾਰ ਉਸ ਪ੍ਰਮਾਤਮਾ ਦੇ ਕਥਨ ਕਰਨ ਦੇ ਯਤਨ ਕੀਤੇ ਜਾਂਦੇ ਹਨ ਪਰ ਨਾ ਉਸ ਦੇ ਕਥਨ ਮੁਕਨੇ ਮੁਕਦਿਆਂ ਤੇ ਨਾ ਹੀ ਉਸ ਦੀਆਂ ਸਿਫਤਾਂ ਮੁਕਦੀਆਂ ਹਨ ਉਹ ਆਪਣੀਆਂ ਦਾਤਾਂ ਜੁਗਾ ਜੁਗਾ ਤੋਂ ਦਿੱਤੀ ਜਾ ਰਹੀ ਹੈ ਪਰ ਲੈਣ ਵਾਲੇ ਲੈ ਲੈ ਕੇ ਥੱਕ ਜਾਂਦੇ ਨੇ ਦਿੰਦਾ ਦੇ ਥਾਇਲੈਂਦੇ ਥੱਕ ਜਾਈ ਦੀ ਜਿਹੜੀ ਪੋੜੀ ਹੈ ਪਰ ਉਹ ਪ੍ਰਮਾਤਮਾ ਅਨੰਦਤ ਹੋ ਰਿਹਾ ਹੈ ਪਰ ਫੁੱਲ ਹੋ ਰਿਹਾ ਹੈ ਵੇ ਪ੍ਰਵਾਹ ਹੋ ਕੇ ਵਿਗਸ ਰਿਹਾ ਹੈ ਹੁਣ ਪ੍ਰਸ਼ਣੇ ਹੋ ਰਿਹਾ ਹੈ ਪ੍ਰਸੰਨ ਹੋ ਰਿਹਾ ਹੈ ਔਰ ਖੁਸ਼ ਹੋ ਰਿਹਾ ਹੈ ਹੁਣ ਅਗਲੀ ਪੋੜੀ ਵਿੱਚ ਗੁਰੂ ਨਾਨਕ ਸਾਹਿਬ ਪ੍ਰਮਾਤਮਾ ਨੂੰ ਸੱਚਾ ਸਹਿਬ ਸੱਚਾ ਨਾਇਬ ਵਾਲੀ ਪੋੜੀ 'ਚ ਪ੍ਰਮਾਤਮਾ ਨੂੰ ਸੱਚਾ ਸਹਿਬ ਕਰਕੇ ਮੁਖਾਤਬ ਹੋ ਰਹੇ ਨੇ ਹੁਣ ਇੱਥੇ ਵੀ ਮੈਂ ਥੋੜੀ ਜੀ ਸੱਚੇ ਸਾਹਿਬ ਦੇ ਉੱਤੇ ਗੱਲ ਕੀਤੀ ਹੈ ਕਿ ਸੂਫੀ ਜਿਹੜੇ ਨੇ ਇਹ ਪਰਮਾਤਮਾ ਨੂੰ ਪ੍ਰੇਮਿਕਾ ਮੰਨਦੇ ਨੇ ਸਾਧਕ ਪ੍ਰੇਮੀ ਹੋ ਜਾਂਦਾ ਔਰ ਜਿਹੜਾ ਅ ਪਰਮਾਤਮਾ ਹੈ ਉਹ ਪ੍ਰੇਮੀ ਹੈ ਹਿੰਦੂ ਅਤੇ ਯਹੂਦੀ ਈਸਾਈ ਪਰਮਾਤਮਾ ਨੂੰ ਪਿਤਾ ਮੰਨਦੇ ਨੇ ਸਾਧਕ ਪੁੱਤਰ ਹੋ ਗਿਆ ਗੁਰੂ ਨਾਨਕ ਪਰਮਾਤਮਾ ਨੂੰ ਸਾਹਿਬ ਮੰਨ ਰਹੇ ਨੇ ਤਾਂ ਸਾਧਕ ਦਾਸ ਹੋ ਗਿਆ ਗੁਲਾਮ ਹੋ ਗਿਆ ਔਰ ਜਿੱਥੇ ਪ੍ਰੇਮੀ ਪ੍ਰੇਮਿਕਾ ਨੇ ਉਹ ਇੱਕੋ ਤਾਲਤੇ ਨੇ ਪਿਤਾ ਪੁੱਤਰ ਦੇ ਵਿੱਚ ਸੰਸਕਾਰ ਆ ਜਾਂਦੇ ਨੇ ਪਰ ਮਾਲਕ ਦਾ ਜਦੋਂ ਗੁਲਾਮ ਜਿਹੜਾ ਹੁੰਦਾ ਹੈ ਉਹ ਜਿਹੜਾ ਹੰਕਾਰ ਦੀ ਅਵਸਥਾ ਤੋਂ ਉੱਤੇ ਹੋ ਜਾਂਦਾ ਹੈ ਉਹ ਹੰਕਾਰ ਤੋਂ ਰਹਿਤ ਹੋ ਜਾਂਦਾ ਹੈ ਤਾਂ ਜੀਵ ਉਸ ਪਾਸੋਂ ਦਾਤਾ ਮੰਗਦੇ ਹਨ ਔਰ ਉਹ ਬਖਸ਼ਾ ਕਰਦਾ ਰਹਿੰਦਾ ਹੈ ਇੱਥੇ ਵੀ ਗੁਰੂ ਨਾਨਕ ਸਾਹਿਬ ਨੇ ਬੜਾ ਵੱਡਾ ਫਿਲਾਸੋਫੀਕਲ ਐਸਪੈਕਟ ਦਿੱਤਾ ਜਦੋਂ ਪ੍ਰਮਾਤਮਾ ਨੂੰ ਉਹਨਾਂ ਨੇ ਸਾਹਿਬ ਕਰਕੇ ਸੰਬੋਧਨ ਕੀਤਾ ਹੁਣ ਉਹ ਕਹਿ ਰਹੇ ਨੇ ਕਿ ਮੈਂ ਕਿਹੜੇ ਸ਼ਬਦ ਬੋਲਾਂ ਉਹ ਕਿਹੜੀ ਭਾਸ਼ਾ ਬੋਲਾਂ ਜਿਸ ਨੂੰ ਸੁਣ ਕੇ ਉਹ ਪਿਆਰ ਕਰੇ ਤਾਂ ਉਸ ਤੱਕ ਪਹੁੰਚਣ ਦੀ ਭਾਸ਼ਾ ਜਿਹੜੀ ਹੈ ਉਹ ਵੀ ਗੁਰੂ ਨਾਨਕ ਸਾਹਿਬ ਨੇ ਕਲੀਅਰ ਕੀਤਾ ਕਿ ਅਨੰਤ ਪ੍ਰੇਮ ਪ੍ਰੇਮ ਦੀ ਭਾਸ਼ਾ ਜਿਹੜੀ ਹੈ ਉਹ ਪਰਮਾਤਮਾ ਤੱਕ ਪਹੁੰਚਣ ਦੀ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਮਕਬੂਲ ਹੈ ਔਰ ਕਿਸੇ ਨੂੰ ਵਸ ਕਰਨਾ ਹੋਵੇ ਤੇ ਆਮ ਤੌਰ ਤੇ ਦੋ ਗੱਲਾਂ ਹੁੰਦੀਆਂ ਨੇ ਇੱਕ ਤਾਂ ਉਸ ਨੂੰ ਕੋਈ ਤੋਹਫ਼ਾ ਜਾਂ ਨਜ਼ਰਾਨਾ ਦਿੱਤਾ ਜਾਵੇ ਜਾਂ ਇੱਕ ਮਿੱਠੀ ਜ਼ੁਬਾਨ ਨਾਲ ਬੜੇ ਪਿਆਰ ਮੁਹੱਬਤ ਨਾਲ ਜਾਂ ਆਪਣੇ ਸ਼ੁਭ ਗੁਨਾ ਨਾਲ ਇਹ ਦਿੱਤੇ ਜਾ ਸਕਦੇ ਨੇ ਤੋਹਫ਼ੇ ਪਰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਜੇ ਸਾਰੀਆਂ ਦਾਤਾਂ ਹੀ ਉਹਨੇ ਦਿੱਤੀਆਂ ਨੇ ਤੇ ਫਿਰ ਉਹਦੀਆਂ ਦਿੱਤੀਆਂ ਦਾਤਾਂ ਨੂੰ ਉਹਨੂੰ ਕੀ ਦੇਨੀ ਆ ਤੋ ਉਥੇ ਇਹ ਗੱਲ ਕਰ ਰਹੇ ਨੇ ਕਿ ਜਿਸ ਸਦਕੇ ਉਸਦੇ ਦ دیدار ਹੋ ਜਾਣ ਤਾਂ ਗੁਰੂ ਨਾਨਕ ਸਾਹਿਬ ਨਸੀਹਤ ਦਿੰਦੇ ਹਨ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰੀ ਹੁਣ ਅੰਮ੍ਰਿਤ ਵੇਲੇ ਦੀ ਗੱਲ ਜਿਹੜੀ ਹੈ ਆਮ ਤੌਰ ਤੇ ਅਰਲੀ ਮਾਰਨਿੰਗ ਨੂੰ ਅੰਮ੍ਰਿਤ ਵੇਲਾ ਸੀ ਕਹਿੰਨੇ ਆ ਔਰ ਜਗਾ ਜਗਾ ਤੇ ਜਿੱਥੇ ਜਿੱਥੇ ਵੀ ਮੈਂ ਤਾਂ ਲਗਭਗ ਜਿੰਨੇ ਵੀ ਸਟਰੀਟ ਦੇਖੇ ਨੇ ਲਗਭਗ 100 ਦੇ ਕਰੀਬ ਉਹਨਾਂ ਸਾਰਿਆਂ ਵਿੱਚ ਮੋਸਟਲੀ ਅੰਮ੍ਰਿਤ ਵੇਲੇ ਨੂੰ ਅਰਲੀ ਮਾਰਨਿੰਗ ਦੀ ਗੱਲ ਕੀਤੀ ਗਈ ਹੈ ਪਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਅੰਮ੍ਰਿਤ ਵੇਲੇ ਦੇ ਵਿੱਚ ਕੁਝ ਹੋਰ ਵੀ ਐਸਪੈਕਟ ਨੇ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹਨਾ ਕਿ ਉਸ ਪਰੰਪਰਾ ਦਾ ਪਰਮਾਤਮਾ ਦੀਆਂ ਬੇਸ਼ੁਮਾਰ ਵਡਿਆਈਆਂ ਨੇ ਔਰ ਉਹਨਾਂ ਵਡਿਆਈਆਂ ਦਾ ਅੰਮ੍ਰਿਤ ਵੇਲੇ ਸੁਚੇਤ ਹੋ ਕੇ ਵਿਚਾਰ ਕਰਨਾ ਇਹ ਗੁਰੂ ਨਾਨਕ ਸਾਹਿਬ ਚਾਹੁੰਦੇ ਨੇ ਹੁਣ ਅੰਮ੍ਰਿਤ ਵੇਲਾ ਜਿਹੜਾ ਤਿੰਨ ਪ੍ਰਕਾਰ ਦਾ ਅੰਮ੍ਰਿਤ ਵੇਲੇ ਦੀ ਜਿਹੜੀ ਗੱਲ ਮੇਰੇ ਸਾਹਮਣੇ ਆਈ ਉਹ ਕਹਿੰਦੇ ਨੇ ਕਿ ਇੱਕ ਤਾਂ ਅੰਮ੍ਰਿਤ ਵੇਲਾ ਹੋ ਗਿਆ ਜਿਹੜਾ ਸੰਤ ਸਮਾਗਮ ਹੈ ਕਿਸੇ ਵੀ ਸੰਤ ਸਮਾਗਮ ਵਿੱਚ ਜਦੋਂ ਤੁਸੀਂ ਵਿਚਰਦੇ ਹੋ ਔਰ ਉਸ ਪਰਮਾਤਮਾ ਦੀਆਂ ਗੱਲਾਂ ਕਰ ਰਹੇ ਹੋ ਇੱਕ ਤਾਂ ਅਮਰਤ ਵੇਲਾ ਉਹ ਹੈ ਦੂਜਾ ਅਮਰਤ ਜਿਹੜਾ ਹੈ ਉਹ ਪ੍ਰਭਾਤ ਸਮੇਂ ਜੋ ਪਿਛਲੀ ਰਾਤ ਦਾ ਅਰਲੇ ਮਾਰਨਿੰਗ ਬਲਕਿ ਦੀ ਗੱਲ ਹੈ ਪ੍ਰਭਾਤ ਦੀ ਗੱਲ ਹੈ ਔਰ ਤੀਸਰਾ ਜਿਹੜਾ ਅਮਰਤ ਵੇਲਾ ਉਹ ਚਿੱਤ ਦੀ ਇਕਾਗਰਤਾ ਇਹ ਇਕਾਗਰਤਾ ਦੀ ਦਸ਼ਾ ਇਹ ਸਤ ਸੰਗ ਟਰੂਥ ਨਾਲ ਜਦੋਂ ਤੁਹਾਡਾ ਪਰਸਨਲ ਸੈਲਫ ਦਾ ਜਦੋਂ ਸੰਗ ਹੋ ਜਾਏਗਾ ਇੱਕ ਅਮਰਤ ਵੇਲਾ ਜਿਹੜਾ ਪੁਰਾਣੇ ਸ਼ਾਸਤਰਾਂ ਵਿੱਚ ਜਾਂ ਪੁਰਾਣੀ ਫਿਲਾਸਫੀਆਂ ਦੇ ਵਿੱਚ ਜਿਹੜੀ ਗੱਲ ਮਿਲਦੀ ਹੈ ਕਿ ਜਦੋਂ ਜਦੋਂ ਵੀ ਚਿੱਤ ਉਸ ਪਰਮਾਤਮਾ ਦਾ ਅਹਿਸਾਸ ਉਤਪੰਨ ਹੋਵੇ ਚਿੱਤ ਵਿੱਚ ਅਮਰਤ ਵੇਲਾ ਉਸ ਟਾਈਮ ਹੈ ਇੱਕ ਬੜੇ ਵੱਡੇ ਵਿਦਵਾਨ ਨੇ ਅਮਰਤ ਵੇਲੇ ਵਿੱਚ ਵੀ ਇੱਕ ਗੱਲ ਹੋਰ ਕਹੀ ਜਿਹੜੀ ਮੈਨੂੰ ਥੋੜੀ ਜੀ ਲੱਗਦਾ ਕਿ ਉਹ ਵੀ ਇੱਕ ਗੋਖਣ ਦਾ ਵਿਸ਼ਾ ਬੰਦਾ ਹੈ ਉਹ ਕਹਿੰਦੇ ਨੇ ਕਿ ਅਮਰਤ ਵੇਲਾ ਸੱਚ ਨਾ ਉਹ ਵਡਿਆਈ ਵਿਚਾਰ ਵੇਲਾ ਲਿਖਿਆ ਅਗਰ ਵੇਲੇ ਲਿਖਿਆ ਹੁੰਦਾ ਤੇ ਫਿਰ अर्ਲੀ ਮਾਰਨਿੰਗ ਕੋਮ ਉਹਦਾ ਮਤਲਬ ਅਰਲੀ ਮਾਰਨਿੰਗ ਹੀ ਹੋਣਾ ਸੀ ਕਿਉਂਕਿ ਇਹ ਅਮਰਤ ਵੇਲਾ ਲਿਖਿਆ ਇਹਦਾ ਇਹਦਾ ਮਤਲਬ ਇਹ ਕਿ ਸਿਚੁਏਸ਼ਨ ਹੈ ਹੁਣ ਪ੍ਰਭਾਤ ਦੇ ਸਵੇਰ ਦੀ ਅਰਲੀ ਮਾਰਨਿੰਗ ਦੀ ਥੋੜੀ ਜੀ ਮਹੱਤਤਾ ਹੈ ਇਹ ਪਰਮਾਤਮਾ ਵੱਲੋਂ ਕੁਦਰਤ ਵੱਲੋਂ ਦਿੱਤਾ ਹੋਇਆ ਇੱਕ ਐਸਾ ਸਮਾਂ ਹੁੰਦਾ ਹੈ ਜਿਹੜਾ ਸਮਾਂ ਬੜਾ ਪਵਿੱਤਰ ਸਮਾਂ ਹੈ ਸ਼ਾਂਤ ਹੈ ਤੁਸੀਂ ਰਾਤ ਨੂੰ ਸੋ ਕੇ ਉੱਠਦੇ ਹੋ ਤੁਹਾਡਾ ਜਿਹੜਾ ਮਾਈਂਡ ਹੈ ਇਹ ਬਿਲਕੁਲ ਫਰੈਸ਼ ਹੁੰਦਾ ਹੈ ਕੋਈ ਟੈਨਸ਼ਨਾਂ ਨਹੀਂ ਆ ਦਿਨ ਦੀਆਂ ਬਿਲਕੁਲ ਚਾਰੋਂ ਪਾਸੇ ਇੱਕਦਮ ਪਵਿੱਤਰਤਾ ਨਜ਼ਰ ਆਉਂਦੀ ਹੈ ਇਹ ਇੱਕ ਅਮਰਤ ਵੇਲਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਇਹ ਵਾਲਾ ਜਿਹੜਾ ਪਰਮਾਤਮਾ ਤੋਂ ਵੱਲੋਂ ਵੱਲੋਂ ਦਿੱਤਾ ਗਿਆ ਇਹ ਗਿਫਟ ਇਹ ਸਮਾਂ ਇਹ ਸਮਾਂ ਪਰ ਜਿਹੜਾ ਮਨੁੱਖ ਹੈ ਇਹ ਆਪਣੇ ਯਤਨਾਂ ਨਾਲ ਇਨਰ ਅ ਅੰਤਰ ਇਨਰ ਇੰਜੀਨੀਅਰਿੰਗ ਦੇ ਨਾਲ ਇਸ ਵੇਲੇ ਨੂੰ ਕ੍ਰੀਏਟ ਵੀ ਕਰ ਸਕਦਾ ਹੈ ਗੱਲ ਸਾਰੀ ਇਹ ਹੈ ਜਿਹੜੀ ਗੱਲ ਅਖੀਰ ਵਿੱਚ ਕਹੀ ਹੈ ਚਿੱਤ ਦੀ ਇਕਾਗਰਤਾ ਦੀ ਜਿਹੜਾ ਟਾਈਮ ਹੈ ਤੁਹਾਨੂੰ ਉਚਿਤ ਦੀ ਇਕਾਗਰਤਾ ਅਗਰ ਤੁਸੀਂ ਇਹ ਆਪਣੀ ਐਫਰਟਸ ਨਾਲ ਜਿਹੜੀਆਂ ਅੱਗੇ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਦੇ ਵਿੱਚ ਆਏਗਾ ਅਸੀਂ ਉੱਥੇ ਵੀ ਗੱਲਾਂ ਕਰਾਂਗੇ ਆਪਣੀਆਂ ਐਫਰਟਸ ਨਾਲ ਜਦੋਂ ਤੁਸੀਂ ਉਹ ਉਹ ਸਮਾਂ ਜਾਂ ਉਹ ਉਹ ਜਿਹੜੀ ਸਿਚੁਏਸ਼ਨ ਹੈ ਉਹਨੂੰ ਕ੍ਰੀਏਟ ਕਰ ਲੋਗੇ ਅੰਮ੍ਰਿਤ ਵੇਲਾ ਉਹ ਵੀ ਹੋ ਸਕਦਾ ਹੈ ਤੋਂ अर्ਲੀ ਮਾਰਨਿੰਗ ਦਾ ਸਮਾਂ ਸ਼ਾਂਤ ਤੇ ਤਾਜ਼ਾ ਹੁੰਦਾ ਔਰ ਇਹ ਪ੍ਰਮਾਤਮਾ ਵੱਲੋਂ ਇੱਕ ਬੜਾ ਇੱਕ ਪਵਿੱਤਰ ਸਮਾਂ ਦਿੱਤਾ ਹੁੰਦਾ ਤੋਂ ਉਸ ਉਸ ਅੰਮ੍ਰਿਤ ਵੇਲੇ ਨੂੰ ਮੈਂ ਥੋੜਾ ਜਿਹਾ ਕਲੀਅਰ ਕਰਨ ਲਈ ਗੁਰਬਾਣੀ ਦੀਆਂ ਇੱਕ ਦੋ ਲਾਈਨਾਂ ਨੇ ਕਿ ਉਹ ਕਿ ਗਾੜੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੇ ਬਰਮ ਦਾ ਬਰਮ ਭੁਲਾਇਆ ਜਿਵੇਂ ਇੱਕ ਮਿਰਗ ਦੇ ਅੰਦਰ ਕਸਤੂਰੀ ਹੈ ਪਰ ਉਸ ਨੂੰ ਪਤਾ ਨਹੀਂ ਲੱਗਦਾ ਉਹ ਥਾਂ ਥਾਂ ਤੇ ਘੁੰਮ ਰਿਹਾ ਇਸੇ ਤਰ੍ਹਾਂ ਵਾਰ-ਵਾਰ ਗੁਰਬਾਣੀ ਵਿੱਚ ਆਏਗਾ ਕਿ ਇਹ ਅੰਮ੍ਰਿਤ ਜਿਹੜਾ ਹੈ ਇਹ ਤਾਂ ਮਨੁੱਖੀ ਸਰੀਰ ਵਿੱਚ ਵੀ ਹੈ ਸਿਰਫ ਤੁਹਾਨੂੰ ਆਪਣੇ ਅੰਦਰ ਜਾਣਾ ਪਏਗਾ ਉਸ ਨੂੰ ਦੇਖਣ ਲਈ ਜਿਹੜੀ ਸੈਲਫ ਰਿਅਲਾਈਜੇਸ਼ਨ ਵਾਲੀ ਗੱਲ ਸਾਰੀ ਗੁਰਬਾਣੀ ਸਾਰੇ ਗੁਰੂ ਗ੍ਰੰਥ ਸਾਹਿਬ ਨੇ ਨੋ ਨੇ ਦਮਰਤ ਪ੍ਰਭ ਦਾ ਨਾਮ ਦੇਹੀ ਮੈਂ ਸਾਫ ਕਲੀਅਰ ਕੀਤਾ ਹੈਗਾ ਇਸ ਦੇਹੀ ਮੇ ਪੰਜ ਚੋਰ ਵਸੇ ਕਾਮ ਕ੍ਰੋਧ ਲੋ ਮੋਹ ਹੰਕਾਰਾ ਅੰਮ੍ਰਿਤ ਲੂਟੇ ਮਤਲਬ ਗੁਰਬਾਣੀ ਵਿੱਚ ਤੁਹਾਨੂੰ ਸਾਰੀ ਥਾਂ ਤੇ ਵਾਰ-ਵਾਰ ਸਮਝਾ ਦਿੱਤਾ ਗਿਆ ਕਿ ਅੰਮ੍ਰਿਤ ਤੁਹਾਡੇ ਅੰਦਰ ਹੈ ਪਰ ਇਹ ਜਿਹੜੇ ਪੰਜ ਸੈਂਸਸ ਨੇ ਇਹ ਜਿਹੜੇ ਪੰਜ ਵਾਈਸਸ ਨੇ ਇਹ ਉਸ ਅੰਮ੍ਰਿਤ ਨੂੰ ਤੁਹਾਨੂੰ ਅਹਿਸਾਸ ਨਹੀਂ ਹੁੰਦੇ ਰੇ ਜਿਹੜੀਆਂ ਡਿਜ਼ਾਇਰਸ ਦੇ ਤ੍ਰਿਸ਼ਨਾ ਦੀ ਗੱਲ ਮੈਂ ਕੀਤੀ ਕਿ ਇਸ ਡਿਜ਼ਾਇਰ ਨੂੰ ਜਿਹੜੀ ਜਨਮਾਂ ਜਨਮਾਂ ਤੋਂ ਡਿਜ਼ਾਇਰ ਸਾਡੇ ਜੀਨਸ ਦੇ ਵਿੱਚ ਹੈ ਇਹ ਉਸ ਨੂੰ ਵੇਖਣ ਨਹੀਂ ਦੇ ਰਹੀ ਤੋਂ ਮੈਂ ਇਹ ਕਹਿਣਾ ਚਾਹਨਾ ਕਿ ਮਾਰਨਿੰਗ ਸਮਾਜ ਅਰਲੀ ਇੱਕ ਆਈਡੀਆ ਸਿਚੁਏਸ਼ਨ ਤਾਂ ਜ਼ਰੂਰ ਹੈ ਪਰ ਇਹ ਜਿਹੜਾ ਸਿਚੁਏਸ਼ਨ ਹੈ ਜਿਹੜੀ ਜਿਹੜੀ ਉਸ ਪਰਮਾਤਮਾ ਦੇ ਨਾਲ ਚਿੱਤ ਜੋੜਨ ਦੀ ਸਿਚੁਏਸ਼ਨ ਹੈ ਜਾਂ ਹੁਣ ਅਸੀਂ ਬੈਠੇ ਅਗਰ ਪਰਮਾਤਮਾ ਵੱਲ ਥੋੜਾ ਜਿਹਾ ਵੀ ਸਾਡਾ ਅਗਰ ਧਿਆਨ ਹੈ ਤਾਂ ਬਲੀਵ ਮੀ ਕਿ ਅਸੀਂ ਜਿਹੜੇ ਗੱਲਾਂ ਕਰ ਰਹੇ ਆਂ ਇਹ ਅੰਮ੍ਰਿਤ ਵੇਲਾ ਹੈ। ਤੋਂ ਇਨਰ ਇੰਜੀਨੀਅਰਿੰਗ ਨਾਲ ਪਰਮਾਤਮਾ ਦਾ ਧਿਆਨ ਜਿਹੜਾ ਉਹ ਅੰਮ੍ਰਿਤ ਵੇਲਾ ਹੁੰਦਾ ਔਰ ਉਸ ਪਰਮਾਤਮਾ ਨੂੰ ਪ੍ਰਸ਼ੰਨ ਕਰਨ ਦਾ ਇਸ ਤੋਂ ਬਿਨਾ ਹੋਰ ਕੋਈ ਤਰੀਕਾ ਜਿਹੜਾ ਸਾਨੂੰ ਹੋਰ ਮਿਲ ਵੀ ਨਹੀਂ ਸਕਦਾ। ਹੁਣ ਅਗਲੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਚੌਥੀ ਪੌੜੀ ਚ ਕਰ ਰਹੇ ਨੇ ਕਿ ਕੋਈ ਤਰੀਕਾ ਭਗਤੀ ਦਾ ਨਹੀਂ ਹੈ ਜਿਹੜੇ ਬੁੱਤ ਪੂਜਾ ਕਰਦੇ ਨੇ ਜਾਂ ਕੋਈ ਕਰਮ ਕਾਂਡ ਕਰਦੇ ਨੇ ਇਹ ਕੋਈ ਭਗਤੀ ਨਹੀਂ ਹੈ ਨਾ ਉਸ ਦੀ ਸੇਵਾ ਕਰਨਾ। ਪ੍ਰੇਮ ਨਾਲ ਉਸ ਦੇ ਉਸ ਦੇ ਗੁਣ ਗਾਉਣਾ ਅਤੇ ਆਪਣੇ ਅੰਦਰ ਤੱਕ ਉਸ ਦੇ ਨਾਮ ਨੂੰ ਲਿਜਾਣਾ ਜਿਹੜਾ ਇਹ ਹੀ ਕਾਫੀ ਹੈ ਗੁਰੂ ਦਾ ਵਾਕ ਵਾਕ ਹੀ ਨਾਦ ਹੈ ਔਰ ਵਾਕੀ ਜਿਹੜਾ ਉਹ ਵੇਦ ਹੈ ਜਿਹੜਾ ਗੁਰਮੁਖ ਨਾਦਨ ਗੁਰਮੁਖ ਵੇਦੰਗ ਦੀ ਗੱਲ ਹੈ ਤੀਰਥ ਛਨਾਨਾ ਨਾਲ ਕਰਮ ਕਾਂਡਾ ਨਾਲ ਉਸ ਪ੍ਰਮਾਤਮਾ ਨੂੰ ਜੋ ਹੈ ਉਹ ਪ੍ਰਸੰਨ ਨਹੀਂ ਕੀਤਾ ਜਾ ਸਕਦਾ ਜਟਪਟ ਵਾਲੇ ਸਾਧਨ ਛੱਡ ਕੇ ਗੁਰੂ ਨਾਨਕ ਸਾਹਿਬ ਉਹ ਇੱਥੇ ਕਹਿ ਰਹੇ ਨੇ ਕਿ ਅਮਲੀ ਜ਼ਿੰਦਗੀ ਪ੍ਰੈਕਟਿਸ ਵਾਲੀ ਜ਼ਿੰਦਗੀ ਬਣਨ ਦੀ ਗੱਲ ਦੇ ਰੀਆਉ ਕਤੇ ਉਹ ਮਨੁੱਖ ਨੂੰ ਇਹ ਕਹ ਰਿਹਾ ਨੇ ਕਿ ਤੂੰ ਅਮਲ ਕਰ ਪਹਿਲੇ ਉਸ ਨੂੰ ਗਿਆਨ ਨੂੰ ਆਪਣੇ ਜਿਹੜੇ ਪੰਜਾਂ ਚੋਰਾ ਨੂੰ ਖਤਮ ਕਰਕੇ ਆਪਣੇ ਅੰਦਰ ਪਵਿੱਤਰਤਾ ਲਿਆ ਔਰ ਫਿਰ ਉਸ ਨੂੰ ਅਮਲ ਵਿੱਚ ਲਿਆ ਔਰ ਉਹਦੀ ਸ਼ਰਨ ਦੇ ਵਿੱਚ ਜਾਏ ਬਗਾਰ ਨਾ ਤਾਂ ਤੁਹਾਡੀ ਜਿਹੜੀ ਹੈ ਉਹ ਫਿਰ ਉਹ ਕਲੀਅਰ ਗਏ ਕੀਤਾ ਕਿ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਇੱਕ ਸਿੱਖ ਸੁਨੇ ਕਿ ਗੁਰੂ ਦੀ ਇੱਕ ਗੱਲ ਸੁਣਨ ਨਾਲ ਤੁਹਾਡੀ ਮਤ ਵਿੱਚ ਜਿਹੜੇ ਰਤਨ ਜਵਾਹਰ ਮਾਨਕ ਨੇ ਏ ਜਿਹੜੇ ਨੇ ਉਹ ਤੁਹਾਨੂੰ ਇਹਦੀ ਅਹਿਸਾਸ ਹੋ ਜਾਏਗਾ ਹਜ਼ਾਰਾਂ ਗੱਲਾਂ ਸੁਣਨ ਨਾਲ ਕੁਝ ਨਹੀਂ ਹੁੰਦਾ ਇੱਕੋ ਹੀ ਸੁਣਨ ਨਾਲ ਸਭ ਕੁਝ ਹੋ ਜਾਂਦਾ ਹੁਣ ਦੋ ਰਾਹ ਹਨ ਸੁਣਨ ਦੇ ਇੱਕ ਬੁੱਧੀ ਦਾ ਦੂਸਰਾ ਰਾਹ ਹਿਰਦੇ ਦਾ ਗੁਰੂ ਦੀ ਸਿੱਖਿਆ ਤਾਂ ਹਿਰਦੇ ਨਾਲ ਹੀ ਸੁਣੀ ਜਾ ਸਕਦੀ ਹੈ ਇਹ ਹੁਣ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਹੈ ਉਹ ਇਹਨੂੰ ਕਹਿੰਦੇ ਆਨ ਆਰਟ ਆਫ ਲਿਸਨਿੰਗ ਹੁਣ ਅੱਗੇ ਜਿਹੜੀਆਂ ਨੇ ਚਾਰ ਪੋੜੀਆਂ ਸੁਣਨ ਦੀਆਂ ਨੇ ਇਸ ਦੀ ਜਿਹੜੀ ਇੰਪੋਰਟੈਂਸ ਜਿਹੜੀ ਹੈ ਸੁਣਨ ਦੀ ਇਹ ਚਾਰ ਪੋੜੀਆਂ ਦੇ ਵਿੱਚ ਉਹਨਾਂ ਨੇ ਕੀਤਾ ਇਸ ਨੂੰ ਮੈਂ ਨਵਾਂ ਇੱਕ ਨਾਂ ਜਿਹੜਾ ਮੈਂ ਪੜਿਆ ਬੜੀਆਂ ਬਣੀ ਬੜੇ ਵਿਦਵਾਨਾਂ ਦੀ ਗੱਲ ਉਹ ਇਸ ਨੂੰ ਕਹਿੰਦੇ ਨੇ ਕਿ ਸਰਵਨ ਭਗਤੀ ਹੈ ਸੁਣਨ ਦੀ ਭਗਤੀ ਹੈ ਹੁਣ ਇਹ ਇੱਕ ਆਰਟ ਹੈ ਮਹਾਵੀਰ ਜੈਨ ਜੈਨਿਜ਼ਮ ਦੇ ਜਿਹੜੇ ਬੜੇ ਵੱਡੇ ਜਿਹਨੂੰ ਭਗਵਾਨ ਮਹਾਵੀਰ ਵੀ ਕਹਿੰਦੇ ਨੇ ਉਹ ਲੋਕ ਇਹ ਮੋਕਸ਼ ਲਈ ਉਸਨੇ ਚਾਰ ਘਾਟ ਦੱਸੇ ਸੀ ਉਹਨਾਂ ਵਿੱਚੋਂ ਇੱਕ ਸ਼ਰਾਵਕ ਹੈ ਕਿ ਜੇ ਮੋਕਸ਼ ਪ੍ਰਾਪਤ ਕਰਨਾ ਹੈ ਤੇ ਜਿਹੜਾ ਸ਼ਰਾਵਕ ਹੈ ਸੁਣਨ ਵਾਲਾ ਚੇਲਾ ਉਹਨੂੰ ਨਾਂ ਦਿੱਤਾ ਗਿਆ ਜੋ ਸੁਣਨ ਵਿੱਚ ਅਰਥ ਜੋ ਸੁਣਨ ਵਿੱਚ ਸਮਰੱਥ ਹੈ ਉਹ ਮੋਕਸ਼ ਪਾ ਸਕਦਾ ਹੈ ਇਹ ਮਹਾਵੀਰ ਕਹਿ ਰਹੇ ਨੇ ਜਿਹੜਾ ਸੁਣਨ ਦੀ ਕਲਾ ਸਿੱਖ ਗਿਆ ਜਿਸ ਨੇ ਜਾਣ ਲਿਆ ਕਿਵੇਂ ਸੁੰਨਾ ਹੈ ਪਛਾਣ ਲਿਆ ਕੀ ਸੁੰਨਾ ਹੈ ਹੁਣ ਸਾਇੰਟਿਸਟ ਦੀਆਂ ਸੈਂਸਸ ਦੀਆਂ ਜਦੋਂ ਖੋਜ ਕੀਤੀ ਜਿਹੜੀਆਂ ਸਾਡੀਆਂ ਪੰਜ ਸੈਂਸਸ ਨੇ ਉਦੇ ਚ ਉਹ ਕਹਿੰਦੇ ਨੇ ਕਿ 98% ਸੂਚਨਾਵਾਂ ਅਸੀਂ ਆਪਣੇ ਅੰਦਰ ਲੈਂਦੇ ਹੀ ਨਹੀਂ ਜੋ ਕੁਝ ਅਸੀਂ ਸੁਣਦੇ ਆ ਅਸੀਂ 2% ਜਾਂ 3% ਤੱਕ ਆਪਣੇ ਅੰਦਰ ਉਸ ਨੂੰ ਸਮਾਨਦੇ ਆ ਬਾਕੀ ਅਸੀਂ ਇਧਰੋਂ ਸੁਣ ਕੇ ਦੂਸਰੇ ਪਾਸੋਂ ਕੱਢਣ ਦੀ ਗੱਲ ਕਰਦੇ ਆ ਫਿਰ ਉਹ ਇੱਕ ਕਿਸੇ ਵਿਦਵਾਨ ਨੇ ਕਿਹਾ ਨਾ ਕਿ ਲਿਸਨਿੰਗ ਇਜ਼ ਦਾ ਮੋਸਟ ਡਿਫਿਕਲਟ ਐਕਟੀਵਿਟੀ ਕਿ ਜਿਹੜਾ ਸੁਣ ਲੈ ਨਾ ਸਭ ਤੋਂ ਜਿਹੜਾ ਓਖਾ ਜਿਹੜਾ ਹੈ ਉਹ ਸੁਣਨਾ ਹੈ ਤਾਂ ਸਰਵੰਦੀ ਕਲਾ ਜਾਂ ਸੁਣਨ ਦੀ ਸ਼ਕਤੀ ਸ਼ਕਤੀ ਤਾਦੀ ਮਿਲਦੀ ਹੈ ਜਦ ਅੰਦਰਲਾ वार्तालाप ਜਿਹੜੇ ਅੰਦਰਲੇ ਡਾਇਲੋਗ ਸਾਡੇ ਹੋ ਰਹੇ ਨੇ ਉਹ ਬੰਦ ਹੋ ਜਾਣ ਔਰ ਫਿਰ ਆਪਣੇ ਅੰਦਰ ਦਾ ਸੁਣਨਾ ਆ ਜਾਵੇਗਾ ਆਪਣੇ ਹਿਰਦੇ ਦੀ ਧੜਕਣ ਵੀ ਸੁਣ पाओगे ਜਿੰਨੇ ਸੁਣਨਾ ਸਿੱਖ ਲਿਆ ਨਾ ਉਹਨੂੰ ਤਾਂ ਆਪਣੇ ਬਲੱਡ ਦਾ ਜਿਹੜਾ ਬਲੱਡ ਚੱਲ ਰਿਹਾ ਉਹਦੀ ਵੀ ਆਵਾਜ਼ ਆ ਜਾਏਗੀ ਹੁਣ ਇਹ ਇਹ ਬੜੀ ਵੱਡੀ ਸਾਧਨਾ ਹੈ ਅਸੀਂ ਇਸ ਨੂੰ ਸੁਣਨ ਦੀਆਂ ਪੋੜੀਆਂ ਪੜ ਲਈਆਂ ਜ਼ਰੂਰ ਹੈ ਲੇਕਿਨ ਇੱਕ ਬੜਾ ਵੱਡੀ ਇੱਕ ਕਲਾ ਹੈਗੀ ਬੜਾ ਵੱਡਾ ਆਰਟ ਹੈ ਥੋੜੀ ਜੀ ਆ ਕੋਸ਼ਾਂ ਮੈਂ ਕਰਦੇ ਕਈਆਂ ਨੂੰ ਦੇਖਿਆ ਜਿਹੜੇ ਅੰਦਰ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਸੁਣ ਲੈਂਦੇ ਨੇ ਇਹ ਮੈਂ ਖੁਦ ਕਈਆਂ ਨੂੰ ਇਸ ਗੱਲ ਦਾ ਮੈਂ ਦੇਖਿਆ ਖੂਨ ਦੀ ਗਤੀ ਦੀ ਆਵਾਜ਼ ਤੱਕ ਸੁਣ ਸਕਦੇ ਨੇ ਇਸ ਲਈ ਸੁਣਨ ਨੂੰ ਮਹੱਤਤਾ ਜਿਹੜੀ ਹੈ ਗੁਰੂ ਨਾਨਕ ਸਾਹਿਬ ਨੇ ਨਾ ਚਾਰ ਪੌੜੀਆਂ ਵੀ ਦਿੱਤੀ ਹੈ ਜਿਸਿਸ ਕ੍ਰਾਈਸਟ ਨੇ ਆਪਣੇ ਲੋਕਾਂ ਨੂੰ ਪ੍ਰੇ ਕਰਨ ਲਈ ਪ੍ਰੇਰਦੇ ਰਹੇ ساری ਉਮਰ ਪਰ ਨਾਲ ਇਹ ਕਿਹਾ ਕਿ ਪ੍ਰੇ ਉਹੀ ਕਰ ਸਕਦਾ ਹੈ ਅਰਦਾਸ ਉਹੀ ਕਰ ਸਕਦਾ ਹੈ ਜੀਵ ਵਿੱਚ ਸੁਣਨ ਦੀ ਆਦਤ ਹੋਵੇ ਮਤਲਬ ਮੈਂ ਇੱਥੇ ਵਾਰ-ਵਾਰ ਸੁਣਨ ਨੂੰ ਇਸ ਲਈ ਕਰ ਰਿਹਾ ਕਿ ਸੁਣਨਾ ਜਿਹੜਾ ਇੱਕ ਬਹੁਤ ਵੱਡਾ ਫੀਚਰ ਹੈ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜੇ ਮਨ ਸੁਣਨਾ ਬੰਦ ਕਰ ਦੇਵੇ ਤੇ ਬਾਹਰ ਦਾ ਸ਼ੋਰ ਆਪੇ ਹੀ ਸੁਣਨਾ ਬੰਦ ਹੋ ਜਾਏਗਾ ਮਨ ਇੱਕੋ ਸਮੇਂ ਇੱਕੋ ਕੰਮ ਕਰਦਾ ਹੈ ਜਾਂ ਅੰਦਰ ਦੀ ਸੁਣ ਸਕਦਾ ਹੈ ਤੇ ਜਾਂ ਬਾਹਰ ਦੀ ਸੁਣ ਸਕਦਾ ਹੈ ਮਨ ਨੂੰ ਧਿਆਨ ਦੇ ਧਿਆਨ ਦੇ ਕੰਨਾਂ ਨਾਲ ਜੋੜਨਾ ਹੈ ਮੈਂ ਵਾਰ-ਵਾਰ ਕਹਿਣਾ ਕਿ ਜਪਜੀ ਸਾਹਿਬ ਦੇ ਜਦੋਂ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਦਾ ਜਪਜੀ ਸਾਹਿਬ ਸਾਰ ਹੈ ਸਾਰੀ ਜਿਹੜੀ ਫਿਲਾਸਫੀ ਹੈ ਗੁਰੂ ਗ੍ਰੰਥ ਸਾਹਿਬ ਦੀ ਉਹ ਜਪਜੀ ਅਗਰ ਸਮਝ ਜਾਓਗੇ ਤੁਹਾਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਸਮਝਣਾ ਬਹੁਤ-ਬਹੁਤ ਆਸਾਨ ਹੋ ਜਾਏਗਾ ਤੇ ਮੈਂ ਤਾਂ ਵਾਰ-ਵਾਰ ਕਹਿਣਾ ਕਿ ਇੱਥੇ ਕਿ ਰੀਡ ਬਿਹਾਈਂਡ ਦਾ ਲਾਈਨ ਕਿ ਜਪਜੀ ਸਾਹਿਬ ਵਿੱਚ ਜਿਹੜੀਆਂ ਸੁਣਨ ਦੀਆਂ ਚਾਰ ਪੌੜੀਆਂ ਨੂੰ ਇਤਨਾ ਸੋਖੇ ਤਰੀਕੇ ਨਾਲ ਲੈਣਾ ਨਾ ਲੈਣਾ ਤਾਂ ਹੀ ਤਾਂ ਅਸੀਂ ਹਜ਼ਾਰਾਂ ਸੈਂਕੜੇ ਸਾਲਾਂ ਤੋਂ ਬਾਣੀਆਂ ਪੜਦੇ ਰਹਿੰਦੇ ਹਾਂ ਪਰ 25 23 30 ਸਾਲ ਤੋਂ ਅਸੀਂ ਪਾਠ ਕਰ ਰਹੇ ਹਾਂ ਪਰ ਜ਼ਿੰਦਗੀ ਦੇ ਵਿੱਚ ਕੋਈ ਚੇਂਜ ਨਹੀਂ ਆਇਆ ਤੇ ਇਹਦਾ ਕਾਰਨ ਕੋਈ ਕੋਈ ਨਾ ਕੋਈ ਤਾਂ ਹੈ ਉਹਦਾ ਕਾਰਨ ਇਹ ਹੈ ਕਿ ਅਸੀਂ ਜਿਹੜਾ ਸੁਣਨਾ ਹੈ ਜੋ ਗੁਰੂ ਨਾਨਕ ਸਾਹਿਬ ਸੁਣਨ ਲਈ ਸਾਨੂੰ ਕਹਿ ਰਹੇ ਨੇ ਅਸੀਂ ਉਸ ਨੂੰ ਸ਼ਾਇਦ ਫੋਲੋ ਨਹੀਂ ਕਰ ਰਹੇ ਸਾਡੇ ਕੋਲ ਪੰਜ ਗਿਆਨ ਇੰਦਰੀਆਂ ਨੇ ਅੱਖਾਂ ਕੰਨ ਨੱਕ ਜੀਭ ਤੇ ਚਮੜੀ ਹਰ ਇੰਦਰੀ ਦਾ ਆਪਣਾ ਆਪਣਾ ਕੰਮ ਹੈ ਦੇਖਣਾ ਸੁਣਨਾ ਸੁੰਘਣਾ ਚੱਖਣਾ ਤੇ ਸਪਰਸ਼ ਇਹ ਪੰਜ ਇੰਦਰੀਆਂ ਦੇ ਜਿਹੜੇ ਫੀਚਰਸ ਨੇ ਔਰ ਇਹਨਾਂ ਦਾ ਜਿਹੜਾ ਕੰਟਰੋਲ ਹੈ ਇਨਾ ਜਿਹੜਾ ਕਨੈਕਸ਼ਨ ਹੈ ਉਹ ਮਨ ਨਾਲ ਹੈ ਔਰ ਮਨ ਕਿਦੇ ਕਹੇ ਤੇ ਚੱਲਦਾ ਹੈ ਮਨ ਦਾ ਕੰਟਰੋਲ ਜਿਹੜਾ ਹੈ ਉਹ ਡਿਜ਼ਾਇਰਸ ਕਰਦੀਆਂ ਨੇ ਤ੍ਰਿਸ਼ਨਾ ਤੋ ਇਹ ਜਿਹੜੀਆਂ ਡਿਜ਼ਾਇਰ ਜੋ ਚੰਦੀ ਹੈ ਮਨ ਉਸ ਅਨੁਸਾਰ ਚੱਲਦਾ ਔਰ ਜੋ ਦੇਖਣਾ ਚਾਹੇ ਡਿਜ਼ਾਇਰਸ ਜੋ ਦੇਖਣਾ ਚਾਹੰਦੀ ਹੈ ਨੇ ਮਨ ਉਹ ਹੀ ਦੇਖਦਾ ਹੈ ਡਿਜ਼ਾਇਰ ਜੋ ਸੁਣਨਾ ਚਾਹੰਦੀ ਹੈ ਨੇ ਮਨ ਉਹ ਹੀ ਸੁਣਦਾ ਹੈ ਡਿਜ਼ਾਇਰ ਜੋ ਚੱਖਣਾ ਚਾਹੰਦਾ ਹੈ ਮਨ ਉਹ ਹੀ ਚੱਖਦਾ ਹੈ ਤੋ ਮਨ ਇਸ ਦਾ ਕਲਪਰੇਟ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਨੇ ਮਨ ਨੂੰ ਕੰਟਰੋਲ ਕਰ ਲਿਆ ਮਨ ਮਾਰੇ ਜੀਵਤ ਮਰ ਜਾਣ ਤੇ ਮਨ ਇਹਨਾਂ ਇੰਦਰੀਆਂ ਦੇ ਵਿਗਾਰ ਵੀ ਇਹਨਾਂ ਇੰਦਰੀਆਂ ਦਾ ਰਸ ਲੈ ਸਕਦਾ ਹੁਣ ਜੇ ਤੁਸੀਂ ਕੰਨ ਬੰਦ ਵੀ ਕਰ ਦਿਓ ਤੁਹਾਨੂੰ ਫਿਜ਼ੀਕਲੀ ਨਹੀਂ ਸੁਣ ਰਿਹਾ ਮਨ ਫਿਰ ਵੀ ਸੁਨੇਗਾ ਅੱਖਾਂ ਬੰਦ ਕਰ ਦਿਓ ਤੁਹਾਨੂੰ ਨਹੀਂ ਦਿਖ ਰਿਹਾ ਪਰ ਮਨ ਫਿਰ ਵੀ ਦੇਖ ਸਕਦਾ ਤੁਸੀਂ ਅੱਖਾਂ ਬੰਦ ਕਰ ਲਓ ਹੁਣ ਮਨ ਨਾਲ ਭਾਵੇਂ ਅੱਖਾਂ ਦਾ ਸੰਬੰਧ ਟੁੱਟ ਗਿਆ ਪਰ ਫਿਰ ਵੀ ਮਨ ਦੀਆਂ ਅੱਖਾਂ ਰਾਈ ਜੋ ਮਨ ਚਾਹ ਉਹ ਦੇਖ ਸਕਦੇ ਹੋ ਜੋ ਸੁਣਨਾ ਚਾਹੋਗੇ ਸੁਣ ਸਕਦੇ ਹੋ ਇਸੇ ਲਈ ਗੁਰਮਾਨੀ ਕਹਿ ਰਹੀ ਹੈ ਜਿਹੜੀ ਗੱਲ ਮੈਂ ਪਹਿਲੇ ਕਈ ਮਨ ਮਾਰੇ ਜੀਵਤ ਮਰ ਜਾਣੇ ਦਾ ਜਿਹੜਾ ਅੰਗਰੇਜ਼ੀ ਵਿੱਚ ਅਨੁਵਾਦ ਹੈ ਹੂਸ ਓਵਰ ਸਬਡਿਊਸ ਹਿਸ ਮਾਈਂਡ ਇਹ ਹੁਣ ਸਬਡਿਊ ਦੇ ਵਿੱਚ ਜਿਹੜਾ ਡਿਕਸ਼ਨਰੀ ਦੇ ਵਿੱਚ ਮਤਲਬ ਲਿਖਿਆ ਉਹ ਹੈ ਕਵਾਈਟ ਐਂਡ ਥੌਟਫੁਲ ਤੋ ਇਹ ਗੁਰੂ ਸਾਹਿਬ ਨੇ ਇਸ ਲਈ ਧਿਆਨ ਨਾਲ ਸੁਣਨ ਦੀ ਗੱਲ ਕਰ ਰਹੇ ਨੇ ਔਰ ਧਿਆਨੀ ਮਨ ਨੂੰ ਕੰਟਰੋਲ ਕਰਕੇ ਕਿਸੇ ਵੀ ਮੰਤਰ ਕਿਸੇ ਵੀ ਵਿਚਾਰ ਨੂੰ ਮਨ ਵਿੱਚ ਟਿਕਾ ਲੈਂਦੇ ਨੇ ਉਹ ਟਿਕਾਈ ਰੱਖਦੇ ਹਨ ਇਸ ਲਈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਖੂਬਸੂਰਤ ਲਾਈਨ ਹੈ ਉਹ ਹੈ ਕਿ ਪ੍ਰਭ ਕੀ ਉਸਤਤ ਕਰੋ ਸੁਤਮ ਸੰਤਮੀਤ ਸਾਵਧਾਨ ਇਕਾਗਰ ਚੀਤ ਇਹ ਹੁਣ ਇਕਾਗਰ ਚੀਤ ਵੱਲਾ ਜਿਹੜਾ ਸੁਣਨਾ ਹੈ ਇਹ ਗੁਰੂ ਸਾਹਿਬ ਸੁਣਨ ਦੀਆਂ ਨਪੂੜੀਆਂ ਵਿੱਚ ਇਹ ਕਹਿ ਰਹੇ ਨੇ ਤਾਂ ਧਿਆਨ ਨਾਲ ਚਿੱਤ ਨਾਲ ਪ੍ਰਭ ਦੀ ਉਸਤਤ ਸੁਣੋ ਅੱਜ ਇੱਕ ਅਮਰੀਕਾ ਦੀ ਮੈਂ ਹੁਣੇ ਕੋਈ ਖੋਜ ਪੜ੍ਹ ਰਿਆ ਸੀ ਸੁਣਨ ਬਾਰੇ ਉਹ ਸਾਈਕੋਲੋਜਿਸਟ ਨੇ ਉਹਨਾਂ ਨੇ ਖੋਜ ਕਰਕੇ ਦੱਸਿਆ ਕਿ ਕੋਈ ਵੀ ਵੱਡੀ ਤੋਂ ਵੱਡੀ ਸਮੱਸਿਆ ਹੋਵੇ 50% ਉਸੇ ਸਮੇਂ ਹੱਲ ਹੋ ਸਕਦੀ ਹੈ ਜੇ ਲੋਕਾਂ ਨੂੰ ਉਹਨਾਂ ਦੀ ਗੱਲ ਨੂੰ ਕਹਿਣ ਦਾ ਮੌਕਾ ਦੇ ਦਿੱਤਾ ਜਾਵੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਦਿਲੋਂ ਸੁਣ ਲਿਆ ਜਾਵੇ ਜੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਲਿੱਤੀਆਂ ਜਾਣ ਤੇ 50% ਉਹ ਸਮੱਸਿਆਵਾਂ ਉਹ ਸੁਣਨ ਨਾਲ ਹੀ ਹੱਲ ਹੋ ਜਾਣਗੀਆਂ ਸੁਣਨ ਦੀ ਇੰਨੀ ਮੱਤਤਾ ਦੱਸੀ ਗਈ ਹੈ ਔਰ ਇਸ ਲਈ ਇੱਕ ਜਿਹੜੇ ਅਮਰੀਕਨ ਦੇ ਅਮਰੀਕਨ ਸਾਈਕੋਲੋਜਿਸਟ ਨੇ ਉਹਨਾਂ ਨੇ ਉਸ ਇਸ ਲਈ ਸੁਣਨ ਦੀ ਜਿਹੜੀ ਇਸ ਟਾਈਪ ਦੇ ਸੁਣਨ ਦੀ ਇੱਕ ਟਰਮ ਲਿਖੀ ਉਹਨੂੰ ਕਹਿੰਦੇ ਨੇ ਸਹਿ ਹਿਰਦੇ ਸੁੰਨਾ ਹਿਰਦੇ ਨਾਲ ਸੁੰਨਾ ਮਤਲਬ ਇਕਾਗਰ ਹੋ ਕੇ ਸੁੰਨਾ ਤਾਂ ਦੂਸਰੇ ਨੂੰ ਦਿਲ ਖੋਲ ਕੇ ਆਪਣੇ ਅੰਦਰ ਪ੍ਰਵੇਸ਼ ਕਰਨ ਦੀ ਇਜਾਜ਼ਤ ਦੇਣਾ ਜਾਂ ਦਿਲ ਖੋਲ ਕੇ ਸੁਣ ਕੇ ਆਪਣੇ ਅੰਦਰ ਵਸਾ ਲੈਣਾ ਇਹ ਸਹਿ ਹਿਰਦੇ ਸੁੰਨਾ ਹੈ ਤਾਂ ਕੁਝ ਕੋਟੇਸ਼ਨਾਂ ਵੀ ਨੇ ਇਸ ਤਰ੍ਹਾਂ ਦੀਆਂ ਬੜੀਆਂ ਵੀ ਤੁਸੀਂ ਦੁਨੀਆ ਦੇ ਵੱਡੇ ਤੋਂ ਵੱਡੇ ਬੰਦੇ ਨੂੰ ਦੇਖ ਲਓ ਤੇ ਉਹਨਾਂ 'ਚ ਇੱਕ ਫੀਚਰ ਜਿਹੜਾ ਹੈ ਉਹ ਬੜਾ ਜ਼ਰੂਰ ਹੋਏਗਾ ਕਿ ਦੇ ਆਰ ਗੁੱਡ ਲਿਸਨਰ ਕੋਈ ਵੱਡਾ ਵਿਦਵਾਨ ਸਾਇੰਟਿਸਟ ਡਾਕਟਰ ਲੈ ਲਓ ਉਹਨਾਂ ਦੇ ਵਿੱਚ ਜਿਹੜਾ ਇੱਕ ਫੀਚਰ ਕੋਮਨ ਮਿਲੇਗਾ ਕਿ ਉਹ ਇਹ ਹੋਏਗਾ ਕਿ ਉਹ ਗੁੱਡ ਲਿਸਨਰ ਹੋਣਗੇ ਔਰ ਫਿਰ ਪਰਮਾਤਮਾ ਨੇ ਵੀ ਤਾਂ ਜਦੋਂ ਸਾਨੂੰ ਬਣਾਇਆ ਤਾਂ ਉਹਨੇ ਵੀ ਤਾਂ ਸਾਨੂੰ ਦੋ ਕੰਨ ਤੇ ਇੱਕ ਮੂੰਹ ਦਿੱਤਾ ਜੇ ਉਹਨੇ ਸੁਣਨ ਨੂੰ ਵੱਡੀ ਮਹੱਤਤਾ ਨਾ ਦਿੱਤੀ ਹੁੰਦੀ ਤਾਂ ਦੋ ਮੂੰਹ ਤੇ ਇੱਕ ਕੰਨ ਦਿੰਦੇ। ਤੋਂ ਇਫ ਗੋਡ ਹੈਡ ਵਾਂਟਡ ਅਸ ਟੂ ਟਾਕ ਮੋਰ ਦੈਨ ਲਿਸਨ ਹੀ ਊਡ ਹੈਵ ਗਿਵਨ ਅਸ ਟੂ ਮਾਊਥਸ ਰੈਦਰ ਦੈਨ ਟੂ ਇਅਰਸ। ਫੇਰ ਸੁਨਤੇ ਪਵਿੱਤ ਪੁਨੀਤ ਕਹਤੇ ਪਵਿੱਤ। ਹੁਣ ਕੀਆ ਖੂਬਸੂਰਤ ਲਾਈਨ ਆ ਇਸ ਨੂੰ ذرا سوچ لو ਸੁਨਣਾ ਪੁਨੀਤ ਕਹਿਣਾ ਪਵਿੱਤ ਫੇਰ ਅੱਗੇ ਕਲੀਅਰ ਕਰ ਦਿੱਤਾ ਪਵਿੱਤਰ 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 ਪੁਨੀਤ ਤਿੰਨ ਵਾਰ। ਪੁਨੀਤ ਜਿਹੜਾ ਇਹ ਪਵਿੱਤਰ ਤੋਂ ਤਿੰਨ ਟਾਈਮ ਉਤੇ ਸੁਣਤੇ ਪੁਨੀਤ ਕਹਤੇ ਪੁਨੀਤ ਤੋ ਸੁਣਨ ਨੂੰ ਇੰਨਾ ਵੱਡਾ ਮਹੱਤਤਾ ਦਿੱਤੀ ਗਈ ਗੁਰਬਾਣੀ ਵਿੱਚ ਵੀ ਸਾਡੀ ਬੰਤਰ ਵਿੱਚ ਵੀ ਔਰ ਆਮ ਜ਼ਿੰਦਗੀ ਦੇ ਵਿੱਚ ਹੀ ਤੋ ਇਸੇ ਤਰ੍ਹਾਂ ਜਿਹੜੀ ਸੁਣਨ ਦੀ ਗੱਲ ਹੈ ਇਹ ਇਸ ਨੂੰ ਜਿਹੜੀ ਗੱਲ ਆਪਾਂ ਕੀਤੀ ਹੈ ਫਿਰ ਸੁਣਨ ਦੀ ਕਲਾ ਨਾਲ ਜਿਹੜੀਆਂ ਤਬਦੀਲੀਆਂ ਹੁੰਦੀਆਂ ਨੇ ਉਹ ਮਨ ਬੁੱਧੀ ਵਿਚਾਰ ਵਿੱਚ ਹੁੰਦੀਆਂ ਨੇ ਚਾਲ ਚੱਲਨ ਨੂੰ ਅਮਲ ਵਿੱਚ ਲਿਆਂਨ ਲਈ ਹੁੰਦੀਆਂ ਨੇ ਹੁਣ ਮੰਨਣ ਦੀ ਗੱਲ ਅੱਗੇ ਕੀਤੀ ਹੈ ਚਾਰ ਪੋੜੀਆਂ ਜਿਹੜੀਆਂ ਨੇ ਉਹ ਮੰਨੇ ਦੀਆਂ ਨੇ ਅਗਲੀਆਂ ਚਾਰ ਪੋੜੀਆਂ ਦੇ ਵਿੱਚ ਜਿਹੜੀ ਮੰਨੇ ਦਾ ਅਰਥ ਇੱਥੇ ਇਸ ਨੂੰ ਵੀ ਜਿਵੇਂ ਅਸੀਂ ਸੁਣਨ ਨੂੰ ਗੱਲ ਕੀਤੀ ਐ ਇਸੇ ਤਰ੍ਹਾਂ ਮੰਨਣ ਦੀ ਵੀ ਗੱਲ ਸੋਚੀਏ ਕਿ ਮੰਨਨ ਇੱਥੇ ਅਰਥ ਹੈ ਜਿਹੜਾ ਹੈ ਇਹ ਚਿੰਤਨ ਕਰਨਾ ਹੈ ਕਿਸੇ ਦਾ ਕਹਿਣਾ ਮੰਨਣਾ ਨਹੀਂ ਹੈ ਇੱਥੇ ਮੰਨਣ ਚਿੰਤਨ ਨਾਲੇ ਵਾਸਵਿਕ ਇਹਦੀ ਵਾਸਤ ਵਾਸਤ ਤੁਹਾਨੂੰ ਰਿਐਲਿਟੀ ਨੂੰ ਸਮਝਣਾ ਹੈ ਮੰਨਣ ਨਾਲ ਅੰਤਿਆਕਰਨ ਸ਼ੋਧ ਹੁੰਦਾ ਹੈ ਚਿੰਤਨ ਨਾਲ ਅੰਤਿਆਕਰਨ ਸ਼ੋਧ ਹੁੰਦਾ ਹੈ ਮੰਨਣ ਕਰਨ ਨਾਲ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ ਇਹਨੂੰ ਵਿਜ਼ਨ ਕਹਿੰਦੇ ਨੇ ਸਾਰੀਆਂ ਤ੍ਰਿਸ਼ਨਾਵਾਂ ਸ਼ਾਦ ਹੋ ਜਾਂਦੀਆਂ ਨੇ ਜੇ ਉਸ ਚਿੰਤਨ ਕੀਤੀ ਹੈ ਹੁਣ ਮੰਨਨ ਵਿਚਾਰ ਨਹੀਂ ਹੈ ਇਸ ਨੂੰ ਸਮਝੀ ਆਪਾਂ ਇਸ ਨੂੰ ਬੜਾ ਸਮਝਣ ਦੀ ਗੱਲ ਹੈ ਵਿਚਾਰ ਇੱਕ ਅਸੀਂ ਵਿੱਚ ਅਸੀਂ ਇੱਕ ਸ਼ਬਦ ਤੋਂ ਦੂਜੇ ਸ਼ਬਦ ਉੱਤੇ ਜਾਂਦੇ ਆਂ ਪਰ ਮੰਨਨ ਵਿੱਚ ਇੱਕੋ ਹੀ ਸ਼ਬਦ ਨੂੰ ਦੇ ਡੂੰਘਾਈ ਵਿੱਚ ਜਾਂਦੇ ਆਂ ਉਹਦੇ ਉਹਦੇ ਅੰਦਰ ਡੁੱਬ ਜਾਂਦੇ ਆਂ ਮੰਨਨ ਤੇ ਵਿਚਾਰ ਵਿੱਚ ਇਹ ਫਰਕ ਹੈ ਚਿੰਤਨ ਤੇ ਵਿਚਾਰ ਵਿੱਚ ਇਹ ਫਰਕ ਹੈ ਫਿਰ ਕੀ ਹੁੰਦਾ ਮੰਨਨ ਨਾਲ ਮਨ ਅਤੇ ਬੁੱਧੀ ਵਿੱਚ ਸੂਰਤ ਦਾ ਉਦੇ ਹੋ ਜਾਂਦਾ ਹੈ ਅਤੇ ਸੂਰਤ ਨਾਲ ਧਰਮ ਦਾ ਸਬੰਧ ਬੰਨਦਾ ਹੈ ਪ੍ਰੈਸਰ ਪੂਰਨ ਸਿੰਘ ਕਹਿੰਦੇ ਨੇ ਮੈਂ ਹੁਣੇ ਗੱਲ ਵੀ ਕਰ ਰਿਹਾ ਸੀ ਕਿ ਤੁਸੀਂ ਕੀ ਖਾਂਦੇ ਹੋ ਕੀ ਨਹੀਂ ਹੈ ਕੀ ਪਹਿਨਦੇ ਹੋ ਕੀ ਨਹੀਂ ਪਹਿਨਦੇ ਇਹਦਾ ਧਰਮ ਨਾਲ ਕੋਈ ਸਬੰਧ ਨਹੀਂ ਧਰਮ ਦਾ ਸਬੰਧ ਅਗਰ ਹੈ ਤਾਂ ਸਿਰਫ ਤੇ ਸਿਰਫ ਸੂਰਤ ਨਾਲ ਹੈ ਜਿਸ ਦੀ ਸੂਰਤ ਉਹਦੇ ਨਾਲ ਹੋ ਗਈ ਫਿਰ ਉਸ ਨੂੰ ਖਾਣ ਦਾ ਕੀ ਖਾਣਾ ਹੈ ਕੀ ਪੀਣਾ ਹੈ ਇਹਦਾ ਫਿਰ ਕੋਈ ਮਤਲਬ ਨਹੀਂ ਰਹਿ ਜਾਂਦਾ ਜ਼ਿੰਦਗੀ ਦੇ ਵਿੱਚ ਤੋ ਸਿਰਫ ਗੁਰਬਾਣੀ ਪੜਨ ਨਾਲ ਮੱਥੇ ਟੇਕਨ ਨਾਲ ਗੁਰਦੁਆਰੇ ਮੰਦਰਾਂ ਵਿੱਚ ਜਾਣ ਨਾਲ ਧਰਮੀ ਨਹੀਂ ਬਣਿਆ ਜਾ ਸਕਦਾ ਧਰਮ ਦਾ ਸਬੰਧ ਕੇਵਲ ਤੇ ਕੇਵਲ ਸੁਰਤ ਨਾਲ ਹੈ ਚਿੰਤਨ ਨਾਲ ਹੈ ਮੰਨਣ ਨਾਲ ਹੈ ਮੈਂਟਲ ਅਟੈਚਮੈਂਟ ਨਾਲ ਹੈ ਤੇ ਗੁਰੂ ਨਾਨਕ ਦੀਆਂ ਸਾਰੀਆਂ ਫਿਲਾਸਫੀਆਂ ਜਿਹੜੀਆਂ ਨੇ ਉਹਨਾਂ ਦਾ ਸਾਰ ਮੰਨਣ ਹੈ ਸੋਚਣਾ ਨਹੀਂ ਉਸ ਵਿੱਚ ਡੁੱਬਣਾ ਹੈ ਚਿੰਤਨ ਦੇ ਵਿੱਚ ਡੁੱਬਣਾ ਹੈ ਦੇਖੋ ਦੋ ਤਰ੍ਹਾਂ ਦੀਆਂ ਕਲਾ ਹੁੰਦੀਆਂ ਹਨ ਆਰਟ देयर आर ਟੂ ਟਾਈਪਸ ਆਫ ਆਰਟ ਇੱਕ ਹੁੰਦਾ ਸਬਜੈਕਟਿਵ ਆਰਟ ਇੱਕ ਹੁੰਦਾ ਆਬਜੈਕਟਿਵ ਆਰਟ ਔਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਿੰਨੀ ਵੀ ਗੱਲ ਉਹਨਾਂ ਨੇ ਕੀਤੀ ਹੈ ਉਹ ਆਬਜੈਕਟਿਵ ਆਰਟ ਦੀ ਗੱਲ ਕੀਤੀ ਹੈ ਔਰ ਇਸ ਆਰਟ ਨਾਲ ਮਨੁੱਖ ਅੰਦਰੋਂ ਅੰਦਰੋਂ ਜਾਗਦਾ ਜਿਹੜੀ ਇਨਰ ਕੌਂਸ਼ੀਅੰਸ ਹੈ ਉਹ ਜਾਗ ਜਾਂਦੀ ਹੈ ਔਰ ਗੁਰੂ ਸਾਹਿਬ ਮਨੁੱਖ ਨੂੰ ਅੰਦਰੋਂ ਜਗਾਉਣ ਲਈ ਮੰਨਣ ਦੀ ਗੱਲ ਕਰ ਰਹੇ ਨੇ ਅੰਦਰੋਂ ਜਿਹੜੀ ਹੈ ਅਵੇਕਨੈਸ ਲਿਆਉਣ ਦੀ ਜਿਹੜੀ ਹੈ ਚਿੰਤਨ ਦੀ ਗੱਲ ਕਰ ਰਹੇ ਨੇ ਹੁਣ ਜਪਜੀ ਦੀ ਅਸੀਂ 16ਵੀਂ ਪੌੜੀ ਦੇ ਵਿੱਚ ਪੰਚ ਪ੍ਰਵਾਨ ਪੰਚ ਪ੍ਰਦਾਨ ਪंचे ਪਾਵੈ ਦੁਰਗਾ ਮਾਨ ਪੰਚ ਦੀ ਗੱਲ ਕੀਤੀ ਗਈ ਹੈ ਔਰ ਇਹ ਪੰਚ ਕੌਣ ਨੇ ਇਸ ਨੂੰ ਵੀ ਹੁਣ ਥੋੜਾ ਜਿਹਾ ਆਪਸ ਸਮਝਿਏ ਪੰਚ ਸ਼ਬਦ ਸੰਸਕ੍ਰਿਤ ਦੇ ਪੋਚਾ ਧਾਤੂ ਤੋਂ ਨਿਕਲਿਆ ਜਿਸ ਦਾ ਅਰਥ ਹੁੰਦਾ ਫਿਲਾਉਣਾ ਹੱਥ ਜਦ ਫਿਲਾਈਏ ਤਾਂ ਪੰਜ ਉਂਗਲਾਂ ਦਿਸਦੀਆਂ ਔਰ ਪਹਿਲੇ ਜ਼ਮਾਨੇ ਵਿੱਚ ਗਿਣਤੀ ਜਿਹੜੀ ਹੈ ਉਹ ਸਾਰੀਆਂ ਹੱਥਾਂ ਨਾਲ ਇਸ਼ਾਰਿਆਂ ਨਾਲ ਹੁੰਦੀਆਂ ਸੀ ਤਾਂ ਇਹ ਉਂਗਲਾਂ ਪੰਜ ਹੋਣ ਕਰਕੇ ਇਹ ਜਿਹੜਾ ਨੰਬਰ 5 ਹੈ ਇਹ ਇਸ ਨੂੰ ਮਾਨਤਾ ਮਿਲੀ ਔਰ ਪੰਜ ਦਾ ਜਿਹੜਾ ਹਜ਼ਾਰਾਂ ਹਜ਼ਾਰਾਂ ਸਾਲ ਤੋਂ ਪੰਜ ਅੰਕ ਨੂੰ ਸ਼ੁਭ ਮੰਨਿਆ ਜਾਂਦਾ ਹੈ ਬੁੱਧਿਜ਼ਮ ਵਿੱਚ ਵੀ ਪੰਜ ਦੀ ਬੜੀ ਮਾਨਤਾ ਹੈ ਇਸਲਾਮ ਦੇ ਵਿੱਚ ਵੀ ਪੰਜ ਦੀ ਬੜੀ ਮਾਨਤਾ ਹੈ ਔਰ ਪੰਜ ਜਿਹੜੇ ਨੇ ਇਹ ਹਿੰਸਾ ਸ਼ੁਭ ਮੰਨਿਆ ਗਿਆ ਇਸੇ ਲਈ ਕਿ ਬਰਾਦਰੀਆਂ ਵਿੱਚ ਕੋਈ ਝਗੜੇ ਹੁੰਦੇ ਨੇ ਤਾਂ ਪੰਜ ਬਣੇ ਪ੍ਰਮਾਤਮਾ ਅੱਗੇ ਮੱਥਾ ਟੇਕਣਾ ਤੇ ਵਾਂਸ ਅਪੋਨ ਅ ਟਾਈਮ ਪੰਜ ਸਿੱਕੇ ਜਿਹੜੇ ਨੇ ਉਹ ਅਰਪਣ ਕਰਤੇ ਜਾਂਦੇ ਸੀ ਕਿਸੇ ਗਰੀਬ ਨੂੰ ਅਗਰ ਕੁਝ ਕਪੜੇ ਦੇਣੇ ਤਾਂ ਪੰਜ ਦਿੰਦੇ ਸੀ ਕਿ ਸੇ ਪ੍ਰੀਸਟ ਨੂੰ ਰੋਟੀ ਖਵਾਣੀ ਹੈ ਤੇ ਪੰਜ ਪ੍ਰੀਸਟ ਨੂੰ ਖਵਾਣੀ ਹੈ ਇਸੇ ਤਰ੍ਹਾਂ ਆ ਪੰਜ ਪੰਜ ਪਿਆਰੇ ਬਣੇ ਪੰਜ ਤਖਤ ਬਣੇ ਪੰਜ ਕਕਾਰ ਬਣੇ ਨਿਤਨੇ ਵਿੱਚ ਪੰਜ ਬਾਣੀਆਂ ਬਣੀਆਂ ਕਿਉਂਕਿ ਪੰਜ ਜਿਹੜਾ ਇੱਕ ਸ਼ਬਦ ਜਿਹੜਾ ਇਹ ਦੁਨਿਆਵੀ ਤੌਰ ਤੇ ਪੰਜ ਨੂੰ ਸ਼ੁਭ ਮੰਨਿਆ ਗਿਆ ਪਰ ਅਧਿਆਤਮਕਤਾ ਦੇ ਵਿੱਚ ਜਿਹੜੀ ਪੰਜ ਪ੍ਰਮਾਨ ਪੰਜ ਪ੍ਰਧਾਨ ਵਿੱਚ ਗੁਰੂ ਸਾਹਿਬ ਜਿਸ ਪੰਜ ਦੀ ਗੱਲ ਕਰ ਰਹੇ ਨੇ ਉਹ ਕੁਝ ਬੜੀ ਵੱਖਰੀ ਹੈ ਉਸ ਵਿੱਚ ਉਹ ਕਰ ਰਹੇ ਨੇ ਕਿ ਪੰਜ ਦਾ ਅਰਥ ਹੈ ਕਿ ਜਿਹੜੇ ਪੰਜ ਗੁਣ ਨੇ ਸਤ ਸੰਤੋਖ ਦਇਆ ਧਰਮ ਧੀਰਜ ਜਿਹੜੇ ਪੰਜ ਗੁਣ ਗੈਰ ਗ੍ਰਹਿਣ ਕਰ ਲੈਂਦੇ ਨੇ ਇੱਕ ਤਾਂ ਪੰਜ ਪਰਮ ਪੰਜ ਪ੍ਰਵਾਨ ਪੰਜ ਪ੍ਰਦਾਨ ਉਹ ਨੇ ਫਿਰ ਕਾਮ ਕਰੋ ਲੋ ਮੋਹ ਹੰਕਾਰ ਇਹਨਾਂ ਪੰਜਾਂ ਨੂੰ ਤਿਆਗ ਕੇ ਜਿਹੜੇ ਤਿਆਗ ਦਿੰਦੇ ਨੇ ਇੱਕ ਪੰਜ ਪ੍ਰਦਾਨ ਉਹਨਾਂ ਨੂੰ ਕਿਹਾ ਗਿਆ ਫਿਰ ਪੰਜ ਸੈਂਸਸ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜ ਗਿਆਨ ਇੰਦਰੀਆਂ ਨੇ ਇਹਨਾਂ ਪੰਜ ਇੰਦਰੀਆਂ ਨੂੰ ਵਸ ਕਰਨ ਵਾਲੇ ਵੀ ਨੂੰ ਵੀ ਪੰਜ ਪ੍ਰਦਾਨ ਕਿਹਾ ਗਿਆ ਫਿਰ ਇੱਕ ਥਾਂ ਤੇ ਪੰਜ ਉਹ ਵੀ ਹਨ ਜਿਨ੍ਹਾਂ ਨੇ ਪੰਜ ਤੱਤਾਂ ਦੇ ਸ਼ੁੱਧ ਗੁਣ ਗ੍ਰਹਿਣ ਕੀਤੇ ਹਨ ਜੋ ਬ੍ਰਹਮੰਡੇ ਸੋਈ ਪਿੰਡੇ ਜਿਸ ਪੰਜ ਤੱਤਾਂ ਨਾਲ ਬ੍ਰਹਮੰਡ ਬਣਿਆ ਉਹੀ ਪੰਜ ਤੱਤਾਂ ਨਾਲੇ ਸਾਡਾ ਸ਼ਰੀਰ ਬਣਿਆ ਤਾਂ ਇੱਕ ਹੈ ਆਕਾਸ਼ ਤੇ ਇਹ ਜਿਹੜੇ ਪੰਜ ਤੱਤਾਂ ਦੇ ਗੁਣ ਜਿਹੜਾ ਗ੍ਰਹਿਣ ਕਰ ਲੇਗਾ ਪੰਚੋ ਵੀ ਹੈ ਉਹ ਆਕਾਸ਼ ਦਾ ਕੀ ਗੁਣ ਹੈ ਉਹ ਹੈ ਵਿਸ਼ਾਲਤਾ ਦਾ ਪ੍ਰਤੀਕ ਸਭ ਨੂੰ ਆਪਣੇ ਵਿੱਚ ਰੱਖ ਕੇ ਅਸੰਗ ਰਹਿਣਾ ਉਹ ਪੰਚ ਬਣ ਸਕਦਾ ਹੈ ਵాయు ਵాయు ਦਾ ਸ਼ੋਭ ਗੁਣ ਹੈ ਹਰ ਇੱਕ ਪ੍ਰਾਣੀ ਨਾਲ ਸਪਰਸ਼ ਕਰਨਾ ਸੰਮਤੀ ਰੱਖਣਾ ਤੇ ਦੂਸਰਾ ਵਾਰੀ ਉਹਦੇ ਕਿਉਂਕਿ ਇਹ ਹਰ ਟਾਈਮ ਚਲਦੀ ਰਹਿੰਦੀ ਹੈ ਤੇ ਇਹ ਜਿਹੜਾ ਹਰ ਟਾਈਮ ਜਿਹੜਾ ਬੰਦਾ ਕੰਮ ਵਿੱਚ ਲੱਗਾ ਰਹੇ ਡੋਨਟ ਬੀ ਲੇਜੀ ਇੱਕ ਇਹ ਗੁਣ ਹਵਾਈਉ ਦਾ ਹੈ ਇਹ ਹਰ ਟਾਈਮ ਮੂਵਮੈਂਟ ਵਿੱਚ ਰਹਿੰਦੀ ਹੈ ਅਗਨੀ ਅਗਨੀ ਦਾ ਸ਼ੁਭ ਗੁਣ ਹੈ ਪ੍ਰਕਾਸ਼ ਦੇਣਾ ਅਤੇ ਅਗਨੀ ਵੀਰਤਾ ਦੇ ਸੈਲਫ ਰਿਸਪੈਕਟ ਦਾ ਵੀ ਇੱਕ ਪ੍ਰਤੀਕ ਹੈ ਜਲ ਦਾ ਕੀ ਸ਼ੁਭ ਗੁਣ ਹੈ ਪਵਿੱਤਰ ਦਾ ਪਵਿੱਤਰਤਾ ਦਾ ਪ੍ਰਤੀਕ ਹੈ ਜਲ ਦਾ ਗੁਣ ਹੈ ਨਿਵਾਨ ਵੱਲ ਨੂੰ ਚਲਣਾ ਹੋਰ ਜਲ ਦਾ ਸ਼ੁਭ ਗੁਣ ਹਰ ਇੱਕ ਨਾਲ ਅਭੇਦ ਹੋ ਜਾਣਾ ਹੋਰ ਜਲ ਦਾ ਸ਼ੋਭ ਗੁਣ ਮੈਲ ਨੂੰ ਤਿਆਗ ਦੇਣਾ ਬਾਪ ਪਾਣੀ ਮੈਲ ਨੂੰ ਥੱਲੇ ਕਰ ਦਿੰਦਾ ਹੈ ਅਤੇ ਨਿਰਮਲ ਰਹਿੰਦਾ ਹੈ ਔਰ ਪੰਜਵਾਂ ਪ੍ਰithvi ਜਿਹੜਾ ਤਤ ਹੈ ਉਹਦਾ ਪ੍ਰithvi ਦਾ ਸ਼ੋਭ ਗੁਣ ਹੈ ਧੀਰਜ ਖਿਮਾ ਤੇ ਜਿਹੜਾ ਸਹਿਜ ਹੈ ਉਸ ਨੂੰ ਧਾਰਨ ਕਰਨਾ ਔਰ ਇਸ ਤਰ੍ਹਾਂ ਪੰਜ ਤੱਤਾਂ ਦੇ ਗੁਣ ਜਿਹੜੇ ਦੱਸੇ ਗਏ ਨੇ ਇਹ ਪੰਜ ਤੱਤਾਂ ਦੇ ਗੁਣ ਜਿਸ ਵਿੱਚ ਨੇ ਪੰਚ ਉਹਨਾਂ ਨੂੰ ਵੀ ਕਿਹਾ ਗਿਆ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗਮਨ ਇਹ ਪੰਚ ਦੀ ਗੱਲ ਹੈ ਗੁਰੂ ਸਾਹਿਬ ਪੰਚ ਦੀ ਪੌੜੀ ਵਿੱਚ ਪੰਚਾਂ ਕਾ ਗੁਰ ਏਕ ਧਿਆਨ ਕਹਿ ਰਹੇ ਨੇ ਹੁਣ ਇਹ ਧਿਆਨ ਤੇ ਬਿਨਾ ਇਹ ਸਾਰੇ ਜਿਹੜੇ ਨੇ ਪੰਜ ਚਾਹੇ ਉਹ ਪੰਜ ਗੁਣ ਨੇ ਚਾਹੇ ਉਹ ਪੰਜ ਵਿਕਾਰ ਨੇ ਚਾਹੇ ਉਹ ਪੰਜ ਗਿਆਨ ਇੰਦਰੀਆਂ ਨੇ ਚਾਹੇ ਉਹ ਪੰਜ ਤਤ ਹੈ ਨੇ ਬਿਨਾ ਧਿਆਨ ਧਿਆਨ ਦੇ ਕੁਝ ਵੀ ਅਨੁਭਵ ਨਹੀਂ ਕੀਤਾ ਜਾ ਸਕਦਾ ਇਹ ਪੰਜ ਜਿਹੜੇ ਨੇ ਇਹਨਾਂ ਦਾ ਅਲਟੀਮੇਟਲੀ ਜਿਹੜਾ ਗੁਰੂ ਕਿਹਾ ਗਿਆ ਪੰਚਾਂ ਕਾ ਗੁਰ ਏਕ ਧਿਆਨ ਧਿਆਨ ਨੂੰ ਇੱਥੇ ਮਹੱਤਤਾ ਦਿੱਤੀ ਗਈ ਹੈ ਕਿ ਧਿਆਨ ਹੈ ਇਹ ਧਿਆਨ ਦੀ ਮਹੱਤਤਾ ਨੂੰ ਇਹ ਦੱਸਿਆ ਗਿਆ ਜਿਵੇਂ ਸੂਰਜ ਦੀ ਮਹੱਤਤਾ ਉਹਦੀ ਰੋਸ਼ਨੀ ਕਰਕੇ ਆਗ ਦੀ ਮਹੱਤਤਾ ਤਪਸ਼ ਕਰਕੇ ਆ ਇਸੇ ਲਈ ਮਨੁੱਖ ਦਾ ਜਿਹੜੀ ਮਹੱਤਤਾ ਹੈ ਉਹ ਧਿਆਨ ਕਰਕੇ ਆ ਕਿਉਂਕਿ ਮਨੁੱਖ ਦੇ ਵਿੱਚ ਇੱਕ ਧਿਆਨ ਦੀ ਜਿਹੜੀ ਕਲਾ ਉਹ ਆ ਜਾਂਦੀ ਹੈ ਇਸ ਤਰ੍ਹਾਂ ਧਿਆਨ ਨਾਲ ਮਨੁੱਖ ਆਪਣੇ ਆਪ ਆਪਣੇ ਅੰਦਰ ਦੀ ਜਿਹੜੀ ਸੈਲਫ ਰਿਅਲਾਈਜੇਸ਼ਨ ਦੀ ਗੱਲ ਹੈ ਪਰਖ ਜਿਹੜੀ ਹੈ ਉਹ ਕਰ ਸਕਦਾ ਹੈ ਜੋ ਸਭ ਕੁਝ ਬ੍ਰਹਮੰਡ ਵਿੱਚ ਹੈ ਜੋ ਕੁਝ ਵੀ ਹੋ ਰਿਹਾ ਹੈ ਉਸ ਪਰਮਾਤਮਾ ਦੀ ਹਸਤੀ ਦੇ ਅਨੁਕੂਲ ਹੋ ਰਿਹਾ ਹੈ ਪਰਮਾਤਮਾ ਦੀ ਹਸਤੀ ਦਾ ਕੋਈ ਅੰਤ ਨਹੀਂ ਇਹ ਸਾਰੀ ਯੂਨੀਵਰਸਲ ਧਰਮ ਦੇ ਆਸਰੇ ਕਾਇਮ ਹੈ ਅਤੇ ਧਰਮ ਦਇਆ ਤੇ ਸੰਤੋਖ ਦੇ ਆਸਰੇ ਕਾਇਮ ਹੈ ਜਿਹੜੀ ਦੋਲ ਧਰਮ ਦਇਆ ਕੇ ਪੂਤ ਵੱਲੀ ਗੱਲ ਹੈ ਔਰ ਜਿਹੜੀ ਹੈ ਮਿੱਥ ਕਿ ਇਹ ਧਰਤੀ ਨੂੰ ਬਲਦ ਨੇ ਚੁੱਕਿਆ ਉਸ ਨੂੰ ਨਕਾਰਦੇ ਹੋਏ ਗੁਰੂ ਸਾਹਿਬ ਨੇ ਇੱਥੇ ਗੱਲ ਜਿਹੜੀ ਹੈ ਉਹ ਧਰਮ ਦੀ ਦਇਆ ਤੇ ਸੰਤੋਖ ਦੇ ਆਸਰੇ ਦੀ ਗੱਲ ਇੱਥੇ ਕੀਤੀ ਹੈ 70ਵੀਂ ਤੇ 18ਵੀਂ ਪੋੜੀ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਅਨਗਿਣਤੀ ਜਪ ਕਰਨ ਵਾਲੇ ਹਨ ਅਨਗਿਣਤ ਪਰਮਾਤਮਾ ਦੀ ਪੂਜਾ ਕਰਨ ਵਾਲੇ ਹਨ ਅਸੰਖ ਤਪੀ ਹਨ ਅਸੰਖ ਪੂਜਾ ਪਾਠ ਗਿਆਨ ਤੇ ਚਰਚਾ ਕਰਦੇ ਹਨ ਔਰ ਫਿਰ अनेका अनेका ਮੂਰਖ ਵੀ ਹਨ ਜ਼ੁਲਮੀ ਵੀ ਹਨ ਪਾਪੀ ਵੀ ਹਨ ਕੂੜੇ ਵੀ ਹਨ ਨਿੰਦਕ ਵੀ ਹਨ ਕਾਰਨ ਇਹ ਕਿ ਮਨੁੱਖ ਨੇ ਉਸ ਅਸੂਲ ਨੂੰ ਬੁਲਾ ਦਿੱਤਾ ਕਿ ਨੇਕੀ ਕੇਵਲ ਉਹ ਹੈ ਜੋ ਰੱਬ ਨੂੰ ਭਾਉਂਦੀ ਹੈ ਔਰ ਬਦੀ ਉਹ ਹੈ ਜੋ ਰੱਬ ਨੂੰ ਚੰਗੀ ਨਹੀਂ ਲੱਗਦੀ ਅਗਰ ਇਹ ਗੱਲ ਮਨੁੱਖ ਸਮਝ ਲਏ ਤਾਂ ਮੈਂ ਇੱਥੇ ਜਿਹੜੀ ਜਪਜੀ ਸਾਹਿਬ ਚੋਂ ਇਹ ਗੱਲ ਕਰ ਰਿਹਾ ਨੇ ਕਿ ਉਹ ਫਿਰ ਸਚਿਆਰ ਦੀ ਪੌੜੀ ਵੱਲ ਤੋਂ ਅੱਗੇ ਜਿਹੜੀ ਮਾਰਗ ਵੱਲ ਚੱਲਣ ਵਾਲੀ ਗੱਲ ਹੈ ਲੋਗ ਇਹਦਾ ਕਾਰਨ ਇਹ ਵੀ ਲਿਖਿਆ ਕਿ ਲੋਗ ਅੱਖਰਾਂ ਦੇ ਗੁਲਾਮ ਹੋ ਗਏ ਉਹਨਾਂ ਦੇ ਬਾਣੇ ਪ੍ਰਮਾਤਮਾ ਖਾਸ ਖਾਸ ਥਾਵਾਂ ਤੇ ਰਹਿੰਦਾ ਔਰ ਉਸ ਦੇ ਖਾਸ ਨਾਮ ਹਨ ਪਰ ਉਹਨਾਂ ਭੁੱਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਤੋਂ ਕੋਈ ਥਾਂ ਖਾਲੀ ਨਹੀਂ ਹੈ ਗੋਡ ਇਜ਼ 에ਵਰੀਵੇਅਰ ਗੋਡ ਜਿਹੜਾ ਉਹ ਪਰਮਾਤਮਾ ਜਿਹੜਾ ਉਹ ਇਸ ਕੁਦਰਤ ਵਿੱਚ ਵੀ ਹੈ ਬੰਦੇ ਵਿੱਚ ਵੀ ਹੈ ਪੱਤੇ ਪੱਤੇ ਵਿੱਚ ਹੈ ਜ਼ਰੇ ਜ਼ਰੇ ਵਿੱਚ ਹੈ ਪਰਮਾਤਮਾ ਹਰ ਥਾਂ ਤੇ ਐ ਸੇ ਲਈ ਜੇ ਮਨੁੱਖ ਚੰਦਾ ਹੈ ਕਿ ਆਪਣੀ ਮਤ ਵਿੱਚ ਪਾਪ ਪਾਪ ਧੋ ਕੇ ਕੱਢ ਲਵੇ ਤਾਂ ਉਹਨੂੰ ਪਰਮਾਤਮਾ ਦੇ ਨਾਮ ਨਾਲ ਪਿਆਰ ਕਰਨਾ ਚਾਹੀਦਾ ਹੈ ਪਾਪ ਤੇ ਪੁੰਨ ਬਹਿਸ ਦਾ ਵਿਸ਼ਾ ਨਹੀਂ ਆਪਣੇ ਚਾਲ ਚਲਨ ਅਤੇ ਕਰਮ ਜਿਹੜਾ ਉਸ ਦੇ ਨਾਲ ਰਹਿੰਦੇ ਨੇ ਦੇ ਵੀ ਕਾਨੂੰਨ ਹੈ ਤੁਸੀਂ ਜਿਹੋ ਜਿਹਾ ਕਰਮ ਕਰੋਗੇ ਉਹ ਜਿਹੜਾ ਫਲ ਪ੍ਰਾਪਤ ਕਰੋਗੇ ਪਾਪਾ ਨੂੰ ਦੋਨਲੀ ਨਾਮ ਦੇ ਪਿਆਰ ਤੋਂ ਬਿਨਾ ਕੋਈ ਹੋਰ ਸਾਧਨ ਨਹੀਂ ਇਹ ਗੁਰੂ ਸਾਹਿਬ ਨੇ ਇੱਥੇ ਜਿਹੜੀ ਹੈ ਆਂਤ੍ਰਿਕ ਇਸ਼ਨਾਨ ਕਰਨ ਦੀ ਗੱਲ ਕੀਤੀ ਹੈ ਅੰਦਰ ਦੇ ਇਸ਼ਨਾਨ ਦੀ ਅੰਦਰ ਦੀ ਸ਼ੁੱਧੀ ਦੀ ਜਿਹੜੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਔਰ ਇੱਥੇ ਉਹ ਕਹਿ ਰਹੇ ਨੇ ਕਿ ਜਿਹੜੀ ਮੈਲ ਦੀ ਮਨ ਦੀ ਮੈਲ ਹੈ ਮਨ ਦੀ ਡਰਟ ਹੈ ਇਹ ਨਾਮ ਰੂਪੀ ਅੰਮ੍ਰਿਤ ਨਾਲ ਉਤਰ ਸਕਦੀ ਹੈ ਔਰ ਮਨ ਨੂੰ ਪ੍ਰਮਾਤਮਾ ਦੇ ਪਿਆਰ ਨਾਲ ਹੀ ਨਿਰਮਲ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਪ੍ਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਔਰ ਫਿਰ ਪ੍ਰਮਾਤਮਾ ਅਖਤ ਤੇ ਅਕਾਇਬ ਹੋ ਜਾਂਦਾ ਹੈ ਫਿਰ ਤੀਰ ਤਪ ਦਿਆ ਦਤਦਾਨ ਦੀ ਗੱਲ ਕੀਤੀ ਤੀਰਥਾਂ ਦੀ ਗੱਲ ਕੀਤੀ ਹੈ ਤੀਰਥ ਜਿਹੜੇ ਨੇ ਉਹਨਾਂ ਦੇ ਨਾਲ ਵਿੱਚ ਗੋਦਾਵਰੀ ਕਾਂਸੀ ਕੇਦਾਰ ਪ੍ਰਿਆਗ ਕਾਂਚੀ ਇਸ ਤਰ੍ਹਾਂ ਦੇ ਤੀਰਥ ਸੀ ਇਸੇ ਤਰ੍ਹਾਂ ਤਪ ਦੀ ਗੱਲ ਕੀਤੀ ਹੈ ਫਿਰ ਇੱਕ ਦਤ ਵਰਡ ਆਉਂਦਾ ਹੈ ਮੈਂ ਦਤ ਵਰਡ ਬਾਰੇ ਜ਼ਰੂਰ ਤੁਹਾਨੂੰ ਦੱਸਣਾ ਚਾਹਾਂਗੇ ਦਤ ਜਿਹੜਾ ਹੈ ਇੱਕ ਬੜਾ ਵੱਡਾ ਭਾਰੀ ਦਾਨ ਮੰਨਿਆ ਜਾਂਦਾ ਹੈ ਔਰ ਇੰਦਰੀਆਂ ਦਾ ਦਮਨ ਜਿਹੜਾ ਕਰ ਸਕਦੇ ਨੇ ਇਹ ਉਸ ਨੂੰ ਦਤ ਕਹਿੰਦੇ ਨੇ ਇੱਕ ਦਾਨ ਫਿਰ ਅੱਗੇ ਜਿਹੜਾ ਵਰਡ ਹੈ ਉਹਦਾ ਸਮਾਨਿਆ ਜਿਹੜਾ ਦਾਨ ਹੈ ਜਿਹੜਾ ਅਸੀਂ ਦਸਵੰਤ ਦੀ ਵੀ ਗੱਲ ਦੇ ਵਿੱਚ ਇਹ ਗੱਲ ਤੁਹਾਡੇ ਨਾਲ ਕਰ ਚੁੱਕੇ ਹਾਂ ਗੁਰੂ ਸਭ ਕੁਝ ਕਰਮਾਂ ਦੇ ਫਲ ਦੇ ਮਾਨ ਦੀ ਗੱਲ ਕਰਮਾਂ ਦੇ ਫਲ ਦੇ ਮਾਨ ਦੀ ਗੱਲ ਕੀਤੀ ਹੈ ਅਰਥਾਤ ਨਾਮ ਦੀ ਮਹੱਤਤਾ ਦਰਸਾਉਂਦੇ ਨੇ ਨਾਮ ਦਾ ਮਾਰਗ ਹੀ ਖੁੱਲਦਾ ਫਿਰ ਉਹ ਨਾਲ ਕਹਿੰਦੇ ਨੇ ਸੁਨਿਏ ਸੁਨਿਆ ਮੰਨਿਆ ਮਨ ਕੀਤਾ ਬਾਉ ਨਾਮ ਸੁਣਨ ਨਾਲ ਮੰਨਨ ਮਨਨ ਤੇ ਪ੍ਰੇਮ ਕਰਨ ਦੇ ਰੂਪੇ ਵਿੱਚ ਜਿਹੜਾ ਤੀਰਥ ਅਸ਼ਨਾਨ ਕਰਨ ਦੀ ਗੱਲ ਫਿਰ ਇੱਥੇ ਗੁਰੂ ਸਾਹਿਬ ਅੱਗੇ ਕਰਕੇ ਫਿਰ ਅੱਗੇ ਚੱਲਦੇ ਨੇ ਕਿ ਪ੍ਰਮਾਤਮਾ ਨੂੰ ਅਗਰ ਜਾਣਿਆ ਜਾ ਸਕਦਾ ਉਸ ਨੂੰ ਬਿਆਨਿਆ ਨਹੀਂ ਜਾ ਸਕਦਾ ਯੂ ਕੈਨ ਮਤਲਬ ਫੀਲ ਕਰ ਸਕਦੇ ਹੋ ਲੇਕਿਨ ਉਸ ਨੂੰ ਸ਼ਬਦਾਂ ਦੇ ਵਿੱਚ ਜਿੰਨੇ ਫੀਲ ਕਰ ਰਿਹਾ ਉਸ ਨੂੰ ਉਹ ਗੱਲ ਜਿਹੜੀ ਸ਼ਬਦਾਂ ਵਿੱਚ ਨਹੀਂ ਲਿਆ ਸਕਦਾ ਪ੍ਰਮਾਤਮਾ ਦੇ ਜਾਣਨ ਨਾਲ ਪ੍ਰਮਾਤਮਾ ਲਈ ਪ੍ਰੇਮ ਪੈਦਾ ਹੋ ਜਾਂਦਾ ਔਰ ਉਸ ਦੀ ਗ੍ਰੇਸ ਨਾਲ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹਦੀ ਬੁੱਧੀ ਪ੍ਰਾਪਤ ਉਸ ਨੂੰ ਹੋ ਜਾਂਦੀ ਹੈ ਇਕ ਕੀਪੁਰੀਤਾ ਹੋ ਗਿਆ ਉਸ ਤੋਂ ਬਾਅਦ ਪਰਮਾਤਮਾ ਦੀ ਭਗਤੀ ਲਈ ਇਹ ਭਾਵ ਰੱਖਣਾ ਜ਼ਰੂਰੀ ਹੈ ਕਿ ਪਰਮਾਤਮਾ ਵੱਡਾ ਹੈ ਬੇਅੰਤ ਹੈ ਅਕਥ ਹੈ ਅਕਾ ਹੈ ਹੁਣ ਅਗਲੀਆਂ 5 ਪੋੜੀਆਂ ਵਿੱਚ ਪਰਮਾਤਮਾ ਦੀਆਂ ਵਡਿਆਈਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਵੱਖ-ਵੱਖ ਪਾਸਿਆਂ ਤੋਂ ਗੁਰੂ ਸਾਹਿਬ ਬਿਆਨ ਕਰ ਰਹੇ ਨੇ ਪਹਿਲਾਂ ਸਧਾਰਨ ਕਿਸਮ ਦੀ ਵਡਿਆਈ ਦੱਸਦੇ ਨੇ ਜੋ ਸ੍ਰਿਸ਼ਟੀ ਤੋਂ ਪ੍ਰਗਟ ਹੁੰਦੀ ਹੈ ਉਸ ਦੀ ਰਚਨਾ ਦਾ ਕੋਈ ਅੰਤ ਨਹੀਂ بے شمار ग्रंथ शास्त्र देवी देते ऋषि मुनि सिद्ध बुद्ध ਅਤੇ ਵਿਦਵਾਨ ਉਸ ਦੀ ਵਿਅੰਤਤਾ ਦਾ ਵਰਣਨ ਕਰਨ ਦਾ ਯਤਨ ਕਰ ਰਹੇ ਨੇ ਪਰ ਇਹ ਅਸੰਭਵ ਹੈ ਉਸ ਦੀ ਥਾ ਪਾਈ ਨਹੀਂ ਜਾ ਸਕਦੀ ਜਿੰਨੇ ਮਰਜ਼ੀ ਗ੍ਰੰਥ ਜਿੰਨੇ ਮਰਜ਼ੀ ਲੋਕ ਹੋਣ ਪਰ ਉਹਦੀ ਅਥਾ ਪਾਣੀ ਜਿਹੜੀ ਹੈ ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਨਦੀਆਂ ਨਾਲੇ ਸਮੁੰਦਰ ਵਿੱਚ ਸਮਾਜ ਸਮਾ ਕੇ ਵੀ ਸਮੁੰਦਰ ਦੀ ਥਾ ਨਹੀਂ ਪਾ ਸਕਦੇ ਇਸੇ ਤਰ੍ਹਾਂ ਕੋਈ ਜਿੰਨੀ ਵਾਰ ਮਰਜ਼ੀ ਉਸ ਨੂੰ ਪੜ ਲਵੇ ਜਿੰਨੀ ਵਾਰ ਮਰਜ਼ੀ ਉਸ ਨੂੰ ਸੋਚ ਲਵੇ ਉਸ ਨੂੰ ਜਿਹੜਾ ਉਸ ਦੀ ਜਿਹੜੀ ਗੱਲ ਹੈ ਪਰਮਾਤਮਾ ਦਾ ਨੂੰ ਕਿਸੇ ਤਰੀਕੇ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਵਾਰ-ਵਾਰ ਉਹ ਆਪਣੀ ਗੁਰੂ ਨਾਨਕ ਸਾਹਿਬ ਇਸ ਗੱਲ ਤੇ ਜਿਹੜੀ ਹੈ ਉਹ ਗੱਲ ਕਰ ਰਹੇ ਨੇ ਫਿਰ ਉਹ ਕਹਿ ਰਹੇ ਨੇ ਕਿ ਪਰਮਾਤਮਾ ਦੇਣ ਲੱਗਿਆਂ ਕੋਈ ਭੇਦਭਾਵ ਨਹੀਂ ਰੱਖਦਾ ਨਾ ਹੀ ਕੁਝ ਆਸ ਰੱਖ ਕੇ ਕਿਸੇ ਨੂੰ ਦਿੰਦਾ ਬਾਗਾ ਵਾਲੇ ਹੀ ਹਨ ਉਹ ਜੀਵ ਜਿਨ੍ਹਾਂ ਨੂੰ ਪਰਮਾਤਮਾ ਆਪਣੀ ਭਗਤੀ ਦਾ ਪ੍ਰੇਮ ਦਾ ਦਾਨ ਬਖਸ਼ਦਾ ਇਸ ਤੋਂ ਬਾਅਦ ਫਿਰ 26ਵੀਂ ਪੌੜੀ ਵਿੱਚ ਦੱਸਦੇ ਹਨ ਕਿ ਪਰਮਾਤਮਾ ਦੀਆਂ ਸਿਫਤਾਂ ਬਿਆਨ ਕਰ ਸਕਣਾ ਅਸੰਭਵ ਹੈ ਪਰਮਾਤਮਾ ਅਮੁੱਲ ਹੈ ਉਸ ਦਾ ਸਭ ਕੁਝ ਅਮੁੱਲ ਹੈ ਉਸ ਦਾ ਮੁੱਲ ਅੰਕਨ ਦਾ ਕੋਈ ਉਪਾਏ ਹੈ ਹੀ ਨਹੀਂ ਹੈ ਕੋਈ ਨਾਪ ਤੋਲ ਨਹੀਂ ਹੈ ਕੋਈ ਅੰਦਾਜ਼ਾ ਨਹੀਂ ਹੈ ਉਹ ਕਿੰਨਾ ਹੈ ਉਹ ਕੀ ਹੈ ਉਹ ਕਿੱਥੋਂ ਤੱਕ ਫੈਲਿਆ ਉਸ ਦਾ ਉਸ ਦਾ ਧਰਮ ਅਮੁੱਲ ਹੈ ਉਸ ਦਾ ਪ੍ਰਭਾਵ ਅਮੁੱਲ ਹੈ ਉਸ ਦਾ ਵਰਦਾਨ ਅਮੁੱਲ ਹੈ ਉਸ ਦਾ ਪ੍ਰਤੀਕ ਅਮੁੱਲ ਹੈ ਪ੍ਰਤੀਕ ਮੀਨ ਜਿਸ ਰਾਹੀਂ ਅਸੀਂ ਉਸ ਦੀ ਸੋਚ ਜਾਂ ਝਲਕ ਪਾ ਸਕਦੇ ਹਾਂ ਇਹ ਸਾਰੀ ਅਮੁੱਲ ਦੀ ਪੋੜੀ ਹੈ ਉਸ ਤੋਂ ਬਾਅਦ ਹੁਣ ਗੁਰੂ ਸਾਹਿਬ ਪਰਮਾਤਮਾ ਦੀ ਵਡਿਆਈ ਦ੍ਰਿੜ ਕਰਾਉਣ ਲਈ ਸਾਡੀਆਂ ਅੱਖਾਂ ਅੱਗੇ ਇਕ ਅਜੀਬ ਝਾਂਕੀ ਲਿਆਉਂਦੇ ਨੇ ਜਿਹੜੀ ਸੋਦਰ ਵਾਲੀ ਪੋੜੀ ਐ ਉਸ ਵਿੱਚ ਉਹ ਕਹਿ ਰਹੇ ਨੇ ਕਿ ਉਸ ਮਾਲਕ ਦੇ ਦਰਬਾਰ ਦਾ ਵਰਣਨ ਕਰਦੇ ਜਿਸ ਵਿੱਚ ਸਾਰੇ ਮੰਨੇ ਪਰਮੰਨੇ ਧਾਰਮਿਕ ਦੇਵੀ ਦੇਵਤੇ ਅਵਤਾਰ ਮਹਾਤਮਾ ਲੋਗ ਉਸ ਦੀ ਉਪਮਾ ਕਰਦੇ ਦਿਸਦੇ ਹਨ ਇਸ ਤੋਂ ਬਾਅਵੇ ਪੈਦਾ ਹੁੰਦਾ ਕਿ ਪ੍ਰਮਾਤਮਾ ਦਾ ਕੋਈ ਸ਼ਰੀਕ ਨਹੀਂ ਸਭ ਉਸ ਦੇ ਹਨ ਉਹ ਸਭ ਦਾ ਹੈ ਉਹ ਹਰ ਚੀਜ਼ ਉੱਤੇ ਉਸ ਦੇ ਉਸ ਦੇ ਹੁਕਮ ਅਧੀਨ ਚੱਲ ਰਹੀ ਹੈ ਪਰ ਉਹ ਕਿਸੇ ਦੂਸਰੇ ਦੇ ਹੁਕਮ ਦੇ ਅਧੀਨ ਨਹੀਂ ਹੈ ਇਹ ਸੋਦਰ ਦੀ ਪੋੜੀ ਵਿੱਚੋਂ ਫਿਰ ਸਵਾਲ ਤਾਂ ਇਹ ਕੀਤਾ ਗਿਆ ਸੀ ਕਿ ਸੋਦਰ ਕਿਹਾ ਜਾ ਇਹ ਹੀ ਸੀ ਕਿ ਸੋਦਰ ਕਿਹਾ ਸੋ ਘਰ ਕਿਹਾ ਤੋਂ ਇਸ ਤੋਂ ਬਾਅਦ ਫਿਰ ਗੁਰੂ ਗੁਰੂ ਗੁਰਬਿੰਦ ਸਾਹਿਬ ਕ੍ਰியேਟਰ ਗੁਰੂ ਨਾਨਕ ਸਾਹਿਬ ਕ੍ਰியேਟਰ ਦੀ ਕ੍ਰिएशन ਵਿੱਚ ਉਸ ਦੀ ਹੋਣ ਦਾ ਭੇਦ ਦੱਸਦੇ ਨੇ ਔਰ ਉਸ ਦੀ ਕ੍ਰिएशन ਕੁਦਰਤ ਵਿੱਚ ਵਜਦੇ ਅਨੰਤ ਰਾਗਾਂ ਤੇ ਅਨੰਤ ਰਾਗਾ ਰਾਗ ਗਾਉਣ ਵਾਲਿਆਂ ਨੇ ਇਸ ਬ੍ਰਹਮੰਡ ਦੇ ਪੰਜ ਤੱਤ ਸਭ ਕੁਝ ਉਸ ਦੇ ਜਿਹੜੇ ਨੇ ਉਸ ਦੀ ਉਸਤਤ ਕਰ ਰਹੇ ਨੇ ਸਭ ਉਸ ਵਿੱਚੋਂ ਸੰਗੀਤ ਰੂਪੀ ਉਸਤਤ ਜਿਹੜੀ ਹੈ ਉਹਨੂੰ ਕਰ ਰਹੇ ਨੇ ਔਰ ਬਲਿਹਾਰੀ ਕੁਦਰਤ ਵਸਿਆ ਕੁਦਰਤ ਵਿੱਚ ਹੀ ਸਭ ਕੁਝ ਦੇਖ ਸਕਦੇ ਨੇ ਮਿਲ ਸਕਦੇ ਨੇ ਜਾਣ ਸਕਦੇ ਨੇ ਹੁਣ ਗੁਰੂ ਸਾਹਿਬ ਉਸ ਟਾਈਮ ਦੇ ਸੁਸਾਇਟੀ ਦੇ ਜਿਹੜੇ ਸਕਾਲਰਸ ਨੇ ਇੰਟੈਲੈਕਚੁਅਲਸ ਨੇ ਉਹਨਾਂ ਨੂੰ ਮੁਖਾਤਬ ਹੋ ਰਹੇ ਨੇ ਕਿਉਂਕਿ ਉਹਨਾਂ ਦਾ ਮੰਨ ਹੈ ਕਿ ਜੇ ਕਿਸੇ ਸੁਸਾਇਟੀ ਨੂੰ ਅਗਰ ਚੇਂਜ ਕਰਨਾ ਹੈ ਤੇ ਉਥੋਂ ਦੇ ਜਿਹੜੇ ਇੰਟੈਲੈਕਚੁਅਲਸ ਨੇ ਸੋਸਾਇਟੀ ਦੇ ਜਿਹੜੇ ਸਕਾਲਰਸ ਨੇ ਅਗਰ ਉਹ ਉਹਨਾਂ ਨੂੰ ਆਪਣੇ ਆਪਣੀ ਜਿਹੜੀ ਜੋ ਮੈਸੇਜ ਹੈ ਉਹ ਉਹਨਾਂ ਨੂੰ ਅਗਰ ਦੱਸ ਦੇਣ ਜਾਂ ਉਹਨਾਂ ਨੂੰ ਆਪਣੇ ਨਾਲ ਕਰ ਲੈਣ ਤਾਂ ਉਹ ਸੋਸਾਇਟੀ ਜਿਹੜੀ ਹੈ ਉਹ ਬਦਲ ਸਕਦੀ ਹੈ ਹੁਣ ਇਹ ਸਕਾਲਰ ਤੇ ਇੰਟੈਲੈਕਚੁਅਲਸ ਕੌਣ ਨੇ ਇਸ ਲਖ ਸਕੋਟ ਸਕਾਲਰ ਤੇ ਇੰਟੈਲੈਕਚੁਅਲਸ ਨੇ ਸਿੱਧ ਤੇ ਨਾਥ ਤੇ ਜੋਗੀ ਉਹ ਐਸਾ ਸਮਾਂ ਸੀ ਜਿਸ ਵਿੱਚ ਪੂਰੇ ਸਮਾਜ ਦੇ ਵਿੱਚ ਸਿੱਧਾਂ ਦਾ ਜੋਗੀਆਂ ਦਾ ਇਤਨਾ ਇਤਨਾ ਜ਼ਿਆਦਾ ਪ੍ਰਭਾਵ ਸੀ ਕਿ ਉਸ ਪ੍ਰਭਾਵ ਵਿੱਚ ਉਹ ਪੂਰੀ ਜਿਹੜੀ ਮਾਸੇ ਸੀ ਲੋਕ ਸੀ ਉਹਨਾਂ ਦੇ ਨਾਲ ਜੁੜੇ ਹੋਏ ਸੀ ਇੱਥੇ ਉਹ ਜਿਹੜੇ ਸਿੱਧ ਤੇ ਨਾਥ ਜੋਗੀਆਂ ਨੂੰ ਮੁਖਾਤਬ ਹੋ ਰਹੇ ਨੇ ਉਹ ਕਹੇ ਉਹ ਜਿਹੜੇ ਸਿੱਧ ਤੇ ਨਾਥਾਂ ਨੂੰ ਜਿਹੜੇ ਸਕੋਲਰਸ ਨੇ ਉਹਨਾਂ ਨੂੰ ਇਹ ਕਹਿ ਰਹੇ ਕਿ ਤੇੜਾ ਤੁਸੀਂ मीनिंगलेस ਰਿਚੁਅਲਸ ਦੇ ਵਿੱਚ ਲਿਪਤ ਹੋ ਇਹ ਚਾਰ ਪੌੜੀਆਂ ਜਿਹੜੀਆਂ ਅਗਲੀਆਂ ਨੇ ਉਹਨਾਂ ਪੌੜੀਆਂ ਦੇ ਵਿੱਚ ਉਹ ਰਿਚੁਅਲਸ ਦੇ ਬਾਰੇ ਗੁਰੂ ਸਾਹਿਬ ਉਹਨਾਂ ਨੂੰ ਦੱਸ ਰਹੇ ਨੇ ਕਿ ਜੋਗੀ ਕੰਨਾਂ ਦੇ ਵਿੱਚ ਮੁੰਦਰਾ ਪਾ ਰਹੇ ਨੇ ਸਰੀਰ ਉੱਤੇ ਬਭੂਤੀਆਂ ਲਗਾ ਰਹੇ ਨੇ ਗੱਲ ਵਿੱਚ ਉਹ ਗੋਦੜੀ ਪਾਈ ਹੋਈ ਹੈ ਹੱਥ ਵਿੱਚ ਉਹ ਡੰਡਾ ਰੱਖਦੇ ਨੇ ਇਹ ਸਭ ਪ੍ਰਤੀਕ ਮੰਨੇ ਜਾਂਦੇ ਸੀ ਪਰਮਾਤਮਾ ਦੀ ਪ੍ਰਾਪਤੀ ਦੇ ਧਰਮ ਦੇ ਧਰਮ ਦੇ ਮੂਲ ਸਰੋਤ ਦੇ ਨੇੜੇ ਕੇਵਲ ਪ੍ਰਤੀਕ ਹੁੰਦੇ ਹਨ ਹੁਣ ਜਿਵੇਂ ਗੇਰੂਆ ਕੱਪੜੇ ਪਾਣੇ ਇਹਦਾ ਪ੍ਰਤੀਕ ਗੇਰੂਏ ਕੱਪੜੇ ਪਾ ਕੇ ਸਿਰਫ ਇਹਦਾ ਮਤਲਬ ਇਹ ਹੁੰਦਾ ਸੀ ਕਿ ਆਪਣਾ ਮਨ ਨੂੰ ਵੀ ਅਸੀਂ ਇਸ ਤਰ੍ਹਾਂ ਰੰਗ ਲਈ ਹੈ ਉਸ ਪਰਮਾਤਮਾ ਦੇ ਨਾਲ ਜੁੜਨ ਲਈ ਇਸੇ ਤਰ੍ਹਾਂ ਜਿਹੜੀ ਬਬੂਤ ਮਲਣਾ ਸੀ ਇਹ ਉਹਨਾਂ ਦਾ ਜੋਗੀਆਂ ਦਾ ਮੰਨਣਾ ਸੀ ਕਿ ਉਹ ਸੰਸਾਰ ਨੂੰ ਵਿਸ਼ ਸਮਝਦੇ ਸੀ ਵਿਸ਼ਵ ਤੋਂ ਵਿਸ਼ਵ ਵਿਸ਼ ਨੂੰ ਵਿਸ਼ਵ ਬਣਿਆ ਸੰਸਾਰ ਨੂੰ ਉਹ ਜ਼ਹਿਰ ਮੰਨਦੇ ਸੀ ਵਿਸ਼ਵ ਨੂੰ ਜ਼ਹਿਰ ਕਰਕੇ ਸੰਸਾਰ ਨੂੰ ਉਹ ਦਾ ਪ੍ਰਤੀਕਾਰ ਕਰਦੇ ਸੀ ਤਾਂ ਉਹ ਇਹ ਕਹਿੰਦੇ ਸੀ ਕਿ ਆਤਮਾ ਹੀ ਪਰਮਾਤਮਾ ਹੈ ਜਿਹੜਾ ਸਰੀਰ ਹੈ ਇੱਕ ਚਲਦਿਆਂ ਫਿਰਦਿਆਂ ਕਬਰਾਂ ਨੇ ਇਸ ਲਈ ਉਹ ਮਿੱਟੀ ਜਿਹੜੀ ਐ ਇਸ ਬਬੂਤੀ ਮਲ ਕੇ ਇਹਨਾਂ ਉਹ ਬਿੰਦਾ ਤੇ ਜਿਹੜੀ ਗੱਲ ਅਸਲੀ ਮੈਂ ਇਹ ਕਹਿਣਾ ਚਾਹਨਾ ਕਿ ਉਸ ਟਾਈਮ ਜਿਹੜੀ ਹੈ ਬਾਡੀ ਡਿਨਾਇਲ ਦਾ ਕਿ ਇਸ ਸਰੀਰ ਦੇ ਕਸ਼ਟਕਸ਼ਟ ਦੇ ਕੇ ਉਹ ਮਨ ਨੂੰ ਸੋਧਣਾ ਚਾਹੁੰਦੇ ਸੀ ਔਰ ਤੁਸੀਂ ਅਗਰ ਪੁਰਾਣੇ ਹਿਸਟਰੀਆਂ ਪੜੋ ਪੁਰਾਣੇ ਵੇਦ ਸ਼ਾਸਤਰ ਪੜੋ ਤੇ ਆਪਣੀ ਹਰ ਇੰਦਰੀ ਨੂੰ ਇਤਨਾ ਜ਼ਿਆਦਾ ਉਹ ਕਸ਼ਟ ਦਿੰਦੇ ਸੀ ਕਿ ਇਹਨਾਂ ਨੂੰ ਕਸ਼ਟ ਦੇ ਦਿਆਂ ਕਿਉਂਕਿ ਇਹ ਇੰਦਰੀਆਂ ਕਰਕੇ ਅਸੀਂ ਉਸ ਪਰਮਾਤਮਾ ਨੂੰ ਜਾਂ ਮਨ ਨੂੰ ਕੰਟਰੋਲ ਨਹੀਂ ਕਰ ਪਾਉਂਦੇ ਇਹਨਾਂ ਇੰਦਰੀਆਂ ਨੂੰ ਕੰਟਰੋਲ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਇਹਨਾਂ ਨੂੰ ਕਸ਼ਟ ਦਿਓ ਇੱਥੇ ਗੁਰੂ ਸਾਹਿਬ ਨੇ ਇੱਕ ਬੜਾ ਵੱਡਾ ਰੈਵਿਊਲੂਸ਼ਨ ਲਿਆਂਦਾ ਉਹ ਇਹ ਕਹਿੰਦੇ ਨੇ ਕਿ ਹਜ਼ਾਰਾਂ ਸਾਲਾਂ ਤੋਂ ਇੱਕ ਜਿਹੜੀ ਗੱਲ ਯੂ ਆਰ ਨਾਟ ਯੂਅਰ ਬਾਡੀ ਇਹ ਇੱਕ ਮਿੱਥ ਚਲਦੀ ਆ ਰਹੀ ਸੀ ਇਵਨ ਮਹਾਤਮਾ ਬੁੱਧ 6 ਸਾਲ ਤੱਕ ਉਸਨੇ ਉਸਨੇ ਵੀ ਆਪਣੀ ਬਾਡੀ ਨੂੰ ਕਸ਼ਟ ਦਿੱਤੇ ਨੇ 6 ਸਾਲ ਬਾਅਦ ਉਸ ਨੂੰ ਸਮਝ ਆਈ ਕਿ ਇਹ ਮੈਂ ਜੋ ਜਿਹੜੇ ਜਿਹੜੇ ਪਾਸੇ ਤੋਂ ਮੈਂ ਚੱਲ ਰਿਹਾ ਇਹ ਗਲਤ ਰਾਹ ਆ 6 ਸਾਲ ਉਹ ਆਪਣੀ ਬਾਡੀ ਨੂੰ ਕਸ਼ਟ ਦਿੰਦਾ ਰਿਹਾ ਭੁੱਖਾ ਰਹਿ ਕੇ ਤਾਂ ਇੱਥੇ ਗੁਰੂ ਸਾਹਿਬ ਜਿਹੜੇ ਨੇ ਇਹ ਬਾਡੀ ਡਿਨਾਇਲ ਦੀ ਜਿਹੜੀ ਪ੍ਰੈਕਟਿਸ ਹੈ ਇਸ ਨੂੰ ਨਕਾਰ ਕੇ ਨਾਨਕ ਸਾਹਿਬ ਨੇ ਬਾਡੀ ਨੂੰ ਗਲੋਰੀਫਾਈ ਕੀਤਾ ਇੱਕ ਬਹੁਤ ਵੱਡਾ ਰੈਵੋਲੂਸ਼ਨ ਸੀ ਇੰਡੀਆ ਦੇ ਵਿੱਚ ਭਾਰਤ ਦੇਸ਼ ਧਰਮ ਦੇ ਵਿੱਚ ਹਿੰਦੂਸਤਾਨ ਦੀ ਜ਼ਮੀਨ ਵਿੱਚ ਕਿਉਂ ਉਹਨਾਂ ਨੇ ਕਿਹਾ ਕਿ ਜਿਹੜੀ ਗੱਲ ਬਾਣੀ ਵਿੱਚ ਆਉਂਦੀ ਹੈ ਹਰ ਮੰਦਰ ਇਹ ਸਰੀਰ ਹੈ ਕਿ ਜਿਸ ਸਰੀਰ ਵਿੱਚ ਜਿਸ ਘਰ ਦੇ ਵਿੱਚ ਇਹ ਆਤਮਾ ਰਹਿੰਦੀ ਹੈ ਜਿਸ ਨੂੰ ਤੁਸੀਂ ਪ੍ਰਮਾਤਮਾ ਕਹਿੰਦੇ ਹੋ ਉਸ ਨੂੰ ਇਹ ਕਸ਼ਟ ਕਿਉਂ ਦੇਣੇ ਇਹ ਬਰਗੋੜੀ ਬਾਡੀ ਨੂੰ ਗਲੋਰੀਫਾਈ ਕਰਕੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਕਹੀਤੀ ਹੈ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨੂੰ ਦੇਖੋ ਜੋਗ ਦਾ ਮਤਲਬ ਹੁੰਦਾ ਹੈ ਜੋਗ ਮਿੰਦ ਦੋ ਦਾ ਇੱਕ ਹੋਣਾ ਇਹ ਜੋਗੀ ਇੱਥੋਂ ਬਣੇ ਤੋਂ ਬਾਹਰ ਮੁਖੀ ਪ੍ਰਤੀਕਾਂ ਦੀ ਥਾਂ ਤੇ ਮਨ ਦੀ ਸਾਧਨਾ ਦੇ ਅੰਤਰਮੁਖੀ ਸਾਧਨ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਜਿਹੜੀ ਹੈ ਉਹਨਾਂ ਜੋਗੀਆਂ ਨੂੰ ਦੇ ਰਹੇ ਨੇ ਮੁੰਡਾ ਨੂੰ ਸੰਤੋਖ ਕਿਆ ਜਿਹੜੀਆਂ ਤੁਸੀਂ ਕੰਨਾਂ 'ਚ ਮੁੰਦਰਾ ਪਾਉਂਦੇ ਹੋ ਇਹਨੂੰ ਸੰਤੋਖ ਦੇ ਨਾਲ ਉਹਨਾਂ ਨੇ ਅਟੈਚ ਕੀਤਾ ਇਸੇ ਤਰ੍ਹਾਂ ਕੀਰਤ ਨੂੰ ਛੋਲੇ ਵਿਭੂਤ ਨੂੰ ਧਿਆਨ ਕੁਆਰੀ ਕਾਇਆ ਨੂੰ ਨਿਰਮਲ ਅਚਰਨ ਪਿਓਰ ਅਚਰਨ ਬੋਇਸ ਅਚਰਨ ਦੀ ਗੱਲ ਕੀਤੀ ਤੇ ਡੰਡੇ ਨੂੰ ਜੁਗਤ ਬਣਾਉਣ ਦੀ ਗੱਲ ਗੁਰੂ ਸਾਹਿਬ ਕਹਿੰਦੇ ਨੇ ਤਾਂ ਹੀ ਕਹਿੰਦੇ ਗੁਰੂ ਸਾਹਿਬ ਕੇ ਮਨ ਨੂੰ ਤਾਂ ਹੀ ਦਿੱਤਿਆ ਜਾ ਸਕਦਾ ਹੈ ਔਰ ਮਨ ਜੀਤੇ ਜਗ ਜੀਤ ਦੀ ਗੱਲ ਹੈ ਇਸੇ ਤਰ੍ਹਾਂ ਬ੍ਰह्म ਗਿਆਨੀ ਦਾ ਭੋਜਨ ਗਿਆਨ ਕਿ ਤੁਸੀਂ ਬ੍ਰह्म ਗਿਆਨੀ ਬਨ ਰਹੇ ਹੋ ਪਰ ਗਿਆਨ ਹੈ ਨਹੀਂ ਗਿਆਨ ਦੇ ਉੱਤੇ ਮਹੱਤਤਾਤੀ ਔਰ ਦਇਆ ਭੰਡਾਰਨ ਇਹ ਸੁਣਿਆ ਵਿਚਾਰਨ ਲਈ ਕਿਹਾ ਕਿ ਦਇਆ ਜਿਹੜੀ ਜਿਹੜੀ ਕੰਪੈਸ਼ਨ ਹੈ ਇਹ ਧਰਮ ਦਾ ਜਿਹੜਾ ਮੂਲ ਜਿਹੜਾ ਜਿਹਦੇ ਚ ਗੁਰੂ ਨਾਨਕ ਸਾਹਿਬ ਪਹਿਲੇ ਦੱਸ ਕੇ ਕਹਿੰਨੇ ਕਿ ਜਿਹੜੇ ਧੋਲ ਧਰਮ ਦਿਆ ਕਪੂਦ ਕੋੜੀ ਦੇ ਵਿੱਚ ਗੱਲ ਜਿਹੜੀ ਆਈ ਹੈ ਇਸੇ ਤਰ੍ਹਾਂ ਫਿਰ ਉਸ ਤੋਂ ਬਾਅਦ ਆਦ ਅਨੀਲ ਅਨਾਦ ਨਹਤ ਸਾਰੀਆਂ ਪੋੜੀਆਂ ਦਾ ਜਿਹੜਾ ਐਂਡ ਹੈ ਇਹ ਆਦ ਅਨੀਲ ਅਨਾਦ ਨਹਤ ਜੁਗ-ਜੁਗ ਇੱਕੋ ਵੇਸਤੁਆ ਇਹਦਾ ਭਾਵ ਹੈ ਨਮਸਕਾਰ ਹੈ ਉਸ ਨੂੰ ਜੋ ਮੁੱਢ ਤੋਂ ਹੈ ਗਿਣਤੀ ਤੋਂ ਰਹਤ ਹੈ ਜੋ ਨਾਸ ਨਹੀਂ ਹੁੰਦਾ ਤੇ ਜੁਗਾ-ਜੁਗਾ ਤੋਂ ਇੱਕ ਰਸ ਵਿੱਚ ਰਹਿੰਦਾ ਇਹ ਗੁਰੂ ਨਾਨਕ ਸਾਹਿਬ ਨੇ ਇਹਨਾਂ ਪੋੜੀਆਂ ਦੇ ਵਿੱਚ ਗੱਲ ਕੀਤੀ ਆ ਉਸ ਤੋਂ ਬਾਅਦ ਫਿਰ ਇੱਕ ਦੋ ਜੀਬੋ ਲੱਖ ਹੋਏ ਲੱਖ ਹੋਏ ਲਖਵੀਸ ਇੱਥੇ ਵੀ ਗੁਰੂ ਨਾਨਕ ਸਾਹਿਬ ਨੇ ਬੜੀਆਂ ਵੱਡੀਆਂ ਇੱਥੇ ਰੈਵਲੂਸ਼ਨਸ ਦੀਆਂ ਗੱਲਾਂ ਕੀਤੀਆਂ ਹੁਣ ਗੁਰੂ ਸਾਹਿਬ ਉਸ ਸਮੇਂ ਦੀ ਇੱਕ ਹੋਰ ਮਿੱਥ ਜਿਹੜੀ ਹੈ ਉਸ ਨੂੰ ਵਿਚਾਰਨ ਦੀ ਗੱਲ ਕਰ ਰਹੇ ਨੇ 나ਥ ਜੋਗੀ ਸਿੱਧ ਜਿਹੜੇ ਨੇ ਜਿਹੜੇ ਸੋ ਕਾਲਡ ਸਕਾਲਰਸ ਨੇ ਇਹ ਹਜ਼ਾਰਾਂ ਹਜ਼ਾਰਾਂ ਸਾਲ ਤੋਂ ਔਰ ਹਜ਼ਾਰਾਂ ਹਜ਼ਾਰਾਂ ਲੋਕਾਂ ਦੇ ਵੇਸ਼ ਦੇ ਵਿੱਚ ਇਹ ਸੋਚਦੇ ਸਨ ਕਿ ਜਿਹੜਾ ਜਗਦੀਸ਼ ਉਸ ਟਾਈਮ ਵਾਰ-ਵਾਰ ਜਗਦੀਸ਼ ਜਗਦੀਸ਼ ਦਾ ਰਟਨ ਜਗਦੀਸ਼ ਹੁੰਦਾ ਲਾਰਡ ਆਫ ਦਾ ਵਰਡ ਪਰਮਾਤਮਾ ਦਾ ਵਾਰ-ਵਾਰ ਨਾਮ ਲੈਣ ਨਾਲ ਰਟਣ ਕਰਨ ਨਾਲ ਮਨਕਿਆਂ ਨਾਲ ਮਾਲਾਵਾਂ ਚ ਬੜਾ ਚਲਾਨਦਾ ਸੀ ਇਸ ਤਰ੍ਹਾਂ ਦੇ ਜਿਹੜੀ ਜਿਹੜੀ ਇਹ ਮਨਕਿਆਂ ਨਾਲ ਪਰਮਾਤਮਾ ਨੂੰ ਪਾ ਲੈਣਗੇ ਇਹ ਜਿਹੜੀ ਮਿੱਥ ਸੀ ਇਹ ਮਿੱਥ ਜੋ ਅਸੀਂ ਅੱਜ ਵੀ ਕਰ ਰਹੇ ਹਾਂ ਸਾਡਾ ਵਾਰ-ਵਾਰ ਜਦੋਂ ਨਾਮ ਸਿਮਰਨ ਵਿੱਚ ਅਸੀਂ ਇਹ ਚਿੰਤਾ ਜ਼ਾਹਿਰ ਕੀਤੀ ਸੀ ਕਿ ਅੱਜ ਸਾਡੇ ਸਮਾਜ ਵਿੱਚ ਵੀ ਇੱਕ ਬੜੀ ਵਾਰ-ਵਾਰ ਨਾਮ ਰਟਣ ਨੂੰ ਹੀ ਅਸੀਂ ਸਭ ਕੁਝ ਕਰ ਲਿਆ ਔਰ ਪਹਿਲੇ ਲੈਕਚਰ ਦੇ ਵਿੱਚ ਵੀ ਸਾਡੀਆਂ ਇਹ ਗੱਲਾਂ ਹੋਈਆਂ ਤੇ ਗੁਰੂ ਸਾਹਿਬ ਨੇ ਇੱਥੇ ਸਪਸ਼ਟ ਕਰ ਦਿੱਤਾ ਕਿ ਸੁਨਨ ਮੰਨਨ ਤੇ ਨਿਧਿਆਸਨ ਨਿਧਿਆਸਨ ਹੁੰਦਾ ਧਿਆਨ ਕਰਨਾ ਵਾਰ-ਵਾਰ ਧਿਆਨ ਕਰਨਾ ਨਿਧਿਆਸਨ ਤੋਂ ਬਾਅਦ ਜਿਹੜਾ ਅਮਲ ਹੈ ਜਦ ਤੱਕ ਅਮਲ ਨਹੀਂ ਪਾ ਕਰੋਗੇ ਤਦ ਤੱਕ ਤੁਸੀਂ ਕੁਝ ਵੀ ਨਹੀਂ ਪਾ ਸਕਦੇ ਭਾਵੇਂ ਇੱਕ ਜੀਵ ਹੋਵੇ ਸਾਡੀਆਂ ਲੱਖ ਜੀਵਾਂ ਹੋ ਜਾਣ 20 ਲੱਖ ਹੋ ਜਾਣ ਪ੍ਰਮਾਤਮਾ ਦਾ ਅਹਿਸਾਸ ਪ੍ਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਇਹ ਬਿਨਾ ਅਮਲ ਦੇ ਬਿਨਾ ਉਸ ਦੀ ਗ੍ਰੇਸ ਦੇ ਨਹੀਂ ਹੋ ਸਕਦੀ ਯਾਦ ਰੱਖਣਾ ਕਿ ਇਹ ਤੁਹਾਡੇ ਸ਼ੁਭ ਮਾਮਲਿਆਂ ਤੇ ਸ਼ੂਬ ਅਮਲਾਂ ਤੋਂ ਬਗੈਰ ਬਖਸ਼ਿਸ਼ ਵੀ ਜਿਹੜੀ ਪਰਮਾਤਮਾ ਦੀ ਹੈ ਉਹ ਵੀ ਨਹੀਂ ਹੁੰਦੀ ਔਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਲੱਖਾਂ ਵਾਰ ਜਗਦੀਸ਼ ਨਾਮ ਦੇ ਰਟਣ ਨਾਲ ਉਸ ਦੀ ਪ੍ਰਾਪਤੀ ਠੀਕ ਉਸੇ ਤਰ੍ਹਾਂ ਹੁੰਦੀ ਹੈ ਜਿਵੇਂ ਇੱਕ ਛੋਟਾ ਜਿਹਾ ਕੀੜਾ ਇਹ ਕਵੇ ਕਿ ਮੈਂ ਅਸਮਾਨ ਤੇ ਚਲਾ ਜਾਵਾਂਗਾ ਇਹ ਇੱਕ ਗੁਰੂ ਸਾਹਿਬ ਦਾ ਸਮਝਾਉਣ ਦਾ ਤਰੀਕਾ ਸੀ ਉਹਨਾਂ ਦਾ ਇੱਕ ਸਮਝਾਉਣ ਦਾ ਤਰੀਕਾ ਹੈ ਸੀ ਕਿ ਫਾਲਸ ਮੈਥਡ ਲੀਡਸ ਟੂ ਬੇਸਲੈਸ ਕਨਕਲੂਜਨ ਕਿ ਜਿਹੜੇ ਫਾਲਸ ਮੈਥਡ ਤੁਸੀਂ ਕਰ ਰਹੇ ਹੋ ਇਹਦਾ ਕਨਕਲੂਜਨ ਜਿਹੜਾ ਹੈ ਬੇਸਲੈਸ ਹੀ ਹੋਏਗਾ ਫਿਰ ਅੱਗੇ ਕਹਿ ਦਿੰਦੇ ਕਿ ਨਾਨਕ ਨਦਰੀ ਪਾਈਏ ਕੂੜੇ-ਕੂੜੀ ਠੀਸ ਉਸ ਦੀ ਨਦਰ ਨਾਲ ਹੀ ਸਭ ਕੁਝ ਮਿਲੇਗਾ ਬਾਕੀ ਸਭ ਝੂਠ ਹੈ ਬਾਕੀ ਸਭ ਬੇਸਲੈਸ ਹੈ ਅਗਲੀ ਪੌੜੀ ਦੇ ਵਿੱਚ ਫਿਰ ਗੁਰੂ ਸਾਹਿਬ ਨੇ ਸਪਸ਼ਟ ਹੀ ਕਰ ਦਿੱਤਾ ਔਰ ਇਹ ਸ਼ਬਦ ਕ੍ਰਾਂਤੀਕਾਰੀ ਸ਼ਬਦ ਨੇ ਜਿਹੜੇ ਨਾ ਨਾ ਬੋਲਣ ਵਿੱਚ ਸ਼ਕਤੀ ਹੈ ਨਾ ਤੁਸੀਂ ਬੋਲ-ਬੋਲ ਕੇ ਉਸ ਨੂੰ ਪਾ ਸਕਦੇ ਹੋ ਆਖਨ ਜੋਰ ਚੁਪੇ ਨਾ ਜੋਰ-ਜੋਰ ਨਾਲ ਮੰਗਣ ਦੇ ਨਾ ਜੋਰ ਦੇ ਵਿੱਚ ਕਿ ਨਾਨਕ ਜਿਹੜਾ ਨਾਨਕ ਉੱਤਮ ਨੀਚ ਨਾ ਕੋਏ ਇਹ ਹੁਣ ਕ੍ਰਿਸਟਲ ਕਲੀਅਰ ਕਰ ਦਿੱਤਾ ਗੁਰੂ ਸਾਹਿਬ ਨੇ ਕਿ ਜਿਹੜੀਆਂ ਉਹ ਹੱਠ ਨਾਲ ਜਿਹੜੀਆਂ ਗੱਲਾਂ ਕਰ ਰਹੀ ਸੀ ਵਾਰ-ਵਾਰ ਰਟਣ ਨਾਲ ਗੱਲਾਂ ਕਰ ਰਹੀ ਸੀ ਉੱਥੇ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਹੱਠ ਨਾਲ ਬਲ ਨਾਲ ਪਾਵਰ ਨਾਲ ਇਹਦੇ ਪ੍ਰਦਰਸ਼ਨ ਨਾਲ ਇਹਦੇ ਸ਼ੋਅ ਆਫ ਨਾਲ ਇਹ ਕੁਝ ਨਹੀਂ ਹੋਣਾ ਸਰੀਰ ਨੂੰ ਜਿੰਨਾ ਮਰਜ਼ੀ ਕਸ਼ਟ ਦੇ ਲੋ ਇਸ ਨਾਲ ਤੁਸੀਂ ਕੁਝ ਨਹੀਂ ਪਾ ਸਕਦੇ ਬਿਨਾ ਮਨ ਨੂੰ ਕਾਬੂ ਕਰਨ ਦੇ ਪਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਰਸਤਾ ਹੈ ਇਹ ਜ਼ੋਰ ਦਾ ਨਹੀਂ ਤਾਕਤ ਦਾ ਨਹੀਂ ਗੁਰੂ ਨਾਨਕ ਸਾਹਿਬ ਦਾ ਰਸਤਾ ਹੈ ਸਹਜ ਦਾ ਸੰਜਮ ਦਾ ਪ੍ਰੇਮ ਦਾ ਇਸ ਪੋੜੀ ਵਿੱਚ ਗੁਰੂ ਨਾਨਕ ਸਾਹਿਬ ਇਹ ਕਰਦੇ ਜੇ ਜੰਮਨ ਤੇ ਮਰਨ ਵਿੱਚ ਮਨੁੱਖ ਦਾ ਕੋਈ ਜ਼ੋਰ ਨਹੀਂ ਤਾਂ ਫਿਰ ਜੀਵਨ ਤੇ ਮੋਤ ਦੇ ਵਿਚਾਲੇ ਜਿਹੜੇ ਜੀਵਨ ਸੰਬੰਧੀ ਹੋਰ ਕਰਨੀਆਂ ਨੇ ਉਸ ਤੇ ਜ਼ੋਰ ਕਿਵੇਂ ਚੱਲ ਸਕਦਾ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਉਹਨਾਂ ਸਮਝਾ ਰਹੇ ਨੇ ਤੇ ਸਿਰਫ ਤੇ ਸਿਰਫ ਜ਼ੋਰ ਜੇ ਹੈ ਤੇ ਉਹ ਸਿਰਫ ਤੇਰੇ ਹੰਕਾਰ ਵਿੱਚ ਹੈ ਇਹ ਉਹ ਗੱਲ ਕਰ ਰਹੇ ਨੇ ਇਸ ਤੋਂ ਪਹਿਲੀ ਪੌੜੀ ਵਿੱਚ ਸਪਸ਼ਟੀਕਰਤਾ ਕੀਤਾ ਕਿ ਕਿਤਾ ਕੇ ਬੋਲਣ ਨਾਲ ਵਾਰ-ਵਾਰ ਜਗਦੀਸ਼ ਜਦੀਸ਼ ਕਰਨ ਨਾਲ ਜਪ ਰਟਣ ਨਾਲ ਉਸ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਤੇ ਹੁਣ ਅਗਲੀ ਗੱਲ ਵੀ ਇਹ ਕਰ ਰਹੇ ਹਨ ਕਿ ਮਨ ਵਿੱਚ ਕੋਈ ਜ਼ੋਰ ਨਹੀਂ ਹੈ ਕਿ ਪਿਕ ਮਮ ਜਿਹੜਾ ਚੁੱਪ ਰਹਿਣ ਦੀ ਗੱਲ ਹੈ ਸਾਇਲੈਂਸ ਡਿਡ ਨਾਟ ਜਨਰੇਟ ਪਾਵਰ ਕਿ ਚੁੱਪ ਰਹਿਣ ਨਾਲ ਵੀ ਜਿਹੜੀ ਹੈ ਇਹ ਪਾਵਰ ਜਨਰੇਟ ਨਹੀਂ ਹੋਣੀ ਇੱਥੇ ਹੁਣ ਥੋੜਾ ਜਿਹਾ ਹੁਣ ਕਲੀਅਰ ਕਰ ਰਹੇ ਨੇ ਕਿ ਤੂੰ ਕਦੀ ਚੁੱਪ ਹੋਇਆ ਹੈ ਪਹਿਲੇ ਅੰਦਰ ਆਪਣੇ ਦੇਖ ਕਿ ਤੂੰ ਚੁੱਪ ਦਾ ਉਤੋਂ ਤਾਂ ਫਿਜ਼ੀਕਲੀ ਤਾਂ ਤੂੰ ਚੁੱਪ ਬੈਠ ਗਿਆ ਲੋਕਾਂ ਵਿੱਚ ਪਰ ਤੂੰ ਕੀ ਸੱਚ ਮੁੱਚ ਚੁੱਪ ਹੋਇਆ ਉਹ ਕਹਿੰਦੇ ਨੇ ਕਿ ਤੂੰ ਸਿਰਫ ਜੀਬ ਇੱਕ ਮਾਸ ਦਾ ਟੁਕੜਾ ਹੈ ਤੂੰ ਉਸ ਨੂੰ ਯੂਜ਼ ਨਹੀਂ ਕਰ ਰਿਹਾ ਪਰ ਆਪਣੇ ਅੰਦਰ ਤਾਂ ਤੂੰ ਕਦੀ ਚੁੱਪ ਹੋਇਆ ਹੀ ਨਹੀਂ ਇਸ ਗੱਲ ਨੂੰ ਕਰਕੇ ਫਿਰ ਉਹ ਕਹਿੰਦੇ ਨੇ ਕਿ ਤੂੰ ਚੁੱਪ ਉੱਤੋਂ ਹੋ ਗਿਆ ਪਰ ਅੰਦਰ ਤਾਂ ਤੂੰ ਗਿੰਤੀਆਂ ਹੀ ਕਰ ਰਹੇ ਹੈਂ ਹੱਥਾਂ ਨਾਲ ਇਸ਼ਾਰੇ ਕਰਦੇ ਆਂ ਅੱਖਾਂ ਨਾਲ ਦੇਖ ਰਹੇ ਆਂ ਕੰਨਾਂ ਨਾਲ ਸੁਣ ਰਹੇ ਆਂ ਇਹ ਜਿੰਨਾ ਦੇਖਣਾ ਸੁਣਨਾ ਇਹ ਵੀ ਚੁੱਪ ਦੇ ਨਾਲ ਨਹੀਂ ਕਿ ਜੇ ਤੁਸੀਂ ਤੁਸੀਂ ਜੋ ਦੇਖ ਰਹੇ ਹੋ ਕੰਨ ਤੁਹਾਡੇ ਖੁੱਲੇ ਨੇ ਅੱਖਾਂ ਰੋਗ ਉਸ ਤਰ੍ਹਾਂ ਵੀ ਚੁੱਪ ਰਹਿ ਸਕਦੇ ਹੋ ਉਹ ਜਿਹੜੇ ਪਹਿਲਾਂ ਉਹਨਾਂ ਨੇ ਦੱਸ ਦਿੱਤਾ ਹੈ ਨਿਧਿਆਸਨ ਦੇ ਵਿੱਚ ਮੰਨਨ ਵਿੱਚ ਸੁਣਨ ਵਿੱਚ ਤੇ ਇੱਥੇ ਉਹ ਕਹਿੰਦੇ ਨੇ ਕਿ ਤੂੰ ਚੁੱਪ ਰਹਿਣ ਦੇ ਰਹਿਣਾ ਇੱਕ ਫਿਜ਼ੀਕਲੀ ਤਾਂ ਤੂੰ ਇੱਕ ਡੋਂਗ ਕਰ ਰਿਹਾ ਹੈ ਲੇਕਿਨ ਅੰਦਰ ਤੇਰੇ ਬੜੇ ਬੜੇ ਉਬਾਲ ਆ ਰਹੇ ਨੇ ਤੂੰ ਹਰ ਗੱਲ ਕਰ ਰਿਹਾ ਹੈ ਤੇਰੇ ਅੰਗ ਜਿਹੜੇ ਨੇ ਉਹ ਅੰਗ ਅੰਗ ਫੁਰ ਰਹੇ ਨੇ ਅੰਦਰੋਂ ਤੂੰ ਜਦ ਤੱਕ ਚੁੱਪ ਨਹੀਂ ਹੁੰਦਾ ਮਨ ਦੀ ਤੇਰੀ ਚੁੱਪ ਨਹੀਂ ਹੁੰਦੀ ਇਹ ਚੁੱਪ ਰਹਿਣ ਦਾ ਕੋਈ ਫਾਇਦਾ ਨਹੀਂ ਇਸ ਤਰ੍ਹਾਂ ਨਾ ਮੰਗਣ ਵਿੱਚ ਜੋਰ ਹੈ ਨਾ ਦਾਨ ਵਿੱਚ ਜੋਰ ਹੈ ਮੁਕਦੀ ਗੱਲ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਪ੍ਰਮਾਤਮਾ ਦੇ ਹੱਥ ਵਿੱਚ ਸਾਰਾ ਜ਼ੋਰ ਹੈ ਸਾਰੀ ਤਾਕਤ ਹੈ ਜਿਹੜਾ ਆਪਣੇ ਆਪ ਨੂੰ ਗਵਾਏਗਾ ਉਹ ਸਭ ਪਾਲੇਗਾ ਜਿਹੜਾ ਆਪਣੇ ਆਪ ਨੂੰ ਸ਼ੋਅਫ ਕਰੇਗਾ ਉਹ ਸਦਾ ਲਈ ਸਭ ਕੁਝ ਗਵਾ ਲੇਗਾ ਇਸ ਪੋੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਇਹ ਗੱਲ ਕਰ ਰਹੇ ਨੇ ਅੱਗੇ ਪ੍ਰਮਾਤਮਾ ਅੱਗੇ ਆਤਮ ਸਮਰਪਣ ਕਰਨਾ ਹੈ ਪ੍ਰਮਾਤਮਾ ਦੇ ਹੁਕਮ ਨਾਲ ਹੀ ਮਨੁੱਖोत्तम ਤੇ ਨੀਚ ਹੁੰਦਾ ਜਪਜੀ ਦੇ ਅੰਤਲੇ ਭਾਗਾਂ ਵਿੱਚ ਫਿਰ ਪੰਜ ਖੰਡ ਜਿਹੜੇ ਆ ਗਏ ਨੇ ਜਿਹੜੇ ਬਹੁਤ ਬਹੁਤ ਇੰਪੋਰਟੈਂਟ ਨੇ ਔਰ ਬੜੇ ਸਮਝਣ ਵਾਲੇ ਨੇ ਔਰ ਮੇਰਾ ਮੰਨਣਾ ਹੈ ਕਿ ਜਿਨੇ ਪੰਜ ਖੰਡ ਸਮਝ ਲੈ ਉਸ ਨੇ ਪੂਰੇ ਜਪਜੀ ਸਾਹਿਬ ਨੂੰ ਜਿਹੜਾ ਆਪਣੇ ਅੰਦਰ ਸਮਾ ਲਿਆ ਅੰਤਲੇ ਭਾਗ ਵਿੱਚ ਜਿਹੜੇ ਪਹਿਲਾ ਜਿਹੜਾ ਉਹਨਾਂ ਨੇ ਪ੍ਰਗਤੀ ਦਾ ਮਾਰਗ ਅਧਿਆਤਮਕ ਜਿਹੜੀ ਪ੍ਰਗਤੀ ਹੈ ਉਹਦੇ ਵਿੱਚ ਜਿਹੜੇ ਪੰਜ ਸਟੈਪ ਨੇ ਪੰਜ ਖੰਡ ਉਹਨਾਂ 'ਚ ਗੁਰੂ ਨਾਨਕ ਸਾਹਿਬ ਪਹਿਲੇ ਧਰਮ ਖੰਡ ਨੂੰ ਕਹਿੰਦੇ ਨੇ ਔਰ ਧਰਮ ਖੰਡ ਜਿਹੜਾ ਇਹ ਮਨੁੱਖ ਦੀ ਨੈਤਿਕ ਔਰ ਫਰਜ਼ਾਂ ਦਾ ਖੰਡ ਹੈ ਇਸ ਵਿਸ਼ੇ ਨੂੰ ਸਮਝਾਣ ਲਈ ਗੁਰੂ ਨਾਨਕ ਸਾਹਿਬ ਨੇ ਇੱਕ ਬੜੀ ਸਾਇੰਟੀਫਿਕ ਅਪਰੋਚ ਵਰਤੀ ਹੈ ਇਹਨੂੰ ਕਈ ਵਿਦਵਾਨਾਂ ਨੇ ਕਿਹਾ ਕਿ ਟੈਲੀਸਕੋਪਿਕ ਅਪਰੋਚ ਉਹ ਹੈ ਕਿ ਇਹ ਵਿਜ਼ਨ ਗੁਰੂ ਨਾਨਕ ਸਾਹਿਬ ਦਾ ਦੇਖੋ ਕਿ ਉਹ ਕਹਿ ਰਹੇ ਨੇ ਕਿ ਕੁਦਰਤ ਵੱਲੋਂ ਜਿਹੜੇ ਚਾਰ ਤੱਤਾਂ ਦੀ ਰਚਨਾ ਸਭ ਤੋਂ ਪਹਿਲੇ ਹੋਈ ਉਹ ਸੀ ਪਵਨ ਪਾਣੀ ਅਗਨੀ ਤੇ ਪਤਾਲ ਇੱਥੇ ਪਤਾਲ ਆਕਾਸ਼ ਤੋਂ ਲੈਣਾ ਹੈ ਪਤਾਲ ਤੋਂ ਬਾਅਦ ਆਕਾਸ਼ ਹੈ ਇਹਨਾਂ ਵਿਸ਼ਾਲ ਤੱਤਾਂ ਵਿੱਚ ਪਰਵੇਸ਼ਰ ਨੇ ਪੰਜਵਾਂ ਤੱਤ ਜਿਹੜਾ ਧਰਤੀ ਹੈ ਉਸ ਨੂੰ ਸਥਾਪਨ ਕਰਕੇ ਦਰ ਜਿਹੜੀ ਹੈ ਉਹ ਜਿਹੜੀ ਧਰਤੀ ਹੈ ਉਹ ਠੋਸ ਹੈ ਇਸ ਲਈ ਗੁਰੂ ਸਾਹਿਬ ਨੇ ਇਸ ਧਰਤੀ ਨੂੰ ਜਿਹੜਾ ਇਹ ਧਰਮਸ਼ਾਲਾ ਕਿਹਾ ਨਿਯਮ ਅਨੁਸਾਰ ਜੀਵਨ ਹੀ ਧਰਮ ਹੈ ਧਰਤੀ ਉੱਤੇ ਵੱਸਣ ਵਾਲੇ ਜੀਵਾਂ ਨੂੰ ਵਿਸ਼ੇਸ਼ ਰੂਪ ਵਿੱਚ ਧਰਮ ਕਰਨ ਦੀ ਹੀ ਆਗਿਆ ਹੈ ਕਿਉਂਕਿ ਧਰਤੀ ਦਾ ਇੱਕ ਵਿਸ਼ੇਸ਼ ਗੁਣ ਹੈ ਉਹ ਇਹ ਹੈ ਕਿ ਇਸ ਵਿੱਚ ਜੋ ਬੀਜੀਦਾ ਹੈ ਉਹੀ ਫਲ ਪ੍ਰਾਪਤ ਕਰੀਦਾ ਹੈ ਇੱਕ ਧਰਤੀ ਦਾ ਡਿਸਪਲਨ ਕਹਿ लो ਧਰਤੀ ਦਾ ਕਾਨੂੰਨ ਕਹਿ लो ਜਾਂ ਰੱਬੀ ਇਹ ਜਿਹੜਿਆ ਗੁਣ ਧਰਤੀ ਦੇ ਵਿੱਚ ਹੈ ਇਸ ਲਈ ਮਨੁੱਖ ਨੂੰ ਇਸ ਧਰਤੀ ਰੂਪੀ ਸਕੂਲ ਵਿੱਚੋਂ ਨਿਯਮ ਅਨੁਸਾਰ ਜੀਵਨ ਦੇ ਢੰਗ ਸਿੱਖਣੇ ਨੇ ਧਰਮਸ਼ਾਲ ਕੁਝ ਰਾਤਾਂ ਲਈ ਰਹਿਣ ਲਈ ਹੁੰਦੀ ਹੈ ਤੇ ਗੁਰੂ ਸਾਹਿਬ ਨੇ ਧਰਮਸ਼ਾਲ ਇਸੇ ਲਈ ਇਸ ਨੂੰ ਕਿਹਾ ਕਿ ਧਰਤੀ ਨੂੰ ਅਗਰ ਮਨੁੱਖ ਧਰਮਸ਼ਾਲ ਸਮਝੇ ਤਾਂ ਘਰ-ਘਰ ਧਰਮਸ਼ਾਲ ਦੇ ਵਿੱਚ ਵੀ ਅੱਗੇ ਆਵਾਂਗੇ ਕਿ ਗੁਰੂ ਸਾਹਿਬ ਨੇ ਜਿੱਥੇ ਧਰਤੀ ਨੂੰ ਧਰਮਸ਼ਾਲ ਕਿਹਾ ਉਸ ਲਈ ਉੱਥੇ ਬਾਡੀ ਨੂੰ ਵੀ ਧਰਮਸ਼ਾਲ ਕਿਹਾ ਕਿ ਆਪਣੀ ਬਾਡੀ ਦੇ ਵਿੱਚ ਵੀ ਧਰਮ ਜਿਹੜੇ ਫਰਜ਼ਾਂ ਦੀ ਗੱਲ ਹੈ ਉਹ ਲਿਆ ਤੇ ਧਰਤੀ ਤੇ ਜੀਣ ਦੀ ਜਿਹੜੀ ਗੱਲ ਹੈ ਉਸ ਵਿੱਚ ਵੀ ਧਰਮ ਦੀ ਗੱਲ ਕੀਤੀ ਹੈ ਅਕਾਲ ਪੁਰਖ ਦੀ ਸਰ ਜੀ ਇਸ ਧਰਤੀ ਉੱਤੇ अनेका ਤਰੀਕੇ ਦੇ ਜੀਵ ਵਸਦੇ ਹਨ ਜਿਨ੍ਹਾਂ ਦੇ अनेका-ਨੇਕਾ ਨਾਮ ਹਨ ਔਰ ਇਹ ਧਰਤੀ ਜੀਵਾਂ ਨੂੰ ਧਰਮ ਦੀ ਡਿਸਪਲਨ ਦੀ ਜਿਹੜੀ ਹੈ ਪ੍ਰੇਰਣਾ ਦਿੰਦੀ ਹੈ ਔਰ ਉਸ ਪ੍ਰੇਰਣਾ ਨੂੰ ਦੇਣ ਲਈ ਗੁਰੂ ਗੁਰੂ ਪਰਮਾਤਮਾ ਨੇ ਇਸ ਧਰਤੀ ਤੇ ਵਿਸ਼ੇਸ਼ ਰਾਤਾਂ ਵਾਰ ਮੌਸਮ ਤਿਥਾਂ ਤਰੀਕਾਂ ਦੀ ਜਿਹੜੀ ਹੈ ਉਹ ਰਚਨਾ ਕੀਤੀ ਔਰ ਗੁਰੂ ਸਾਹਿਬ ਨੇ ਮਨੁੱਖ ਨੂੰ ਸਮਝਾਇਆ ਕਿ ਇਹ ਧਰਤੀ ਧਰਮਸਾਲ ਹੈ ਔਰ ਇਹ ਧਰਮਸਾਲ ਰੂਪੀ ਧਰਤੀ ਮਨੁੱਖ ਦੀ ਅਨੰਤ ਯਾਤਰਾ ਅਗੰਮ ਨਾਲ ਆਰਾਮ ਨਾਲ ਜੀਣ ਲਈ ਜਿਹੜਾ ਇਹ ਘਰ ਹੈ ਔਰ ਇਹ ਘਰ ਬਣਾ ਕੇ ਬਹਿ ਜਾਣ ਲਈ ਨਹੀਂ ਹੈ ਹਮੇਸ਼ਾ ਇਹ ਸਮਨ ਰੱਖਣਾ ਹੈ ਕਿ ਇਹ ਧਰਮਸ਼ਾਲ ਹੈ ਇਹ ਘਰ ਨਹੀਂ ਹੈ ਇਹ ਮਨੁੱਖ ਨੂੰ ਸਮਝਾਉਣ ਦੀ ਇੱਥੇ ਕੋਸ਼ਿਸ਼ ਕੀਤੀ ਗਈ ਹੈ ਧਰਮਸ਼ਾਲ ਜਿਹੜਾ ਜੀਵਨ ਦੀ ਨੀਤੀ ਨਿਰਧਾਰਤ ਕਰਨ ਲਈ ਹੈ ਔਰ ਜਿਹੜੀ ਇਸ ਨੂੰ ਘਰ ਨਾ ਬਣਾ ਕੇ ਬੈਠੀ ਕਿ ਤੂੰ ਸਦੀਵੀ ਇੱਥੇ ਰਹਿਣਾ ਜਿਵੇਂ ਪੂਰੀ ਸ੍ਰਿਸ਼ਟੀ ਨਿਯਮਬੰਦ ਹੈ ਤੇ ਸਭ ਤਤ ਆਪਣੇ ਆਪ ਨੇ ਆਪ ਆਪਣੇ ਕਰਤਵ ਨਿਭਾ ਰਿਹਾ ਹੈ ਕੋਈ ਇੱਕ ਦੂਸਰੇ ਦੇ ਕੰਮ ਵਿੱਚ ਦਖਲ ਨਹੀਂ ਦੇ ਰਿਹਾ ਇਸੇ ਤਰ੍ਹਾਂ ਡਿਸਪਲਨ ਨਾਲ ਤੂੰ ਆਪਣੀ ਜ਼ਿੰਦਗੀ ਜੀਣੀ ਹੈ ਇਹ ਧਰਮਖੰਡ ਦੀ ਜਿਹੜੀ ਗੱਲ ਗੁਰੂ ਸਾਹਿਬ ਸਮਝਾ ਰਹੇ ਨੇ ਜਿਵੇਂ ਪੂਰੀ ਕੁਦਰਤ ਵਿੱਚ ਯੂਨੀਵਰਸ ਵਿੱਚ ਡਾਇਵਰਸਿਟੀ ਹੈ ਡਾਇਵਰਸਿਟੀ ਹੈ ਜਿਵੇਂ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨੂੰ ਪਾਈ ਬਾਤ-ਬਾਤ ਦੇ ਫੋਲ ਬਾਤ ਬਾਤ ਦੇ ਰੰਗ ਸਭ ਆਪਣੇ ਆਪਣੇ ਤਰੀਕੇ ਨਾਲ ਚੱਲ ਰਹੇ ਨੇ ਇਸੇ ਤਰ੍ਹਾਂ ਜਿਵੇਂ ਉਹਨਾਂ ਚ ਹਾਰਮਨੀ ਹੈ ਉਸੇ ਤਰ੍ਹਾਂ ਮਨੁੱਖ ਦਾ ਮਨੁੱਖ ਦੇ ਪ੍ਰਤੀ ਹਾਰਮਨੀ ਹੋਣੀ ਚਾਹੀਦੀ ਹੈ ਮਨੁੱਖ ਦੀ ਨੇਚਰ ਨਾਲ ਹਾਰਮਨੀ ਹੋਣੀ ਚਾਹੀਦੀ ਹੈ ਸਭ ਆਪਣੇ ਆਪਣੇ ਤਰੀਕੇ ਨਾਲ ਰੱਬ ਨੇ ਇਸ ਦੁਨੀਆ ਤੇ ਭੇਜਿਆ ਕੋਈ ਕਿਸੇ ਦੇ ਨਾਲ ਦਖਲ ਨਹੀਂ ਇਹ ਧਰਤੀ ਇਹ ਅਕਾ ਇਹ ਸੂਰਜ ਇਹ ਚੰਦ ਇਹ ਹਵਾ ਇਹ ਸਭ ਕੁਝ ਜਿਹੜਾ ਆਪਣੇ ਡਿਸਪਲਨ ਨੇ ਚੱਲ ਰਿਹਾ ਹੈ ਟੋਟਲ ਤੇ ਟੋਟਲ ਕੋਈ ਐਕਸੀਡੈਂਟ ਨਹੀਂ ਕੋਈ ਆਪਸ ਦੇ ਵਿੱਚ ਟਕਰਾ ਨਹੀਂ ਇਹ ਸਭ ਆਪਣੇ ਡਿਸਪਲਨ ਵਿੱਚ ਚੱਲ ਰਹੇ ਨੇ ਇੱਥੇ ਗੁਰੂ ਸਾਹਿਬ ਸਮਝਾਣਾ ਚਾ ਰਹੇ ਨੇ ਮਨੁੱਖ ਨੂੰ ਕਿ ਤੂੰ ਜਿਸ ਤਰ੍ਹਾਂ ਇਹ ਰੱਬੀ ਹੁਕਮ ਨਾਲ ਚੱਲ ਰਹੇ ਨੇ ਇਸੇ ਤਰ੍ਹਾਂ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਲਿਆ ਔਰ ਇਹ ਜਿਹੜਾ ਡਿਸਪਲਨ ਹੈ ਇਹ ਜਿਹੜਾ ਅਨੁਸ਼ਾਸਨ ਦੀ ਪਛਾਣ ਜਿਹੜਾ ਹੈ ਇਹ ਹੀ ਧਰਮ ਹੈ ਕੁਦਰਤ ਦੇ ਮੁਤਾਬਿਕ ਆਉਣਾ ਧਰਮ ਹੈ ਇਸੇ ਨੂੰ ਗੁਰਨਾਨਕ ਧਰਮ ਖੰਡ ਕਹਿੰਦੇ ਨੇ ਇਸ ਨੂੰ ਰਾਈਟਸਨੈਸ ਖੰਡ ਵੀ ਕਿਹਾ ਗਿਆ ਇਸ ਨੂੰ ਸੈਲਫ ਅਵੇਅਰਨੈਸ ਉਸ ਦਾ ਸੈਲਫ ਵੀ ਕਿਹਾ ਗਿਆ ਜਿਸ ਵਿੱਚ ਪੰਜ ਗੱਲਾਂ ਧਰਮ ਖੰਡ ਦੇ ਵਿੱਚ ਉਹਨਾਂ ਨੇ ਕਈਆਂ ਇੱਕ ਤਾਂ ਆਪਣੀ ਡਿਊਟੀ ਦੀ ਫਰਜ਼ਾਂ ਦੀ ਗੱਲ ਹੈ ਡਿਸਪਲਿਨ ਦੀ ਗੱਲ ਹੈ ਜਸਟਿਸ ਦੀ ਗੱਲ ਹੈ ਹਰ ਇੱਕ ਨਾਲ ਇਨਸਾਫ ਦੀ ਗੱਲ ਹੈ ਗਾਈਡੈਂਸ ਗਾਈਡ ਹੋਣਾ ਚਾਹੀਦਾ ਹਰ ਮਨੁੱਖ ਸੋਸਾਇਟੀ ਨੂੰ ਆਈਡੀਅਲ ਬਣਾਣਾ ਹੈ ਔਰ ਫਿਰ ਉਸ ਤੋਂ ਬਾਅਦ TRUTH ਦੀ ਗੱਲ ਹੈ ਸੱਚ ਦੀ ਗੱਲ ਹੈ ਤਾਂ ਗੁਰੂ ਸਾਹਿਬ ਨੇ ਇਸ ਖੰਡ ਵਿੱਚ ਸਰੈਂਡਰ ਵਨ ਸੈਂਸ ਵਨ ਸੈਲਫ ਕੰਪਲੀਟਲੀ ਟੂ ਥਿਸ ਲਾ ਇਸ ਕਰਕੇ ਅਗਲੇ ਖੰਡ ਵਿੱਚ ਧਰਮ ਦੀ ਇਹ ਗੱਲ ਕਰਕੇ ਫਿਰ ਅਗਲੇ ਖੰਡ ਦੀ ਗੱਲ ਕਰਦੇ ਨੇ ਉਹ ਹੈ ਗਿਆਨ ਖੰਡ ਹੁਣ ਗਿਆਨ ਖੰਡ ਜਿਹੜੀ ਇਹ ਬਹੁਤ ਆ ਇੰਪੋਰਟੈਂਟ ਔਰ ਬੜਾ ਮਹੱਤਵਪੂਰਨ ਖੰਡ ਇਸ ਵਿੱਚ ਗੱਲ ਕੀਤੀ ਹੈ ਕਿਉਂਕਿ ਧਰਮ ਦੀ ਭੂਮਿਕਾ ਮਗਰੋਂ ਫਿਰ ਗਿਆਨ ਦੀ ਭੂਮਿਕਾ ਆ ਜਾਂਦੀ ਹੈ ਗਿਆਨ ਖੰਡ ਮਨੁੱਖੀ ਉਪਲਬਧ ਦੀ ਹੈ ਜੇਕਰ ਬਹੁਨੁਖੇ ਸੀ ਯੂਨੀਵਰਸ ਵਿੱਚ ਨਾਂ ਵੀ ਹੋਵੇ ਤਾਂ ਧਰਮ ਤਾਂ ਹਮੇਸ਼ਾ ਰਹਿਣਾ ਹੈ ਇਸ ਲਈ ਧਰਮ ਦੀ ਮਹੱਤਤਾ ਤੋਂ ਬਾਅਦ ਗਿਆਨ ਜਿਹੜਾ ਹੈ ਉਸ ਦੀ ਗੱਲ ਹੈ ਕਿ ਧਰਮ ਰਾਹੀਂ ਨੈਤਿਕਤਾ ਤੇ ਫਿਰ ਗਿਆਨ ਦੀ ਭੂਮਿਕਾ ਇਹ ਬਹੁਤ ਜ਼ਰੂਰੀ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੇ ਅਨੁਸਾਰ ਹੋਈ ਮਾਨਵ ਚੇਤਨਾ ਦਾ ਵਿਸਥਾਰ ਜਿਹੜਾ ਹੈ ਉਹ ਬਹੁਤ ਜ਼ਰੂਰੀ ਸੀ ਤਾਂ ਮਾਨਵ ਚੇਤਨਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਭਾਰਤੀ ਪਰੰਪਰਾ ਨੂੰ ਅਗਰ ਅਸੀਂ ਪੁਰਾਣੀਆਂ ਸ਼ਾਸਤਰਾਵਰ ਪੁਰਾਣੇ ਲਿਟਰੇਚਰਜ਼ ਦੇ ਵਿੱਚ ਦੇਖੀਏ ਤਾਂ 16 ਕਲਾਵਾਂ ਭਾਰਤੀ ਪਰੰਪਰਾ ਦੇ ਵਿੱਚ ਨੇ ਔਰ ਉਸ ਦੀ ਜਿਹੜੀ ਸਭ ਤੋਂ ਵਿਸ਼ੇਸ਼ ਕਲਾ ਹੈ ਔਰ ਸਭ ਤੋਂ ਸਿਰਮੋਰ ਕਲਾ ਹੈ ਇਹ ਸਭ ਤੋਂ ਮੈਰਿਟ ਲਿਸਟ ਬਣਾਈ ਜਾਵੇ ਤੇ ਜਿਹੜੀ ਪਹਿਲੀ ਕਲਾ ਹੈ ਉਹ ਗਿਆਨ ਕਲਾ ਹੈ ਕਾਦਰ ਦੀ ਕੁਦਰਤ ਦੀਆਂ ਸਮੂਹ ਜੂਨਾ ਵਿੱਚ ਮਨੁੱਖ ਗਿਆਨ ਕਰਕੇ ਸ੍ਰੇਸ਼ਟ ਤੇ ਉੱਤਮ ਹੈ ਜੇਕਰ ਮਨੁੱਖ ਵਿੱਚ ਗਿਆਨ ਨਹੀਂ ਤਾਂ ਫਿਰ ਗਿਆਨ ਬਿਰਾ ਪਸ਼ੂ ਜਾਨਵਰ ਦੀ ਗੱਲ ਹੁੰਦੀ ਹੈ ਬਗਤ ਕਬੀਰ ਸਾਹਿਬ ਨੇ ਵੀ ਇੱਕ ਇਸ਼ਾਰਾ ਕੀਤਾ ਕਬੀਰ ਜਹਾਂ ਗਿਆਨ ਤੈ ਧਰਮ ਔਰ ਗਿਆਨ ਜਿੱਥੇ ਗਿਆਨ ਹੈ ਉੱਥੇ ਧਰਮ ਨਿਭ ਸਕਦਾ ਹੈ ਗਿਆਨ ਆਪੇ ਦਾ ਵਿਕਾਸ ਹੈ ਸਵੇ ਦੀ ਚੇਤਨਾ ਹੈ ਆਪਣੇ ਆਪ ਨੂੰ ਪੜਨਾ ਹੈ ਇਹ ਗਿਆਨ ਹੈ ਗਿਆਨਖੰਡ ਭਾਵ ਜਾਗ ਕੇ ਜਾਨ ਲੈਣਾ ਜੋ ਕੁਝ ਵੀ ਹੈ ਇਸ ਯੂਨੀਵਰਸ ਵਿੱਚ ਬ੍ਰਹਮੰਡ ਵਿੱਚ ਉਹ ਚਾਰੇ ਪਾਸੇ ਮੌਜੂਦ ਹੈ ਉਸ ਨੂੰ ਹੋਸ਼ਪੂਰਵਕ ਜਾਨ ਲੈਣ ਦਾ ਨਾਮ ਗਿਆਨਖੰਡ ਹੈ ਇਸ ਨੂੰ ਮੈਂਟਲ ਪਲੈਨ ਵੀ ਕਿਹਾ ਗਿਆ ਹੈ ਵਿਦਵਾਨਾਂ ਨੇ ਇਸ ਨੂੰ ਮੈਂਟਲ ਪਲੇਨ ਵੀ ਕਿਹਾ ਔਰ ਇਸ ਖੰਡ ਵਿੱਚ ਕੁਦਰਤ ਦੇ ਵਿਸ਼ਾਲ ਪਸਾਰੇ ਦਾ ਪਤਾ ਲੱਗਦਾ ਹੈ ਧਰਮ ਖੰਡ ਦੀ ਨੈਤਿਕ ਬੁਨਿਆਦ ਉੱਪਰ ਉਸ ਰਿਆ ਸ਼ੁੱਧ ਗਿਆਨ ਦਾ ਖੰਡ ਮਨੁੱਖ ਨੂੰ ਇੱਕ ਇਸ ਨਾਸ਼ਮਾਨ ਪਸਾਰ ਦੀ ਸੋਝੀ ਕਰਵਾ ਰਿਹਾ ਹੈ ਔਰ ਬ੍ਰह्म ਗਿਆਨ ਦਾ ਮਾਰਗ ਖੋਲਦਾ ਹੈ ਇਸ ਲਈ ਗਿਆਨ ਦੀ ਬੜੀ ਵੱਡੀ ਮਹੱਤਤਾ ਹੈ ਔਰ ਇਹ ਬ੍ਰह्म ਦੀ ਬ੍ਰਹਮੰਡੀ ਰਚਨਾ ਵਿੱਚ ਬੇਅੰਤੀ ਬੇਅੰਤ ਪਦਾਰਥ ਨੇ ਇਹ ਜਿੰਨੇ ਵੀ ਗਿਆਨ ਖੰਡ ਹੈ ਇਹਦੇ ਵਿੱਚ ਇੱਕ ਗੱਲ ਧਿਆਨ ਰੱਖਣਾ ਹੈ ਟੋਟਲ ਤੇ ਟੋਟਲ ਇਸ ਗਿਆਨ ਖੰਡ ਦੇ ਵਿੱਚ ਜਿਹੜੀ ਹੈ ਮਟੀਰੀਅਲ ਗਿਆਨ ਦੀ ਗੱਲ ਆ ਰਹੀ ਹੈ ਕੀਤੇ ਪਵਨ ਪਾਣੀ ਬਸੰਤਰ ਇਹ ਅੱਜ ਸਾਇੰਸ ਵੀ ਬੜੇ ਪ੍ਰਕਾਰ ਦੀਆਂ ਹਵਾਵਾਂ ਦੇ ਤੇ ਗੈਸੇਸ ਦੇ ਉੱਤੇ ਅੱਜ ਕੰਮ ਕਰ ਰਹੀ ਹੈ ਇਹ ਗੁਰੂ ਸਾਹਿਬ ਨੇ 500 ਸਾਲ ਪਹਿਲੇ ਗੱਲ ਇਸੇ ਤਰ੍ਹਾਂ ਪਾਣੀ ਦੇ ਕਈ ਪ੍ਰਕਾਰ ਅਗਨੀ ਦੇ ਕਈ ਪ੍ਰਕਾਰ ਖਾਨੀਆਂ ਅੰਟ ਜੇਰੇ ਸਿੱਤ ਜਭੁਜ ਜਿਹੜੀਆਂ ਕ੍ਰੀਏਸ਼ਨਸ ਨੇ ਉਹਨਾਂ ਦੀ ਗੱਲ ਜਿਹੜੀ ਹੈ ਇਹ ਸਭ ਦੇ ਸਭ ਜਿਹੜੀ ਇਹ ਗਿਆਨ ਖੰਡ ਦੇ ਵਿੱਚ ਉਹਨਾਂ ਨੇ ਕਿਹਾ ਸਾਰਾ ਬ੍ਰਹਮੰਡ ਜਿਹੜੇ ਪੰਜ ਤੱਤ ਨੇ ਜਿਸ ਪੰਜ ਤੱਤਾਂ ਨਾਲ ਬ੍ਰਹਮੰਡ ਪਿਆ ਉਹਨਾਂ ਦਾ ਗਿਆਨ ਤੱਤਾਂ ਦਾ ਗਿਆਨ ਕਿ ਇਹ ਹਵਾ ਕੀ ਹੈ ਪਾਣੀ ਕੀ ਹੈ ਜਿਹੜੀ ਮਦ ਗੁਣਾ ਦੀ ਵੀ ਗੱਲ ਕੀਤੀ ਹੈ ਤਾਂ ਗਿਆਨ ਪ੍ਰਚੰਡ ਦੀ ਵੀ ਇਹ ਗੱਲ ਕਰ ਦਿੱਤੀ ਗਿਆਨ ਪ੍ਰਚੰਡ ਕੀ ਹੋਇਆ ਗਿਆਨ ਪ੍ਰਚੰਡ ਇਹ ਗਿਆਨ ਪ੍ਰਚੰਡ ਨੂੰ ਲਿਮਿਨियस ਨੋਲੇਜ ਵੀ ਕਹਿ ਦਿੱਤਾ ਪ੍ਰਚੰਡ ਗਿਆਨ ਦਿਬ ਦ੍ਰਿਸ਼ਟੀ ਨਾਲ ਇਸ ਬ੍ਰਹਮੰਡ ਦੇ ਇਸ ਯੂਨੀਵਰਸ ਦੇ ਸਮੂਹ ਵਿਸਥਾਰ ਵਿੱਚ ਜਿਹੜੀ ਹੈ ਗਲਰੀ ਆਫ ਆਲ ਮਾਈਟੀ ਇਸ ਨੂੰ ਜਾਣ ਲੈਣਾ ਇਸ ਨੂੰ ਪ੍ਰਚੰਡ ਗਿਆਨ ਵੀ ਕਹਿੰਦੇ ਨੇ ਮਨੁੱਖ ਨੂੰ ਪਰਮੇਸ਼ਰ ਦੀ ਖੇਡ ਅਤੇ ਪਸਾਰੇ ਦੀ ਆਪਣੇ ਅਤੇ ਆਪਣੀ ਪਦਵੀ ਦੀ ਸੈਲਫਨੈਸ ਦੀ ਸਮਝ ਆ ਜਾਵੇਗੀ ਇਸ ਗਾਂਖੰਡ ਤੋਂ ਬਾਅਦ ਸਪਿਰਚੁਅਲ ਅਟੈਚਮੈਂਟ ਵਿਦ ਗੋਡ ਵੀ ਇਸ ਖੰਡ ਨੂੰ ਕਿਹਾ ਗਿਆ ਕਿ ਪਰਮਾਤਮਾ ਨਾਲ ਜਿਹੜੀ ਸਪਿਰਚੁਅਲ ਅਟੈਚਮੈਂਟ ਜਿਹੜੀ ਇਸ ਖੰਡ ਤੋਂ ਆ ਜਾਏਗੀ ਪਰਮਾਤਮਾ ਦੀ ਜਿਹੜੀ ਸਰਵ ਵਿਆਪਕਤਾ ਦਾ ਗਿਆਨ ਹੋ ਜਾਵੇਗਾ ਉਹਦੀ ਸਰਵ ਵਿਆਪਕਤਾ ਦਾ ਗਿਆਨ ਹੀ ਨਹੀਂ ਹੋਏਗਾ ਉਦੀ ਸਰਵ ਵਿਆਪਕ ਦਾ ਅਹਿਸਾਸ ਹੋ ਜਾਏਗਾ 셀ਫਲੈਸ ਦਾ ਅਹਿਸਾਸ ਅਹਿਸਾਸ ਹੋ ਜਾਵੇਗਾ ਜਿਸ ਨਾਲ ਇਹ ਅਹਿਸਾਸ ਕਿ ਦ ਵਾਸਟ ਯੂਨੀਵਰਸ ਇਜ਼ ਲਾਈਕ ਅ ਹਿਊਜ ਫੈਮਿਲੀ ਗਿਆਨ ਖੰਡ ਦੇ ਵਿੱਚ ਬਹੁਤ ਵੱਡੀ ਜਿਹੜੀ ਚੇਤਨਾ ਉਹ ਇਹ ਆਏਗੀ ਕਿ ਪੂਰੀ ਦੀ ਪੂਰੀ ਯੂਨੀਵਰਸ ਹੈ ਇਟ ਇਟ ਇਜ਼ ਲਾਈਕ ਅ ਹਿਊਜ ਫੈਮਿਲੀ ਵੇਅਰ ਈਚ ਵਨ ਇਜ਼ ਮੇਡ ਫਾਰ ਈਚ ਅਦਰ ਕਿ ਹਰ ਬੰਦਾ ਹਰ ਦੂਸਰੇ ਲਈ ਬਣਿਆ ਹੋਇਆ ਹੈ ਔਰ ਦੂਸਰੇ ਲਈ ਇੱਕ ਦੂਸਰੇ ਲਈ ਜੀਣਾ ਹੀ बड़े-बड़े विद्वान कहते हैं कि एक दूसरे ਲਈ જીના ਹੀ ધર્મ ਹੈ તો ਇਹ ਜਿਹੜੀ ਵਾਸਟ ਯੂਨੀਵਰਸ ਇਜ਼ ਲਾਈਕ ਅ ਹਿਊਜ ਫੈਮਿਲੀ ਵੇਅਰ ਈਚ ਵਨ ਇਜ਼ ਮੇਡ ਫਾਰ ਈਚ ਅਦਰ ਇਹ ਗਿਆਨਖੰਡ ਦੀ ਮੈਂ ਸਮਝਦਾ ਇੱਕ ਬਹੁਤ ਵੱਡੀ ਉਪਲਬਧੀ ਹੈ ਗਿਆਨਖੰਡ ਜਗਿਆਸੀ ਲਈ ਇੱਕ ਪੜਾਅ ਹੀ ਹੈ ਮੰਜ਼ਲ ਨਹੀਂ ਕਿ ਗਿਆਨਖੰਡ ਤੇ ਗੱਲ ਨਹੀਂ ਮੁੱਕਦੀ ਹੈ ਮਾਨਵ ਚੇਤਨਾ ਦੇ ਵਿਸਥਾਰ ਤੋਂ ਬਾਅਦ ਅਗਲਾ ਪੜਾਅ ਅਰਥਾਤ ਸ਼ਰਮਖੰਡ ਦਾ ਮਾਰਗ ਹੈ ਹੁਣ ਧਰਮ ਦੇ ਗਿਆਨ ਧਰਮ ਤੇ ਗਿਆਨ ਬੋਧੀ ਵਾਰ ਮਨੁੱਖ ਨੂੰ ਹੰਕਾਰੀ ਬਣਾ ਦਿੰਦੇ ਨੇ ਅਸੀਂ ਆਮ ਤੌਰ ਤੇ ਹੁਣ ਦੇਖ ਰਿਹਾ ਮੈਂ ਬڑے ਵੱਡੇ ਵਿਦਵਾਨ ਹੋਣ ਗਿਆਨੀ ਹੋਣ ਧਰਮੀ ਹੋਣ ਅਸੀਂ ਮੋਸਟਲੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦੁਆਲੇ ਵੇਖਦੇ ਆ ਕਿ ਉਹ ਹੰਕਾਰੀ ਹੁੰਦੇ ਨੇ ਇਸ ਲਈ ਗੁਰੂ ਨਾਨਕ ਸਾਹਿਬ ਅਗਲੇ ਪੜਾਅ ਵਿੱਚ ਲੈ ਜਾਣਾ ਚਾ ਰਹੇ ਨੇ ਉਹ ਹੈ ਸ਼ਰਮਖੰਡ ਸ਼ਰਮਖੰਡ ਨੂੰ ਜਿਹੜੇ ਵਿਦਵਾਨਾਂ ਨੇ ਕਿਹਾ ਇਹ ਹੈ ਸਪਿਰਚੁਅਲ ਐਂਡਵਰ ਐਫਰਟਸ ਯਾ ਹੋਰ ਚੰਗਾ ਸ਼ਬਦ ਇਸ ਲਈ ਹੈ ਇਨਰ ਪਿਉਰੀਫਿਕੇਸ਼ਨ ਬਈ ਹੁਣ ਜਿਹੜਾ ਗਿਆਨ ਧਰਮ ਤੋਂ ਫਰਜ਼ਾਂ ਤੋਂ ਬਾਅਦ ਨੈਤਿਕਤਾ ਤੋਂ ਬਾਅਦ ਜਿਹੜਾ ਗਿਆਨ ਪ੍ਰਾਪਤ ਕਰ ਲਿਆ ਉਹ ਹੁਣ ਆਪਣੇ ਅੰਦਰ ਲੈ ਜਾਣਾ ਆਪਣੇ ਅੰਦਰ ਦੀ ਸਫਾਈ ਕਰਨੀ ਆਪਣੇ ਅੰਦਰ ਦਾ ਇਸ਼ਨਾਨ ਕਰਨਾ ਇਨਰ ਪਿਉਰੀਫਿਕੇਸ਼ਨ ਦਾ ਖੰਡ ਸ਼ਰਮ ਖੰਡ ਕਿਹਾ ਜਾਂਦਾ ਹੈ ਯਾ ਇੱਕ ਹੋਰ ਬੜਾ ਖੂਬਸੂਰਤ ਵਰਡ ਹੈ ਇਹਦੇ ਲਈ ਹਾਇਰ ਮੈਂਟਲ ਵਰਡ ਉੱਥੋਂ ਤੱਕ ਪਹੁੰਚਾਣਾ ਇਹ ਜਿਹੜਾ ਧਰਮ ਖੰਡ ਦਾ ਕੰਮ ਹੋ ਜਾਏਗਾ ਔਰ ਇਸ ਖੰਡ ਵਿੱਚ ট্রান্সਫੋਰਮ ਦਾ ਮਾਈਂਡ ਐਂਡ ਮੇਕ ਇਟ ਮੋਰ ਐਂਡ ਮੋਰ ਬਿਊਟੀਫੁਲ ਵਿਦ ਡਿਵਾਈਨ ਵਰਚੂਸ ਜਿਹੜੇ ਗੁਣੇ ਉਹਨਾਂ ਨਾਲ ਆਪਣਾ ਮਾਈਂਡ ਜਿਹੜਾ ਇਸ ਨੂੰ ਹੋਰ ਸੋਖਾ ਸਮਝਾਨ ਲਈ ਅਸੀਂ ਮੰਨিয়ে ਕਿ ਜਿਹੜਾ ਧਰਮ ਖੰਡ ਹੈ ਉਹ ਇੱਕ ਮਿੱਟੀ ਹੈ ਗਿਆਨ ਖੰਡ ਪਾਣੀ ਹੈ ਗਿਆਨ ਖੰਡ ਦੇ ਪਾਣੀ ਨਾਲ ਧਰਮ ਖੰਡ ਦੀ ਮਿੱਟੀ ਨੂੰ ਸੌਫਟ ਕੀਤਾ ਔਰ ਫਿਰ ਵਿੱਚੋਂ ਉਸ ਵਿੱਚੋਂ ਜਿਹੜੀ ਡਿਜ਼ਾਇਰਡ ਸ਼ੇਪ ਹੈ ਔਰ ਯਾਨ ਲਈ ਸ਼ਰਮਖੰਡ ਦੀ ਜ਼ਰੂਰਤ ਹੈ ਉਹ ਤਾਂ ਹੋਏਗਾ ਜੇ ਸਾਡਾ ਇਨਰ ਪਿਉਰੀਫਿਕੇਸ਼ਨ ਹੋਏਗਾ ਸਾਡਾ ਇਨਰ ਇਨਰ ਜਿਹੜਾ ਉਹ ਬਿਊਟੀ ਉਹਦੇ ਵਿੱਚ ਆ ਜਾਏਗੀ ਇਹਨੂੰ ਸਪਿਰਚੁਅਲ ਆਰਟ ਵੀ ਕਹਿੰਦੇ ਨੇ ਇਸ ਪਿਉਰੀਫਿਕੇਸ਼ਨ ਨਾਲ ਔਰ ਇਸ ਬਿਊਟੀਫੁਲ ਬਿਊਟੀ ਆਫ ਮਾਈਂਡ ਨਾਲ ਉਸ ਦੀ ਡਿਜ਼ਾਇਰ ਸ਼ੇਪ ਜਿਹੜੀ ਹੈ ਉਸ ਨੂੰ ਦੇਣ ਲਈ ਜਿਹੜੀ ਹੈ ਉਹ ਸ਼ਰਮਖੰਡ ਦੀ ਗੱਲ ਹੈ ਇਹ ਸ਼ਰਮ ਜਿਹੜਾ ਸੰਸਕ੍ਰਿਤ ਸੰਸਕ੍ਰਿਤ ਦਾ ਵਰਡ ਹੈ ਇਸ ਤੋਂ ਭਾਵ ਐਫਰਟ ਹੈ ਔਰ ਇੱਕ ਫਾਰਸੀ ਦੇ ਅਨੁਸਾਰ ਇਸ ਦਾ ਭਾਵ ਹੈ 20 ਨਮਰਤਾ ਇੱਥੇ ਗੁਰੂ ਨਾਨਕ ਸਾਹਿਬ ਨੇ ਵਿਨੋਬਾ ਭਾਵੇ ਨੇ ਬੜਾ ਬਹੁਤ ਸੋਹਣਾ ਲਿਖਿਆ ਇਸ ਬਾਰੇ ਉਹ ਕਹਿੰਦੇ ਗੁਰੂ ਨਾਨਕ ਸਾਹਿਬ ਸ਼ਬਦਾਂ ਦੇ ਆਚਾਰਿਆ ਨੇ ਉਹਨਾਂ ਨੇ ਇਹ ਦੋ ਸ਼ਬਦ ਜਿਹੜੇ ਨੇ ਇਹ ਸੰਸਕ੍ਰਿਤ ਦਾ ਤੇ ਫਾਰਸੀ ਦਾ ਇਕੱਠਾ ਕਰ ਦਿੱਤਾ ਕਿ ਇਹ ਜਿਹੜਾ ਐਫਰਟ ਹੈ ਇਨਰ ਪਿਉਰੀਫਿਕੇਸ਼ਨ ਦਾ ਇਹ ਨਮਰਤਾ ਨਾਲ ਕਰਨਾ ਹੈ ਇਹ ਪਿਆਰ ਨਾਲ ਕਰਨਾ ਹੈ ਇਹ ਪ੍ਰੇਮ ਨਾਲ ਕਰਨਾ ਹੈ ਤਾਂ ਇਹ ਐਫਰਟ ਵਿਦ ਹਮਿਲਟੀ ਗੁਰੂ ਨਾਨਕ ਸਾਹਿਬ ਇਹ ਕਹਿ ਰਹੇ ਨੇ ਸਰਮਖੰਡ ਨੂੰ ਤਾਂ ਇਸ ਖੰਡ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਧਰਮ ਤੇ ਗਿਆਨ ਖੰਡ ਵਿੱਚੋਂ ਲੰਘਣ ਨਾਲ ਸੁਰਤ ਮਤ ਮਨ ਤੇ ਬੁੱਧ ਵਿੱਚ ਜੋ ਅਧਿਆਤਮਕ ਪਰਵਰਤਨ ਲਿਆਣਾ ਸੀ ਉਹ ਜੀਵਨ ਜਾਂਚ ਨੂੰ ਪ੍ਰੇਰਣਾ ਦਿੰਦਾ ਔਰ ਇਸ ਲਈ ਪ੍ਰਾਪਤ ਗਿਆਨ ਨਾਲ ਸੁਰਤ ਮਤ ਮਨ ਬੁੱਧ ਦੀ ਘੜਤ ਘੜ ਕੇ ਕੁੰਦਨ ਨੂੰ ਆਗ ਨਿਰਮਲ ਤੇ ਖੋਟ ਰਹਿਤ ਬਣਾ ਕੇ ਮਨੁੱਖ ਨੂੰ ਸੰਪੂਰਨਤਾ ਦੇ ਨੇੜੇ ਪਹੁੰਚਾਉਣ ਦਾ ਕੰਮ ਇਹ ਗਿਆਨ ਖੰਡ ਕਰਨਾ ਟੂ ਚੇਂਜ ਦਾ ਕਲਾਈਮੇਟ ਇਨਸਾਈਡ ਜਿਹੜਾ ਇਨਸਾਈਡ ਅੰਦਰ ਦਾ ਤੁਹਾਡਾ ਕਲਾਈਮੇਟ ਹੈ ਉਸ ਨੂੰ ਚੇਂਜ ਕਰਨ ਲਈ ਇੱਕ ਬੜੀ ਖੂਬਸੂਰਤ ਲਾਈਨ ਮੈਨੂੰ ਮਿਲੀ ਮੈਂ ਸ਼ਰਮਖੰਡ ਨਾਲ ਬੜੀ ਮੈਚ ਕਰਦੀ ਸੀ ਉਹ ਹੈ ਕਿ ਤਨ ਕਰ ਮਟਕੀ ਮਨ ਮਾਹੇ ਬਿਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਹਰ ਕਾ ਬਿਲੋਵਨਾ ਮਨ ਕਾ ਵਿਚਾਰਾ ਗੁਰਪ੍ਰਸਾਦ ਪਾਵੇ ਅੰਮ੍ਰਿਤਧਾਰਾ ਆਪਣੇ ਅੰਦਰ ਬਿਲੋਵੋ ਇਹ ਇਸ ਗਿਆਨ ਨੂੰ ਅੰਦਰ ਤੱਕ ਲਿਜਾ ਕੇ ਬਿਲੋਵਨਾ ਅਚਰਨ ਨੂੰ ਸੁੰਦਰ ਬਣਾਉਣ ਲਈ ਇਹ ਸ਼ਰਮਖੰਡ ਦੀ ਗੱਲ ਹੈ ਇਹ ਪਰਸਨੈਲਿਟੀ ਜੋ ਮਨੁੱਖ ਦੀ ਡਿਵੈਲਪ ਹੁੰਦੀ ਹੈ ਇਹ ਸਮਾਜਿਕ ਸਮੂਲੀਅਤ ਰਾ ਅਪਣਾਣ ਲਈ ਸੁਸਾਇਟੀ ਨੂੰ ਆਈਡੀਅਲ ਬਣਾਣ ਲਈ ਹੈ ਗੁਰੂ ਸਾਹਿਬ ਦੀ ਮੈਂ ਵਾਰ-ਵਾਰ ਕਹਾਂ ਕਿ ਗੁਰੂ ਸਾਹਿਬ ਦਾ ਧਰਮ ਗੁਰੂ ਨਾਨਕ ਸਾਹਿਬ ਦਾ ਧਰਮ ਇੰਡੀਵਿਜੂਅਲ ਨਹੀਂ ਹੈ ਗੁਰੂ ਨਾਨਕ ਸਾਹਿਬ ਨੇ ਜਿਹੜਾ ਸੰਗਤ ਦਾ ਕਨਸੈਪਟ ਦਿੱਤਾ ਸੰਗਤੀ ਧਰਮ ਦੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਇੰਡੀਵਿਜੂਅਲ ਆਈਡੀਅਲ ਹੋਣ ਦੀ ਗੱਲ ਨਹੀਂ ਕਰਦੇ ਗੁਰੂ ਨਾਨਕ ਸਾਹਿਬ ਸਮਾਜ ਨੂੰ ਆਈਡੀਅਲ ਬਣਾਉਣ ਦੀ ਗੱਲ ਕਰਦੇ ਨੇ ਅਗਰ ਸਮਾਜ ਨੂੰ ਫਿਰ ਆਈਡੀਅਲ ਬਣਾਣਾ ਹੈ ਤਾਂ ਫਿਰ ਪਹਿਲੇ ਆਈਡੀਅਲ ਮਨੁੱਖ ਬਣਾ ਕੇ ਫਿਰ ਉਸ ਦੇ ਅੰਦਰ ਜਿਹੜੀ ਪਿਉਰੀਫਿਕੇਸ਼ਨ ਕਰਕੇ ਫਿਰ ਜਿਹੜੀ ਗੱਲ ਹੈ ਸੂਰਤ ਤੇ ਮਨ ਤੇ ਮਤ ਮਤ ਮਨ ਤੇ ਬੁੱਧ ਨੂੰ ਨਵੇਂ ਰੂਪ ਵਿੱਚ ਘੜੇ ਜਾਣ ਦੀ ਜਿਹੜੀ ਗੱਲ ਹੈ ਜਿਹਨੂੰ ਇਸ ਤੋਂ ਬਾਅਦ ਫਿਰ ਕਿਹੜੀ ਸਥਿਤੀ ਆ ਜਾਂਦੀ ਹੈ ਵਿਵੇਕ ਬੁੱਧੀ ਇਹਨੂੰ ਦਿਵੇ ਬੁੱਧੀ ਵੀ ਕਹਿੰਦੇ ਨੇ ਉਹਦੇ ਵਿੱਚ ਟਰਾਂਸਫਰਮ ਹੋ ਜਾਣਾ ਔਰ ਇਸ ਤਰ੍ਹਾਂ ਟ੍ਰੂ ਐਫਰਟਸ ਵਿਦਆਊਟ ਟ੍ਰੂ ਐਫਰਟਸ ਦਾ ਇਨਰ ਪਿਉਰੀਫਿਕੇਸ਼ਨ ਕੈਨ ਨਾਟ ਟੇਕ ਪਲੇਸ ਇਹ ਉਹ ਜਿਹੜੀ ਨਿਮਰਤਾ ਵਾਲੇ ਐਫਰਟ ਦੀ ਗੱਲ ਸ਼ਰਮਖੰਡ ਵਿੱਚ ਦੀ ਗੱਲ ਵਿਨੋਦਾ ਭਾਵਾ ਕਹਿ ਰਿਹਾ ਫਿਰ ਉਹ ਕਹਿ ਰਹੇ ਨੇ ਕਿ ਵਿਦਆਊਟ ਇਨਰ ਪਿਉਰੀਫਿਕੇਸ਼ਨ ਗੋਡ ਰਿਅਲਾਈਜ਼ੇਸ਼ਨ ਹੋ ਹੀ ਨਹੀਂ ਸਕਦਾ ਜੇ ਤੁਹਾਡੇ ਅੰਦਰ ਇਨਰ ਪਿਉਰੀਫਿਕੇਸ਼ਨ ਨਹੀਂ ਹੋਈ ਗੋਡ ਰਿਅਲਾਈਜ਼ੇਸ਼ਨ ਨਹੀਂ ਹੋ ਸਕਦਾ ਇਸ ਲਈ ਜਿਹੜੀ ਘੜੀਏ ਸੁਰਤ ਮਤਮਨ ਬੁੱਧ ਹੈ ਇਹ ਬੜੀ ਖੂਬਸੂਰਤ ਲਾਈਨ ਹੈ ਇਸ ਨੂੰ ਸਮਝਣ ਵਾਲੀ ਗੱਲ ਹੈ ਪਰਸਨੈਲਿਟੀ ਡਵੈਲਪਮੈਂਟ ਦੀ ਇੱਕ ਬੜੀ ਵੱਡੀ ਟਰਮ ਹੈ ਜਿਹੜੀ ਸੁਰਤ ਨੂੰ ਘੜਨ ਤੋਂ ਬਾਅਦ ਹਾਇਰ ਕੌਂਸ਼ੀਅਸਨੈਸ ਹੋ ਜਾਂਦੀ ਹੈ ਮਤ ਘੜਨ ਤੋਂ ਬਾਅਦ ਨਿਰਮਲ ਮਤ ਵਿੱਚ ਤਬਦੀਲ ਹੋ ਜਾਂਦੀ ਹੈ ਉਹਦੇ ਚ ਗੁਰਮਤ ਦਾ ਵਰਡ ਹੈ ਸੁਮਤ ਮਨ ਜਿਹੜਾ ਇਹ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਨੂੰ ਮਨ ਮਾਰੇ ਜੀਵਤ ਮਰ ਜਾਣ ਦੀ ਜਿਹੜੀ ਗੁਰਬਾਣੀ ਦੀ ਬੜੀ ਖੂਬਸੂਰਤ ਔਰ ਜਿਹੜੀ ਬੁੱਧ ਹੈ ਇਹ ਆਰਡੀਨਰੀ ਬੁੱਧ ਬੁੱਧੀ ਗੈਟਸ ਟ੍ਰਾਂਸਫਰਡ ਟੂ ਬਬੇਕ ਬੁੱਧੀ ਇਹ ਜਿਹੜੀ ਸ਼ਾਰਪਨ ਕਰਨੀਆਂ ਨੇ ਸੁਰਤ ਮਤ ਤੇ ਮਨ ਤੇ ਬੁੱਧ ਉਸ ਤੋਂ ਬਾਅਦ ਸ਼ਰਮਖੰਡ ਜਿਹੜਾ ਇਨਰ ਪਿਉਰੀਫਿਕੇਸ਼ਨ ਜਾਂ ਅੰਤੇ ਕਰਨ ਦੀ ਟਿਊਨਿੰਗ ਵੀ ਕਈ ਵਿਦਵਾਨ ਇਸ ਨੂੰ ਕਹਿ ਰਹੇ ਨੇ ਇਹਨੂੰ ਇਨਰ ਇੰਜੀਨੀਅਰਿੰਗ ਦਾ ਨਾਮ ਵੀ ਅਸੀਂ ਇੱਥੇ ਦਿੱਤਾ ਇਹਨੂੰ ਇਨਰ ਇੰਜੀਨੀਅਰਿੰਗ ਦਾ ਖੰਡ ਵੀ ਅਸੀਂ ਕਹਿ ਸਕਦੇ ਹਾਂ ਹੁਣ ਧਰਮਖੰਡ ਗਿਆਨਖੰਡ ਸ਼ਰਮਖੰਡ ਤੋਂ ਬਾਅਦ ਹੁਣ ਕਰਮਖੰਡ ਦੀ ਗੱਲ ਆ ਗਈ ਔਰ ਇਸ ਖੰਡ ਵਿੱਚ ਵਿਦਵਾਨਾਂ ਦੇ ਵਿੱਚ ਬੜੇ ਭੇਦ ਨੇ ਕਈ ਵਿਦਵਾਨ ਕਰਮ ਖੰਡ ਨੂੰ ਬਖਸ਼ਿਸ਼ ਨਾਲ ਲੈਂਦੇ ਨੇ ਬਹੁਤੇ ਵਿਦਵਾਨ ਬਖਸ਼ਿਸ਼ ਨਾਲ ਲੈ ਰਹੇ ਨੇ ਔਰ ਇਹ ਨਦਰ ਦਾ ਖੰਡ ਮੰਦਿਆਂ ਨੂੰ ਕਰਮ ਦੇ ਦੋ ਭਾਵਨ मीनिंग ਜਿਹੜੇ ਨੇ ਸੰਸਕ੍ਰਿਤ ਦੇ ਵਿੱਚ ਇਸ ਦੇ ਇਹਦੇ मीनिंग ਨੇ ਐਕਸ਼ਨ ਅਮਲ ਪ੍ਰੈਕਟਿਸ ਔਰ ਪਰਸ਼ੀਅਨ ਵਿੱਚ ਕਰਮ ਨੂੰ ਗ੍ਰੇਸ ਬਖਸ਼ਿਸ਼ ਜਾਂ ਨਦਰ ਦੀ ਗੱਲ ਕੀਤੀ ਹੈ ਔਰ ਮੇਰਾ ਇਹ ਪਰਸਨਲ ਵਿਚਾਰ ਜਿਹੜਾ ਮੈਨੂੰ ਇਹ ਪਤਾ ਨਹੀਂ ਕਿਉਂ ਅਮਲ ਮੈਨੂੰ ਜ਼ਿਆਦਾ ਠੀਕ ਲੱਗਦਾ ਕਿਉਂਕਿ ਗੁਰੂ ਨਾਨਕ ਦੇ ਸਾਰੇ ਫਿਲਾਸਫੀ ਜਿਹੜੀ ਆ ਉਹ ਪ੍ਰੈਕਟਿਸ ਹੈ ਅਮਲ ਹੈ ਉਹ ਵਾਰ-ਵਾਰ ਕਹਿੰਦੇ ਨੇ ਨਾਮ ਜਪ ਲੈਣਾ ਨਾਮ ਰਟਨ ਕਰ ਲੈਣਾ ਪਾਠ ਕਰਨੇ ਜਿੰਨੀ ਸਪਿਰਚੁਅਲਿਟੀ ਵੱਲ ਜਾਣਾ ਜੇ ਉਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਤੇ ਫਿਰ ਉਹਦਾ ਕੀ ਫਾਇਦਾ ਵਾਰ-ਵਾਰ ਜੋਗੀਆਂ ਨੂੰ ਵੀ ਤਾਂ ਇਹੀ ਗੱਲ ਕਹਿ ਰਹੇ ਸੀ ਪਿੱਛੇ ਕਿ ਤੁਸੀਂ ਜਿਹੜੇ ਪ੍ਰਤੀਕ ਪਾ ਲੈਨੇ ਉਹਨਾਂ ਦਾ ਕੀ ਫਾਇਦਾ ਜੇ ਉਹ ਅਮਲ ਨਹੀਂ ਹੈ ਸੰਸਾਰ ਨੂੰ ਤਾਂ ਛੱਡ ਕੇ ਤੁਸੀਂ ਜਾ ਕੇ ਜੰਗਲਾਂ ਵਿੱਚ ਚਲੇ ਗਏ ਤੇ ਪ੍ਰੈਕਟਿਸ ਨੂੰ ਗਾਰ-ਵਾਰ ਗੁਰੂ ਨਾਨਕ ਸਾਹਿਬ ਜਿਹੜਾ ਉਹ ਜ਼ੋਰ ਦੇ ਰਹੇ ਨੇ ਤੇ ਧਰਮ ਖੰਡ ਤੋਂ ਗਿਆਨ ਖੰਡ ਤੇ ਸ਼ਰਮ ਖੰਡ ਤੱਕ ਦੀ ਯਾਤਰਾ ਜਿਹੜੀ ਹੈ ਉਹ ਇਨਰ ਪਿਉਰੀਫਿਕੇਸ਼ਨ ਹੋਣ ਤੋਂ ਬਾਅਦ ਹੁਣ ਅਮਲ ਵਿੱਚ ਲਿਆ ਕੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੁਪਨਾ ਸਤ ਸੁਆਣ ਸਦਾ ਮੰਚਾਓ ਜਿਹੜਾ ਸੁਪਨਾ ਉਹਨੂੰ ਪੂਰਾ ਤਾਂ ਹੀ ਕੀਤਾ ਜਾ ਸਕਦਾ ਜੇ ਉਸ ਨੂੰ ਅਮਲ ਦੀ ਗੱਲ ਹੋਏਗੀ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਗੁਰੂ ਨਾਨਕ ਸਾਹਿਬ ਦੇ ਮਤ ਦੀ ਵਿਸ਼ੇਸ਼ਤਾ ਹੈ ਕਿ ਮਨੁੱਖ ਵਿਅਕਤੀ ਦਾ ਦੁਨੀਆ ਵਿੱਚ ਕੈਦ ਹੋਣ ਦਾ ਆਦਰਸ਼ ਪ੍ਰਵਾਨ ਨਹੀਂ ਕਰਦਾ ਸਗੋਂ ਸਮਾਜਿਕ راہ ਅਪਣਾਉਂਦਾ ਹੈ ਸੋਸਾਇਟੀ ਨੂੰ ਆਈਡੀਅਲ ਬਣਾਉਣਾ ਹੈ ਅੰਦਰ ਦਾ ਰੂਪ ਪ੍ਰਗਟ ਕਰਕੇ ਅਸੀਂ ਫਿਰ ਵਿਦਵਾਨਾਂ ਨਾਲ ਭੇਦ ਵੀ ਨਹੀਂ ਰੱਖਦੇ ਤਾਂ ਮੈਂ ਬੜਾ ਸੋਚਣ ਤੋਂ ਬਾਅਦ ਮੈਂ ਇਹ ਕਿਹਾ ਕਿ ਕਰਮਖੰਡ ਜਿਹੜਾ ਉਹਦੀ ਬਖਸ਼ਿਸ਼ ਨਾਲ ਅਮਲ ਵੀ ਅਸੀਂ ਕਾ ਸਕਦੇ ਹਾਂ ਇਦੇ ਵਿੱਚ ਬਖਸ਼ਿਸ਼ ਵੀ ਲੱਲਣ ਨੇ ਅਮਲ ਵੀ ਲੱਲਣ ਨੇ ਕਿ ਪਰਮਾਤਮਾ ਦੀ ਗ੍ਰੇਸ ਨਾਲ ਫਿਰ ਅਮਲ ਦਾ ਖੰਡ ਕਰਮ ਖੰਡ ਜਿਹੜੀ ਗੱਲ ਹੈ ਕਿ ਜਿਹੜਾ ਅਮਲ ਕਰਨਾ ਹੈ ਸੋਸਾਇਟੀ ਦੇ ਵਿੱਚ ਉਹਦੀ ਬਖਸ਼ਿਸ਼ ਤੋਂ ਬਿਨਾ ਨਾ ਹੋਵੇ ਤੇ ਅਮਲ ਨਾਲ ਆਤਮਕ ਬਲ ਆ ਜਾਂਦਾ ਤੇ ਜੋ ਦੇ ਮਹਾਬਲੀ ਸੂਰਮੇ ਇਸ ਪੋੜੀ ਦੇ ਵਿੱਚ ਆਂਦੇ ਨੇ ਇਹ ਉਹੀ ਹੋ ਸਕਦੇ ਨੇ ਜਿਹੜੀਆਂ ਆਪਣੀਆਂ ਖਾਇਸ਼ਾਂ ਨੂੰ ਡਿਜ਼ਾਇਰਸ ਨੂੰ ਵਸ ਕਰ ਲੈਣ ਕਾਮ ਕਰੋ ਲੋ ਮੋ ਹੰਕਾਰ ਨੂੰ ਜਿੱਤ ਲੈਣ ਇਨਰ ਪਿਰੀਫਿਕੇਸ਼ਨ ਕਰ ਲੈਣ ਜਿਨ੍ਹਾਂ ਦੇ ਰੋਮ-ਰੋਮ ਵਿੱਚ RAM ਵਸਿਆ ਹੋਵੇ ਜੋ ਬਿੰਸਾਫ ਜੋ ਬੇਇਨਸਾਫੀਆਂ ਦੇ ਖਿਲਾਫ ਜਿਹੜਾ ਉਹਦਾ ਬਲ ਰੱਖਦੇ ਹੋਣ ਆ ਪੁਰਾਣੇ ਲਿਟਰੇਚਰਾਂ ਦੇ ਵਿੱਚ ਜੋਦੇ ਮਹਾਬਲੀ ਤੇ ਸੂਰਮਿਆਂ ਦੀ ਅਲੱਗ-ਅਲੱਗ ਡੈਫੀਨੇਸ਼ਨਾਂ ਨੇ ਜੋਦਾ ਉਹ ਹੁੰਦਾ ਜਿਹੜਾ ਇੱਕ ਨਾਲ ਲੜੇ ਉਹਦੇ ਚੋ ਕਹਿੰਦੇ ਨੇ ਕਿ ਜੋਦਾ ਉਹ ਜਿਹੜਾ ਆਪਣੇ ਸਰੀਰ ਨਾਲ ਲੜ ਲਵੇ ਮਹਾਬਲੀ ਉਹ ਹੁੰਦਾ ਜਿਹੜਾ ਦਸਾਂ ਨਾਲ ਲੜ ਲਵੇ ਤੇ ਜਿਹੜੇ ਦਸ ਦਸ ਇੰਦਰੀਆਂ ਨੂੰ ਵਸ ਕਰ ਲਵੇ ਉਨੋਂ ਮਾਂ ਬਲੀ ਕਹਿ ਦਿੱਤਾ ਸੂਰਮਾ ਉਹ ਹੁੰਦਾ ਜਿਹੜਾ ਅੰਗਿਨਤਾ ਨਾਲ ਲੜੇ ਉਹਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਸੂਰਮਾ ਹੋ ਗਿਆ ਜਿਹੜੀਆਂ ਮਨ ਦੀਆਂ ਅੰਗਿਨਤ ਵਾਸ਼ਨਾਵਾਂ ਨਾਲ ਲੜ ਲੈਂਦਾ ਹੋਵੇ ਇਹ ਉਸ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਮਾਂ ਬਲੀ ਦੇ ਹੋਰ ਵੀ ਮਤਲਬ ਦੱਸਿਆ ਉਹਨਾਂ ਨੇ ਮਾਂ ਬਲੀ ਜੋ ਉਪਦੇਸ਼ ਦਾ ਨਹੀਂ ਪਹਿਲੇ ਉਹਨਾਂ ਨੇ ਕਿਹਾ ਕਿ ਜੋ ਦਾ ਉਹ ਜੋ ਗੁਰੂ ਦੇ ਉਪਦੇਸ਼ ਸਰਵਨ ਕਰੇ ਮਾਂ ਬਲੀ ਉਹ ਜਿਹੜਾ ਉਪਦੇਸ਼ ਨਬ ਮੰਨਨ ਕਰੇ ਚਿੰਤਨ ਕਰੇ ਸੂਰਮਾ ਉਹ ਜੋ ਨਿਧਿਆਸਨ ਕਰੇ ਇਹਨਾਂ ਜ ਆ ਪੰਜ ਪੰਜ ਇੰਦਰੀਆਂ ਦਾ ਕੰਟਰੋਲ ਕਰਕੇ ਇਹ ਲਿਟਰੇਚਰਸ ਦੇ ਵਿੱਚ ਜੋ ਦੇ ਮਹਾ ਮਹਾਬਲੀ ਤੇ ਸੂਰਾਂ ਦਾ ਜਿਹੜੀ ਗੱਲ ਹੈ ਉਹ ਇਸ ਤਰ੍ਹਾਂ ਉਹਨਾਂ ਨੇ ਕਿਹਾ ਤਾਂ ਇਸ ਤਰ੍ਹਾਂ ਅੰਤਮ ਪੜਾ ਫਿਰ ਜਿਹੜਾ ਉਹ ਹੈ ਜਿਹਦੇ ਵਿੱਚ ਕਰਮਖੰਡ ਨਾਲ ਇਹ ਅੰਤਮ ਪੜਾ ਸੰਯੁਕਤ ਹੈ ਸੱਚਖੰਡ ਪ੍ਰਭੂ ਦਾ ਨਿਵਾਸ ਥਾਨ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਐਸਾ ਨਿਵਾਸ ਜਿੱਥੇ ਪਰਮਾਤਮਾ ਆਪਣੇ ਪਿਆਰੇ ਨੂੰ ਨਦਰੀ ਨਿਹਾਲ ਕਰ ਦਿੰਦਾ ਹੈ ਇਹ ਉਹ ਨਿਵਾਸ ਹੈ ਇਹ ਉਹ ਅਹਿਸਾਸ ਹੈ ਬੜੀ ਖੂਬਸੂਰਤ ਲਾਈਨ ਆਪੀ ਨੇ ਆਪ ਸਾਜੀਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਏ ਕਰ ਆਸਨ ਡਿੱਠੇ ਚਾਓ ਇਹ ਉਹ ਸਥਾਨ ਹੈ ਸਚਖੰਡ ਉਹ ਨਿਵਾਸ ਹੈ ਜਿੱਥੇ ਲੋ ਲੋ ਆਕਾਰ ਦਿਖਦੇ ਨੇ ਖੰਡ ਉਹ ਅਵਸਥਾ ਹੈ ਉਹ ਅਹਿਸਾਸ ਹੈ ਜਿੱਥੇ ਅਨਮੜਿਆ ਮੰਦਲ ਬਾਜੇ ਬਿਨ ਸਾਵਨ ਗਨ ਹਰ ਗਾਜੇ ਕਿ ਐਸਾ ਤਬਲਾ ਐਸਾ ਢੋਲ ਜਿਹਦੇ ਨਾਲ ਉਹ ਸਕਿਨ ਨਹੀਂ ਲੱਗੀ ਫਿਰ ਵੀ ਉਹਦੀ ਆਵਾਜ਼ ਆ ਜਾਵੇ ਬਿਨਾ ਬਦਲਾਂ ਦੇ ਬਰਸਾਤ ਹੋ ਜਾਵੇ ਸਚਖੰਡ ਉਹ ਜਗ੍ਹਾ ਜਿੱਥੇ ਕਾਇਆ ਹੀ ਬਦਲ ਜਾਂਦੀ ਮਨੁੱਖ ਦੀ ਜਿੱਥੇ ਚੇਂਜਲੈਸ ਤੇ ਟਾਈਮਲੈਸ ਅਵਸਥਾ ਹੋ ਜਾਂਦੀ ਹੈ ਜਿੱਥੇ ਮਨ ਤੇ ਮੁਖ ਵਿੱਚ ਹਰੀ RAM ਰੂਪੀ ਅਮਰਤ ਦਾ ਸੰਚਾਰ ਹੋਣ ਲੱਗਦਾ ਇਸ ਅਵਸਥਾ ਵਿੱਚ ਪਹੁੰਚ ਕੇ ਹਰ ਪਾਸੇ ਪ੍ਰਮਾਤਮਾ ਦੀ ਜੋਤ ਦਿਖਦੀ ਹੈ ਉਹਦਾ ਪਸਾਰਾ ਦੱਸਦਾ ਹੈ ਉਹ ਸਭ ਕੁਝ ਜੋ ਹੈ ਉਹ ਹੀ ਦੱਸਦਾ ਹੈ ਸਚਖੰਡ ਮੰਜ਼ਿਲ ਹੈ ਹੁਣ ਗੁਰੂ 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 ਸਾਹਿਬ ਨੇ ਸ਼ੁਰੂਆਤ ਵਿੱਚ ਸਚਾਰ ਹੋਣ ਦੀ ਗੱਲ ਕੀਤੀ ਸਚਾਰ ਤੋਂ ਸਚਖੰਡ ਦੀ ਯਾਤਰਾ ਜਿਹੜੀ ਹੈ ਉਹ ਇਹ ਸਾਰੀ ਗੱਲ ਪੂਰੇ ਜਪਜੀ ਸਾਹਿਬ ਦੀ ਹੈ ਹੁਣ ਸਵਾਲ ਇਹ ਹੈ ਕਿ ਆਗਾਜ਼ ਸਚਾਰ ਤੋਂ ਹੈ ਤੇ ਮੰਜ਼ਿਲ ਸਚਖੰਡ ਹੈ ਕਿਉਂਕਿ ਸੱਚ ਹੀ ਸੱਚ ਵਿੱਚ ਵਲੀਨ ਹੋ ਸਕਦਾ ਹੈ ਅਸਲ ਨਕਲ ਵਿੱਚ ਕਦੀ ਵੀ ਨਹੀਂ ਵਲੀਨ ਹੁੰਦੀ ਨਕਲ ਅਸਲ ਵਿੱਚ ਵਲੀਨ ਨਹੀਂ ਹੋ ਸਕਦੀ ਝੂਠ ਸੱਚ ਵਿੱਚ ਨਹੀਂ ਸੱਚ ਝੂਠ ਵਿੱਚ ਨਹੀਂ ਹੋ ਸਕਦਾ ਸੱਚ ਸਿਰਫ ਸੱਚਖੰਡ ਤੱਕ ਹੀ ਜਾ ਸਕਦਾ ਸੀ ਸੱਚਖੰਡ ਕੋਈ ਥਾਂ ਨਹੀਂ ਹੈ ਇਸ ਨੂੰ ਵੀ ਅਸੀਂ ਸਮਝ ਲਈਏ ਥੋੜਾ ਜਿਹਾ ਬਾਰੇ ਵੀ ਬੜੇ ਭੁਲੇਖੇ ਪਾ ਜਾਂਦੇ ਸੱਚਖਟ ਸੱਚਖਟ ਸੱਚਖੰਡ ਜਿਹੜੀ ਇੱਕ ਅਵਸਥਾ ਹੈ ਇੱਕ ਸਿਚੁਏਸ਼ਨ ਹੈ ਇੱਕ ਸਟੇਟ ਹੈ ਜਿਸ ਨੂੰ ਸਮਝਾਂ ਸੱਚਖੰਡ ਮਨੁੱਖ ਦੇ ਅੰਦਰ ਵੀ ਹੋ ਸਕਦਾ ਜਿਹਦੇ ਜਦੋਂ ਜਦੋਂ ਇੱਕ ਹੀ ਆ ਗਿਆ ਕਿ ਹਰ ਮੰਦਰ ਇਹ ਸਰੀਰ ਹੈ ਤਾਂ ਜੇ ਸਰੀਰ ਦੇ ਵਿੱਚ ਸੱਚਖੰਡ ਜੀ ਦੇ ਹੋ ਜਾਏਗਾ ਉਹ ਹਰ ਮੰਦਰ ਵੀ ਉਹੀ ਸਰੀਰ ਬਣ ਜਾਏਗਾ ਇਹ ਇੱਕ ਐਸੀ ਸਟੇਜ ਹੈ ਜਿੱਥੇ ਵਨਨੈਸ ਦਾ ਐਕਸਪੀਰੀਅੰਸ ਹੋ ਜਾਂਦਾ ਹੈ ਜਿੱਥੇ ਡੁਅਲਿਟੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜਿੱਥੇ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਦੀ ਭਾਵਨਾ ਹੋ ਜਾਂਦੀ ਹੈ ਜਿਹੜਾ ਐਸਾ ਐਕਸਪੀਰੀਅੰਸ ਹੈ ਸੱਚਖੰਡ ਜਿਹੜਾ ਵਿੱਚ ਕੈਨ ਨਾਟ ਬੀ ਡਿਸਕ੍ਰਾਈਬਡ ਹੁਣ ਇੱਕ ਗੱਲ ਹਮੇਸ਼ਾ ਯਾਦ ਰੱਖਣ ਵਾਲੀ ਹੈ ਉਹ ਹੈ ਕਿ ਕ੍ਰੀਏਟਿਡ ਹੈ 크리에이터 ਹੈਜ਼ ਕ੍ਰੀਏਟਿਡ ਦਿਸ ਕ੍ਰੀਏਸ਼ਨ ਆਊਟ ਆਫ ਹਿਮਸੈਲਫ ਫਾਰ ਹਿਮਸੈਲਫ ਯਾਦ ਰੱਖਣਾ ਹੈ ਇਸ ਨੂੰ ਹਰ ਟਾਈਮ ਪ੍ਰਮਾਤਮਾ ਇਸ ਸ੍ਰਿਸ਼ਟੀ ਨੂੰ ਹਰ ਪਲ ਬਣਾ ਰਿਹਾ ਹੈ ਇਹ ਕੰਟੀਨਿਊਇੰਗ ਪ੍ਰੋਸੈਸ ਚੱਲ ਰਿਹਾ ਹੈ ਇਹ ਬੰਦ ਨਹੀਂ ਹੋਣਾ ਇਹ ਜੋ ਕੁਝ ਬਣਾਉਂਦਾ ਹੈ ਉਸ ਵਿੱਚ ਉਹਦਾ ਰਸ ਆਪਣਾ ਰਸ ਵੀ ਪਾ ਦਿੰਦਾ ਹੈ ਆਪਣੀ ਹੋਂਦ ਵੀ ਪਾ ਦਿੰਦਾ ਹੈ ਉਹ ਜੋ ਬਣਾਉਂਦਾ ਹੈ ਉਸ ਨੂੰ ਸੁਤੰਤਰ ਛੱਡ ਦਿੰਦਾ ਹੈ ਉਹ ਜੋ ਜੋ ਉਸ ਜੋ ਕੁਝ ਵੀ ਉਹ ਬਣਾ ਰਿਹਾ ਹੈ ਉਹ ਸਭ ਉਹਦੀ ਮਰਜ਼ੀ ਨਾਲ ਹੋ ਰਿਹਾ ਹੈ ਉਹ ਤੁਸੀਂ ਇਹ ਇਹ ਤਾਂ ਕਿ ਤੁਸੀਂ ਉਹ ਛਾੜੇ ਇਸ ਲਈ ਦਿੰਦਾ ਤਾਂ ਕਿ ਤੁਸੀਂ ਉਸ ਉਹਦੇ ਨਾਲ ਸਮਰਪਿਤ ਹੋ ਸਕੋ ਤੁਹਾਨੂੰ ਮੌਕਾ ਮਿਲਦਾ ਤੁਸੀਂ ਦੂਰ ਚਲੇ ਜਾਓ ਦੂਰ ਜਾਓਗੇ ਤਦੇ ਹੀ ਨੇੜੇ ਆਓਗੇ ਇਸ ਤਰ੍ਹਾਂ ਸਚਖੰਡ ਜਿਹੜਾ ਇੱਕ ਅਵਸਥਾ ਨੂੰ ਬਿਆਨ ਕਰਨਾ ਅਖੀਰ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਨੂੰ ਲੋਹੇ ਦੇ ਚਬਾਨ ਦੇ ਸਮਾਨ ਹੈ ਕਿਉਂਕਿ ਇਹ ਅਵਸਥਾ ਫਿਜ਼ੀਕਲੀ ਨਹੀਂ ਹੈ ਭੌਤਿਕ ਨਹੀਂ ਹੈ ਇਹ ਸੁਖਮ ਹੈ ਇਸ ਦਾ ਅਹਿਸਾਸ ਇਸ ਦਾ ਅਨੁਭਵ ਇਹ ਆਤਮਕ ਹੈ ਔਰ ਗੁਰੂ ਸਾਹਿਬ ਨੇ ਅਖੀਰ ਵਿੱਚ ਨਾਮ ਦੇ ਅਭਿਆਸ ਵਿੱਚ ਜਿਨ੍ਹਾਂ ਸ਼ੁਭ ਗੁਨਾ ਸ਼ਿਭ ਗੁਨਾ ਤੇ ਭਾਵ ਉਹਨਾਂ ਦੇ ਅਚਰਨਾਂ ਦੀ ਲੋੜ ਦੇ ਜਿਹੜੀ ਟਕਸਾਲ ਹੈ ਸਕੂਲ ਆਫ ਥਾਟ ਕਹਿੰਦੇ ਨੇ ਉਸ ਦਾ ਮਾਡਲ ਫਿਰ ਅਖੀਰ ਵਿੱਚ ਦੱਸਿਆ ਕਿ ਮਨੁੱਖ ਸੰਸਾਰ ਵਿੱਚ ਰਹੇ ਅਤੇ ਦੁੱਖਾਂ ਕਲੇਸ਼ਾਂ ਦੀ ਭੱਠੀ ਵਿੱਚ ਡਲ ਕੇ ਪਵਿੱਤਰਤਾधीर ਤੇ ਪ੍ਰੇਮ ਆਦਿਕ ਦੇ ਗੁਰ ਨੂੰ ਅਮਲੀ ਤੌਰ ਤੇ ਸਾਧੇ ਇਸ ਖੇਲ ਵਿੱਚ ਪਾਰੋਈ ਉਤਰ ਸਕਦਾ ਹੈ ਜਿਨ੍ਹਾਂ ਨੇ ਨਾਮ ਤੇ ਆਇਆ ਜਾਂ ਸੇਵਾ ਗੱਲ ਹੀ ਹੈ ਔਰ ਫਿਰ ਅਖੀਰ ਵਿੱਚ ਸ਼ਲੋਕ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਾਤ ਇਹਦੀ ਮੈਂ ਸਮਝਦਾ ਕਿ ਉਹਦੇ ਚ ਵਾਰ-ਵਾਰ ਕਿਹਾ ਕਿ ਮਨੁੱਖ ਨੂੰ ਮਾਤਾ ਪਿਤਾ ਤੇ ਗੁਰੂ ਤਿੰਨਾਂ ਕੋਲੋਂ ਸਿੱਖਿਆ ਮਿਲਦੀ ਹੈ ਤੇ ਉਸ ਨੂੰ ਹੀ ਤਾਂ ਹੀ ਉਸ ਨੂੰ ਗਿਆਨ ਹੁੰਦਾ ਹੈ ਸ਼ਲੋਕ ਵਿੱਚ ਪਵਨ ਨੂੰ ਗੁਰੂ ਕਿਹਾ ਜਿਸ ਤਰ੍ਹਾਂ ਗੁਰੂ ਦੇ ਉਪਦੇਸ਼ ਦੇ ਬਿਨਾ ਆਤਮਾ ਮੁਰਦਾ ਹੈ ਉਸੇ ਤਰ੍ਹਾਂ ਪਵਨ ਤੋਂ ਬਿਨਾ ਸ਼ਰੀਰ ਜਿਹੜਾ ਉਹ ਸਰਵਾਈਵ ਨਹੀਂ ਕਰ ਸਕਦਾ ਪਾਣੀ ਪੀਤਾ ਪਾਣੀ ਤੋਂ ਸਪਰਮ ਤੋਂ ਖੂਨ ਬੰਦਾ ਹੈ। ਔਰ ਇਸੇ ਲਈ ਪਿਤਾ ਕਹਿਆ ਮਹਾ ਤੇ ਧਰਤੀ ਜਿਹੜੀ ਹੈ ਧਰਤੀ ਨੂੰ ਮਾਤਾ ਕਿਹਾ ਗਿਆ। ਇਹ ਜੀਵਾਂ ਨੂੰ ਪਾਲਦੀ ਹੈ, ਸਹਜ ਨਾਲ ਪਾਲਦੀ ਹੈ ਦਿਨ ਰਾਤ ਨੂੰ ਦੋਵਿਆਂ ਨੂੰ ਦਾਈ ਦਾਇਆ ਕਹਿ ਕੇ ਗਿਆ ਕੀਤਾ ਕੀ ਗੱਲ। ਔਰ ਅਖੀਰ ਵਿੱਚ ਜਪਜੀ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਐਸੇ ਆਦਰਸ਼ਕ ਮਨੁੱਖ ਦੀ ਕਲਪਨਾ ਕੀਤੀ ਜਿਸ ਦੀ ਰੋਜ਼ ਦੀ ਦਿਨਚਰਿਆ ਆਦਰਸ਼ਕ ਹੋਵੇ ਤੇ ਜਿਸ ਵਿੱਚ ਵਿਗਾਸ ਲਈ ਸਦਾ ਮਨ ਚਾਉ ਹੋਵੇ ਜਪਜੀ ਬਾਣੀ ਡਾਰਕਨੈਸ ਤੋਂ ਲਾਈਟ ਤੱਕ ਲੈ ਜਾਂਦੀ ਹੈ ਇਗਨੋਰੈਂਸ ਤੋਂ ਨੋਲੇਜ ਤੱਕ ਲੈ ਜਾਂਦੀ ਹੈ ਨੋਲੇਜ ਤੋਂ ਵਿਜ਼ਡਮ ਤੱਕ ਲੈ ਜਾਂਦੀ ਹੈ ਵਿਜ਼ਡਮ ਤੋਂ ਅਲਾਈਨਮੈਂਟ ਤੱਕ ਲੈ ਜਾਂਦੀ ਹੈ ਇੰਟੈਲੈਕਚੁਅਲ ਤੋਂ ਇੰਸਟੀਚੂਸ਼ਨ ਤੱਕ ਲੈ ਜਾਂਦੀ ਹੈ ਇਹ ਸਾਈਕਲ ਆਫ ਇਵੋਲੂਸ਼ਨ ਹੈ ਇਹ ਇਵੋਲੂਸ਼ਨ ਕਰਦੀ ਹੈ ਬੰਦੇ ਦਾ ਜਪਜੀ ਗੁਰੂ ਗ੍ਰੰਥ ਸਾਹਿਬ ਦੀ ਆਦ ਬਾਣੀ ਹੈ ਔਰ ਇਸ ਦਾ ਸਾਰ ਪੰਕਤੀ ਵਿੱਚ ਗੁਰੂ ਸਾਹਿਬ ਨੇ ਇੱਕ ਅਦਰਸ਼ਕ ਮਨੁੱਖ ਸਿਰਜਣ ਦਾ ਜੋ ਮੰਤਰ ਦੱਸਿਆ ਜਿੰਨੂੰ ਮੈਂ 2 ਜਾਂ 3 ਵਾਰ ਪਹਿਲੇ ਕਿਹਾ ਵੀ ਚੁੱਕਿਆ ਸਤ ਸੁਹਾਨ ਸਦਾ ਮਨਚਾਉ ਮਨੁੱਖ ਕਿਓ ਜਾ ਹੋਣਾ ਚਾਹੀਦਾ ਸਤ ਸਰੂਪ ਵਾਲਾ ਹੋਵੇ ਜਿਹਦਾ ਸੁਭਾਅ ਵਿੱਚ ਹੀ ਸੱਚ ਨਿਕਲੇ ਜਿਸ ਨੂੰ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਬਣਾਈ ਸਾਰੀ ਕੁਦਰਤ ਸੋਹਣੀ ਲੱਗੇ ਔਰ ਫਿਰ ਜਿਹੜਾ ਨਿਤ ਉਤਸਾਈ ਹੋਵੇ ਪ੍ਰਗਤੀਸ਼ੀਲ ਹੋਵੇ ਜੋ ਸੰਸਾਰ ਨੂੰ ਸੁੰਦਰ ਸਮਝ ਕੇ ਇਸ ਨੂੰ ਹੋਰ ਸੁੰਦਰ ਬਣਾਉਣ ਦਾ ਜਿਹੜਾ ਉਹ ਕੋਸ਼ਿਸ਼ ਕਰੇ ਇੱਕ ਪ੍ਰਕਾਰ ਇੱਕ ਪਾਸੇ ਤਾਂ ਪ੍ਰਗਤੀ ਹੋ ਰਹੀ ਹੈ ਜਿਹੜੀ ਅੱਜ ਅਸੀਂ ਕਾਰਪੋਰੇਟ ਦੁਨੀਆ ਦੀ ਦੇਖ ਰਹੇ ਹਾਂ ਜਿਸ ਨੇ ਇਸ ਦੁਨੀਆ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਪੂਰੀ ਕੁਦਰਤ ਦੇ ਉੱਤੇ ਵਾਇੋਲੇਸ਼ਨ ਕਰਕੇ ਕੁਦਰਤ ਨੂੰ ਤਬਾਹ ਕਰ ਦਿੱਤਾ ਔਰ ਹੁਣ ਤਾਂ ਇਹ ਕਿਹਾ ਜਾ ਰਿਹਾ ਕਿ ਕੁਦਰਤ ਨੂੰ ਅਸੀਂ ਇੰਨਾ ਤਬਾਹ ਕਰ ਦਿੱਤਾ ਹੈ ਕਿ ਹੁਣ ਬੜੀ ਛੇਤੀ ਜਿਹੜੀ ਇਹ ਕੁਦਰਤ ਦੇ ਕੁਦਰਤ ਦਾ ਜਿਹੜਾ ਕਰੋਧ ਹੈ ਅਸੀਂ ਪਿਛਲੀਆਂ ਸੁਨਾਮੀਆਂ ਦੇ ਵਿੱਚ ਜਾਂ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਅਸੀਂ ਦੇਖਿਆ ਕਿੰਨੀਆਂ ਤਬਾਹੀਆਂ ਹੋਈਆਂ ਨੇ ਇਕ ਅਨਬੈਲੈਂਸ ਸੁਸਾਇਟੀ ਜਿਹੜੀ ਹੈ ਉਹ ਕ੍ਰੀਏਟ ਹੋ ਰਹੀ ਹੈ ਵਾਤਾਵਰਨ ਦੁਸ਼ਿਤ ਹੋ ਰਿਹਾ ਹੈ ਨਿਰਸੰਦੇ ਇਹ ਪ੍ਰਮਾਤਮਾ ਦੀ ਇੱਛਾ ਦੇ ਦੀ ਨਿਰਾਦਰੀ ਹੈ ਔਰ ਵਿਕਾਸ ਵਿਨਾਸ਼ ਬਣਨ ਲੱਗ ਪਿਆ ਇਸ ਲਈ ਇਹ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ ਪ੍ਰਮਾਤਮਾ ਨੇ ਜੋ ਸੰਸਾਰ ਪਰਮ ਸੁੰਦਰ ਆਪਣੀ ਮਰਜ਼ੀ ਨਾਲ ਆਪਣੀ ਇੱਛਾ ਨਾਲ ਖੁਸ਼ੀ ਨਾਲ ਆਪਣੇ ਆਪ ਤੋਂ ਰਚਿਆ ਅਸੀਂ ਉਸ ਵਿੱਚ ਹੈਲਦੀ ਡਿਜ਼ਾਇਰਸ ਪਾਈਏ ਪੋਜ਼ਿਟਿਵ ਡਿਜ਼ਾਇਰਸ ਦੇ ਨਾਲ ਪੋਇਸ ਡਿਜ਼ਾਇਰਸ ਦੇ ਨਾਲ ਯਾ ਐਥੀਕਲ ਡਿਜ਼ਾਇਰਸ ਦੇ ਨਾਲ ਇਸ ਨੂੰ ਅਸੀਂ ਬਚਾ ਪਈਏ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਕਿੱਥੇ ਨਾ ਕਿੱਥੇ ਗੁਰੂ ਨਾਨਕ ਦੇ ਜਿਹੜੀਆਂ ਸਾਨੂੰ ਰਾਵਾਂ ਦਿਖਾਈਆਂ ਨਾ ਅਸੀਂ ਉਸ ਨੂੰ ਫਾਲੋ ਕਰ ਰਹੇ ਹੋਵਾਂਗੇ ਪ੍ਰਮਾਤਮਾ ਦੀ ਬਣਾਈਏ ਸੁੰਦਰ ਸ੍ਰਿਸ਼ਟੀ ਨੂੰ ਹੋਰ ਸੁੰਦਰ ਬਣਾਈਏ ਸਚਖੰਡ ਤੰਗ ਦੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੀਏ ਤੇ ਇਹ ਮਾਰਗ ਜਾਣਨ ਨਾਲ ਨਹੀਂ ਚੱਲਣ ਨਾਲ ਤੈ ਹੋਣਾ ਔਰ ਗੁਰੂ ਨਾਨਕ ਨੇ ਲੋਕਾਂ ਦੀ ਆਤਮਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਇੱਕ ਐਸੀ ਜੋਤ ਜਗਾਈ ਜਿਸ ਜੋਤ ਦੇ ਦੇ ਵਿੱਚ ਜਿਨ ਨੇ ਉਸ ਜੋਤ ਨੂੰ ਸਮਝ ਲਿਆ ਉਹਨਾਂ ਦੀ ਆਤਮਾ ਉਹਨਾਂ ਦੇ ਵਿੱਚ ਸਵੇਮਾਨ ਆ ਗਿਆ ਜਿਨਾਂ ਨੇ ਨਹੀਂ ਸਮਝਿਆ ਉਹ ਗੁਲਾਮੀਆਂ ਦੇ ਵਿੱਚ ਜਿਹੜੇ ਨੇ ਉਹ ਵਿਚਰਦੇ ਰਹੇ ਪੂਰਾ ਇਤਿਹਾਸ ਪੜ ਲਓ ਤਾਂ ਜਪਜੀ ਸਾਹਿਬ ਇੱਕ ਬੜੀ ਅਨੂਪਮ ਬਾਣੀ ਹੈ ਸਮਝਣ ਵਾਲੀ ਬਾਣੀ ਹੈ ਇੱਕ ਇੱਕ ਸ਼ਬਦ ਦੇ ਵਿੱਚ ਜਿਹੜੀ ਆ ਉਹ ਉਹਦੇ ਵਿੱਚ ਇੱਕ ਐਸੀ ਆਤਮਿਕ ਬਲ ਮਿਲਦਾ ਉਸ ਦੇ ਨਾਲ ਸਵਾਲ ਸਿਰਫ ਇਹ ਹੈ ਜਿਹੜੀ ਮੈਂ ਹਰ ਵਾਰ ਇਹ ਗੱਲ ਕਰਦਾ ਕਿ ਜਪਜੀ ਦੇ ਜਪਜੀ ਬਾਣੀ ਨੂੰ ਅਸੀਂ ਰੋਜ਼ ਪੜ੍ਹਦੇ ਜ਼ਰੂਰ ਆ ਇਸ ਨੂੰ ਥੋੜਾ ਜਿਹਾ ਸਮਝੇ ਵੀ ਔਰ ਆਪਣੀ ਜ਼ਿੰਦਗੀ ਵਿੱਚ ਅਪਣਾਈਏ ਮੈਂ ਬੜੇ ਦਿਨਾਂ ਤੋਂ ਜੋ ਜਪਜੀ ਸਾਹਿਬ ਮੈਂ ਗੱਲ ਕੀਤੀ ਹੈ ਮੈਨੂੰ ਲੱਗਦਾ ਨਹੀਂ ਕਿ ਮੈਂ 5% ਵੀ ਜੋ ਗੁਰੂ ਸਾਹਿਬ ਕਹਿਣਾ ਚਾਹੁੰਦੇ ਨੇ ਉਸ ਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਸਕਿਆ ਮੈਂ ਬੜੀਆਂ ਕਿਤਾਬਾਂ ਇਹਦੇ ਲਈ ਪੜੀਆਂ ਬੜੇ ਬੜੇ ਲੋਕਾਂ ਨਾਲ ਸੁਣਨ ਦੀ ਗੱਲ ਜਿਵੇਂ ਇਹਦੇ ਸੁਣਨ ਦੀਆਂ ਪੋੜੀਆਂ ਨੇ ਮੈਂ ਪੂਰੀ ਸੁਣਨ ਦੀ ਕਿਤਾਬ ਪੜ੍ਹ ਮਾਰੀ ਮੈਨੂੰ ਮੈਨੂੰ ਵੇਖਣਾ ਹੀ ਸਿਰਫ ਏਸੀ ਕਿ ਜਿਹੜੀ ਅੱਜ ਦੇ ਸਾਇੰਟਿਫਿਕ ਯੁੱਗ ਵਿੱਚ ਬੱਚਿਆਂ ਨੂੰ ਸੁਣਨ ਦੀ ਗੱਲ ਅਸੀਂ ਕਿਵੇਂ ਸਮਝਾਣੀ ਹੈ ਉਸ ਲਈ ਮੈਨੂੰ ਸੁਣਨ ਦੇ ਉੱਤੇ ਮਨਨ ਦੇ ਉੱਤੇ ਬੜੀਆਂ ਸਾਈਕੋਲੋਜੀ ਦੀਆਂ ਕਿਤਾਬਾਂ ਵੀ ਦੇਖੀਆਂ ਪਰ ਟਾਈਮ ਥੋੜਾ ਸੀ ਮੈਂ ਪੂਰੀ ਤਰ੍ਹਾਂ ਨਹੀਂ ਇਸ ਨੂੰ ਮੈਨੂੰ ਨਹੀਂ ਲੱਗਦਾ ਕਿ ਮੈਂ ਪੂਰਾ ਸ਼ਾਇਦ ਜਸਟੀਫਾਈ ਕੀਤਾ ਹੋਣਾ ਫਿਰ ਕਦੀ ਇਸ ਨੂੰ ਹੋਰ ਇੱਕ ਦੀ ਮੁਕਣੀ ਨਹੀਂ ਇਹ ਪੜ੍ਹਾਈ ਜ਼ਿੰਦਗੀ ਬਾਰੇ ਤਾਂ ਚਲਦੀ ਰਹਿਣੀ ਹੈ ਔਰ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਇੱਕ ਅਥਾ ਸਮੁੰਦਰ ਹੈ ਇੰਨੀ ਜਿੰਨੀ ਮਰਜ਼ੀ ਇਹਦੇ ਥੱਲੇ ਚਲੇ ਜਾਓ ਇਸ ਨੂੰ ਪੂਰਾ ਪਾਣਾ ਜਿਹੜਾ ਉਹ ਨਾ ਮੁਮਕਿਨ ਹੈ ਇਹ ਤਾਂ ਸਿਰਫ ਗੁਰੂ ਸਾਹਿਬ ਜਿਹੜੀਆਂ ਬਾਣੀਆਂ ਰਚ ਗਏ ਉਹੀ ਜਾਣਨ ਪਰ ਜਿੰਨੀਕ ਰੱਬ ਨੇ ਮੈਨੂੰ ਸਮਝਿ ਬਖਸ਼ੀ ਮੈਂ ਆਪਣੀ ਸਮਝ ਦੇ ਨਾਲ ਤੁਹਾਡੇ ਸਾਹਮਣੇ ਜਿਹੜੀ ਇਹ ਗੱਲ ਕਹਿ ਸਕਿਆ ਤੋ ਅੱਜ ਦਾ ਇਹ ਲੈਕਚਰ ਜਪਜੀ ਸਾਹਿਬ ਤੇ ਇਤਨਾ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ